सोई सब कमाए, सब कछ तिसदै वस, दूजी नाहीं जाए, दूजी नाहीं जाए, नानक सुख आनंद भय, प्रभ की मन रजाए, सब कच तिसदै वस, दूजी नाहें जाए, नानक सुख आनंद भय, प्रभ की मन रजाए। वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे इस गुरमत दीवान दी आप जी हाजरी भर रहे हो। सतगुरु गुरु अर्जन देव जी महाराज हजूर दे उचारण किते हुए सलोक दा पाठ आप जी ने श्रवण किया है। आओ इस अमृत बचन नू गुरु कृपा दे नाल आपां विचार सकीए। आप जितने हजूर दे चरणा विच हाजिर हो असीस बख्शो तां जो भावना सहित हजूर दी कृपा नाल विचार दी सेवा कर सकां। कोई भी रसना विरवी वांझी ना रहे। अदब सहित उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी। सतगुरु गुरु अर्जन देव महाराज जी ने अज दे इस अमृत शलोक विच बख्शिश कीती है कि जो पार ब्रह्म परमेश्वर करदे ने ऐ इंसान उस दे कीते हुए नू चंगा करके मन्नेगा ते तेरा भला होई जाएगा। मन विच चिंता फिकर तोखले जा द्वेश वाले फुरने ने उन्हां नू तू बाहर कढ। पहला बचन वे करे सो चंगा मान। करे दा अर्थ जो परमात्मा कर रहा है, सो दा अर्थ ओ, चंगा दा लफ्जी अर्थ असी सारे जाने अच्छा ठीक प्रवान करना। मान दा अर्थ मन लै स्वीकार कर लै। करे सो चंगा मान, जो कुछ कर रहा है उनू चंगा कर, भला कर, अच्छा कह के मन लै। नाल बचने दुई गणत लाहे। गणत दा अर्थ कई सजना ने गिनती मिनती भी दिता है, दुई दा अर्थ द्वेश भी दिता है। पर सच एवे कि तू अपने अंदरों चिंता फिकर झोरे दी गिनती मिनती छड, जो कुछ करदा बस उनू सत करके चंगा करके मान लै। करे सो चंगा मान, दुई गणत लाहे। ते अगला बचन महाराज कहिंदे अपनी नदर निखाल। ये अरदास बेनती है
ਕਿ ਹੇ ਪ੍ਰਭੂ ਤੁਸੀਂ ਆਪਣੀ ਬਖਸ਼ਿਸ਼ ਭਰੀ ਨਦਰ ਨਾਲ ਦੇਖ ਕੇ ਆਪੇ ਲਹਿਓ ਲਾਏ, ਤੁਸੀਂ ਬਖਸ਼ਿਸ਼ ਕਰੋ, ਆਪਣੀ ਨਦਰ ਨਾਲ ਤੁਸੀਂ ਆਪਣੇ ਆਪ ਹੀ ਸਾਨੂੰ ਆਪਣੇ ਨਾਲ ਜੋੜ ਲਵੋ। ਮੈਂ ਸਿਰਫ ਪਹਿਲਾ ਅੱਖਰ ਹੀ ਅਰਥ ਕਰ ਰਿਹਾ, ਭਾਵੇਂ ਦੁਬਾਰਾ ਆਪਾਂ ਰਿਪੀਟ ਕਰਾਂਗੇ ਕਿ ਤੁਸੀਂ ਬਖਸ਼ਿਸ਼ ਕਰੋ, ਸਾਨੂੰ ਆਪ ਲਾ ਲਓ ਇਸ ਪਾਸੇ। ਇਸ ਵਿੱਚ ਗੁਰੂ ਸਾਹਿਬ ਨੇ ਸਭ ਤੋਂ ਪਹਿਲੀ ਜਿਹੜੀ ਬਖਸ਼ਿਸ਼ ਕੀਤੀ ਵੀ ਜੋ ਪਰਮਾਤਮਾ ਕਰਦਾ ਹੈ ਉਹ ਚੰਗਾ ਮਨ ਮਨ ਸੀ ਅੱਜ ਕਿ ਰੱਬ ਆਪਣੇ ਵੱਲੋਂ ਜੋ ਕਰ ਰਿਹਾ ਹੈ ਉਹਨੇ ਕਰਨਾ ਹੀ ਹੈ। ਪਰ ਮਨੁੱਖੀ ਮਨ ਦਾ ਸੁਭਾਅ ਹੈ ਇਹ ਪਰਮਾਤਮਾ ਦੀ ਹਰ ਗੱਲ ਨੂੰ ਚੰਗੀ ਕਰਕੇ ਨਹੀਂ ਸਵੀਕਾਰ ਕਰਦਾ। ਉਸ ਦਿਨ ਵੀ ਅਰਦ ਕੀਤੀ ਸੀ, ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ। ਇਨਸਾਨ ਦਾ ਇੱਕ ਸੁਭਾਅ ਹੈ, ਜੇ ਇਸ ਲਈ ਚੰਗਾ ਹੋਵੇ ਭਲਾ ਹੋਵੇ ਤੇ ਇਹ ਵਾਕਈ ਕਹੇਗਾ ਪਰਮਾਤਮਾ ਵਾਹਿਗੁਰੂ ਗੁਰੂ ਪਰਮੇਸ਼ਵਰ ਬਹੁਤ ਚੰਗਾ ਹੈ ਜੀ। ਤੇ ਜੇ ਮੰਨ ਲਓ ਮਾੜਾ ਹੋ ਜਾਏ ਕੁਛ ਤੇ ਉਹੀ ਜ਼ਬਾਨ ਕਹਿਣ ਲੱਗ ਪੈਂਦੀ ਹੈ ਕਿ ਰੱਬ ਗੁਰੂ ਪਰਮਾਤਮਾ ਮੇਰੇ ਨਾਲ ਵੈਰ ਕਮਾਉਂਦਾ ਪਿਆ ਹੈ। ਮਹਾਰਾਜ ਕਹਿੰਦੇ ਨਹੀਂ, ਜੋ ਕੁਛ ਕਰਦਾ ਉਹ ਚੰਗਾ ਕਰਕੇ ਮੰਨ। ਇਉਂ ਕਹਿ ਲਓ ਜੀ, ਅੱਜ ਦਾ ਇਹ ਸ਼ਬਦ ਹੁਕਮ, ਭਾਣਾ, ਰਜ਼ਾ ਤੇ ਚੌਥਾ ਸ਼ਬਦ ਫੁਰਮਾਨ ਉਹਦੀ ਗੱਲ ਕਰ ਰਿਹਾ ਹੈ। ਥੋੜ੍ਹਾ ਜਿਹਾ ਆਰੰਭ ਵਿੱਚ ਅਰਜ਼ ਕਰਦਿਆਂ ਕਿ ਉਹਦੇ ਕੀਤੇ ਨੂੰ ਚੰਗਾ ਮੰਨਣਾ, ਇਸ ਨੂੰ ਅਸੀਂ ਬਾਣੀ 'ਚ ਦੇਖਾਂਗੇ। ਉਸ ਵਿੱਚ ਉਹ ਕੁਝ ਵੀ ਹੋਵੇਗਾ ਜਿਹਨੂੰ ਆਪਾਂ ਦੁਖਾਂਤ ਕਹਿੰਦੇ ਹਾਂ, ਜਿਹਨੂੰ ਸਾਡੇ ਲੋਕ ਕਰੋਪੀ ਕਹਿੰਦੇ ਆ, ਜਿਹਨੂੰ ਅਪਮਾਨ ਕਹਿੰਦੇ ਹਾਂ, ਜਿਹਨੂੰ ਕਹਿੰਦੇ ਹਾਂ ਤਬਾਹੀਆਂ ਹੋ ਗਈਆਂ। ਤੇ ਦਾਸ ਦੇ ਮਨ ਸੀ ਅੱਜ ਵੀ ਆਹ ਚਾਰ ਸ਼ਬਦ ਬਾਣੀ 'ਚ ਬਹੁਤ ਮਿਲਣਗੇ। ਇੱਕ ਸ਼ਬਦ ਹੁਕਮ ਮਿਲੇਗਾ, ਦੂਜਾ ਸ਼ਬਦ ਭਾਣਾ ਮਿਲੇਗਾ, ਤੀਸਰਾ ਸ਼ਬਦ ਰਜ਼ਾਈ ਜਾਂ ਰਜ਼ਾ ਮਿਲੇਗਾ, ਤੇ ਚੌਥਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਨੂੰ ਫੁਰਮਾਨ ਮਿਲੇਗਾ। ਤਕਰੀਬਨ ਇਹ ਸਾਰੇ ਸ਼ਬਦ ਮਿਲਣਗੇ। ਇਹਨਾਂ ਸ਼ਬਦਾਂ ਦਾ ਪਿਛੋਕੜ ਕੀ ਹੈ? ਕਿਉਂਕਿ ਆਪਾਂ ਕੋਈ ਇਹ ਨਹੀਂ ਕਿ ਲਫ਼ਜ਼ੀ ਗਿਆਨ ਹਾਸਲ ਕਰਨਾ, ਸਿਰਫ ਇੰਨਾ ਕੁ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਸ਼ਬਦ ਕਿਸ ਭਾਸ਼ਾ ਵਿੱਚੋਂ ਆਏ ਨੇ। ਪਹਿਲੀ ਗੱਲ, ਹੁਕਮ ਸ਼ਬਦ ਜਿਹੜਾ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਰੱਬ ਤੋਂ ਬਾਅਦ ਜੇ ਕਿਸੇ ਸਾਧਨਾ ਦੀ ਗੱਲ ਕੀਤੀ ਤੇ ਗੁਰੂ ਨੇ ਹੁਕਮ ਦੀ ਕੀਤੀ। ਹੁਕਮ ਸ਼ਬਦ ਅਰਬੀ ਦਾ ਸ਼ਬਦ ਹੈ। ਦੂਸਰੀ ਗੱਲ, ਜਿਹੜਾ ਰਜ਼ਾ ਸ਼ਬਦ ਹੈ ਇਹ ਵੀ ਅਰਬੀ ਵਿੱਚੋਂ ਆਇਆ ਹੈ, ਰਜ਼ਾ ਵੀ ਕਹਿੰਦੇ ਆ। ਤੀਸਰਾ ਸ਼ਬਦ ਜਿਹੜਾ ਫੁਰਮਾਨ ਹੈ ਇਹ ਦਰਅਸਲ ਫਾਰਸੀ ਵਿੱਚੋਂ ਆਇਆ ਹੈ। ਤੇ ਜਿਹੜਾ ਭਾਣਾ ਸ਼ਬਦ ਹੈ, ਵਿਦਵਾਨਾਂ ਦਾ ਮਤ ਸੰਸਕ੍ਰਿਤ ਦੇ ਸ਼ਬਦ ਭਾਵਨਾ ਦੇ ਵਿੱਚੋਂ ਇਹਦੀ ਉਤਪਤੀ ਹੋਈ ਹੈ। ਉਹਨੇ ਇਹਨਾਂ ਦੇ ਲਫ਼ਜ਼ੀ ਅਰਥ ਕੀ ਨੇ ਥੋੜ੍ਹੇ ਜਿਹੇ, ਕਿਉਂਕਿ ਲਫ਼ਜ਼ੀ ਅਰਥਾਂ ਦਾ ਪਤਾ ਹੋਵੇਗਾ ਤਾਂ ਗੱਲ ਅੱਗੇ ਚੱਲੇਗੀ। ਹੁਕਮ, ਰਜ਼ਾ, ਭਾਣਾ ਤੇ ਫੁਰਮਾਨ, ਤਕਰੀਬਨ ਹਜ਼ੂਰ ਨੇ ਇਹਨਾਂ ਨੂੰ ਬਾਣੀ ਵਿੱਚ ਇੱਕ ਅਰਥਾਂ ਦੇ ਵਿੱਚ ਹੀ ਜ਼ਿਆਦਾ ਵਰਤਿਆ ਹੈ। ਹੁਕਮ ਦਾ ਅਰਥ ਅਸੀਂ ਪਰਮਾਤਮਾ ਵੱਲੋਂ ਵਰਦੇ ਹੋਏ ਵਰਤਾਰੇ ਨੂੰ ਵੀ ਕਹਿੰਦੇ, ਜੋ ਉਹਦੇ ਹੁਕਮ, ਵੇਖੋ ਥੋੜ੍ਹੀ ਫਿਰ ਬੇਨਤੀ ਸੁਣਿਓ, ਰਜ਼ਾ ਹੁਕਮ, ਹੁਕਮ ਦਾ ਅਰਥ ਉਹਦੇ ਵੱਲੋਂ ਕੀਤਾ ਹੋਇਆ ਵਰਤਾਰਾ, ਤੇ ਰਜ਼ਾ ਦਾ ਅਰਥ ਹੈ ਖੁਸ਼ਨੂਦੀ, ਪ੍ਰਸੰਨਤਾ, ਜੋ ਕੁਝ ਵਰਤਾਰਾ ਵਰਤਿਆ ਉਹਦੇ ਵਿੱਚ ਖੁਸ਼ ਰਹਿਣਾ ਹੈ ਸਾਰਾ ਸੰਬੰਧ ਦਾ ਹੁਕਮ ਨਾਲ ਹੀ। ਫਿਰ ਬੇਨਤੀ, ਉਹਦਾ ਵਰਤਾਰਾ, ਉਹਦੇ ਵਰਤੇ ਹੋਏ ਵਰਤਾਰੇ ਵਿੱਚ ਖੁਸ਼ ਰਹਿਣਾ। ਤੀਸਰਾ ਸ਼ਬਦ ਅਸੀਂ ਵਰਤਿਆ ਫੁਰਮਾਨ, ਇਉਂ ਕਹਿ ਲਓ ਇਹ ਹੁਕਮ ਦੇ ਨੇੜੇ ਤੇੜੇ ਢੁੱਕਦਾ ਸ਼ਬਦ ਹੈ, ਕਿਸੇ ਵੱਡੇ ਵੱਲੋਂ ਦੂਜੇ ਨੂੰ ਕੀਤਾ ਹੋਇਆ ਫੁਰਮਾਨ, ਆਦੇਸ਼ ਸ਼ਬਦ ਕਹਿ ਲਓ, ਪ੍ਰਿਆਵਾਚੀ ਸ਼ਬਦ ਹੀ ਵਰਤਾਂਗੇ। ਉਸ ਤੋਂ ਅੱਗੇ ਸ਼ਬਦ ਮੈਂ ਦਾਸ ਨੇ ਬੇਨਤੀ ਕੀਤੀ ਭਾਣਾ, ਵੈਸੇ ਭਾਣੇ ਦਾ ਲਫ਼ਜ਼ੀ ਅਰਥ ਖਿਮਾ ਕਰਿਓ ਦੁਖਾਂਤ ਨਹੀਂ, ਰਜ਼ਾ ਤੇ ਹੁਕਮ ਦਾ ਲਫ਼ਜ਼ੀ ਅਰਥ ਵੀ ਟ੍ਰੈਜਡੀ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਪਾਠ ਜਦੋਂ ਆਪਾਂ ਹਜ਼ੂਰ ਦੇ ਸਾਹਮਣੇ ਆਪਣੀ ਮਤ ਨੂੰ ਰੱਖ ਕੇ ਕਰਾਂਗੇ, ਭਾਣੇ ਦਾ ਲਫ਼ਜ਼ੀ ਅਰਥ ਇਹ ਵੇ ਜੋ ਕਰਤਾਰ ਨੂੰ ਭਾ ਜਾਏ, ਜਿਹਨੂੰ ਕਿਹਾ ਕਰੇ ਸੋ ਚੰਗਾ ਮਾਨ, ਜੋ ਉਹਨੂੰ ਭਾ ਜਾਏ। ਅੱਜ ਦਾਸ ਦੀ ਪਹਿਲਾਂ ਬੇਨਤੀ ਹੈ ਕਿ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ, ਮੈਂ ਦੋ ਚਾਰ ਬੇਨਤੀਆਂ ਜਪਜੀ ਸਾਹਿਬ ਦੀ ਰਚਨਾ ਵਿੱਚੋਂ ਕਰਨੀਆਂ ਨੇ।
ਹੁਕਮ ਲਫ਼ਜ਼ ਦੀ ਵਰਤੋਂ ਗੁਰਦੇਵ ਨੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੇ ਅੰਦਰ ਕੀਤੀ ਹੈ। ਅਗਲੀ ਗੱਲ, ਹੁਕਮ ਵਿੱਚ ਚੰਗਾ ਵੀ ਹੈ ਸੰਸਾਰੀ ਤੌਰ ਤੇ, ਰੱਬ ਵੱਲੋਂ ਤਾਂ ਸਭ ਚੰਗਾ, ਸੰਸਾਰੀ ਨਜ਼ਰੀਏ ਨਾਲ ਜਿਹਨੂੰ ਅਸੀਂ ਮਾੜਾ ਕਹਿੰਦੇ ਹਾਂ ਉਹ ਵੀ ਹੁਕਮ ਵਿੱਚ ਵਰਤ ਗਿਆ, ਜਿਹਨੂੰ ਆਪਾਂ ਚੰਗਾ ਕਹਿੰਦੇ ਹਾਂ ਉਹ ਵੀ ਹੁਕਮ ਵਿੱਚ ਵਰਤ ਗਿਆ। ਤੇ ਗੁਰੂ ਸਾਹਿਬ ਜੀ ਨੇ, ਬੇਨਤੀ ਕਰਾਂਗਾ, ਸਭ ਤੋਂ ਪਹਿਲੀ ਜਿਹੜੀ ਸਾਧਨਾ ਜਪ ਤੋਂ ਬਾਅਦ ਦੱਸੀ ਕਿ ਜਪ ਆਦਿ ਸੱਚ, ਜੁਗਾਦ ਸੱਚ, ਖੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸਭ ਤੋਂ ਪਹਿਲੀ ਸਾਧਨਾ ਦੱਸੀ ਸਭ ਕਰਮ ਕਾਂਡਾਂ ਤੋਂ ਮੁਕਤ ਕਰਕੇ ਉਹਦੀ ਰਜ਼ਾ ਦੇ ਵਿੱਚ ਚੱਲਣਾ, ਉਹਦੇ ਹੁਕਮ ਚੱਲਣਾ। ਦੇਖੋ ਇਹ ਪਾਠ ਅਸੀਂ ਕਰਨੇ ਆ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਇਹ ਕਿਉਂਕਿ ਇਸ ਤੋਂ ਬਿਨਾਂ ਹੁਕਮ ਦੀ ਵਿਆਖਿਆ ਨਹੀਂ ਹੋ ਸਕੇਗੀ। ਸੋਚੈ ਸੋਚ ਨਾ ਹੋਵੇ, ਇਸ ਸੰਬੰਧੀ ਸੋਚ ਮੰਡਲ ਨਾਲ ਵੀ ਅਰਥ ਕੀਤੇ, ਕੁਛ ਵਿਦਵਾਨਾਂ ਨੇ ਸੋਚ ਦੇ ਅਰਥ ਸੁੱਚਮਤਾ ਨਾਲ ਕੀਤੇ, ਜਿਵੇਂ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਜੇ ਲੱਖਾਂ ਵਾਰੀ ਵੀ ਤੂੰ ਸੁੱਚਮਤਾ ਰੱਖੇ, ਇਸ ਬਾਹਰ ਦੀ ਸੁੱਚਮਤਾ ਨਾਲ ਤੇਰਾ ਅੰਦਰ ਸੁੱਚਾ ਨਹੀਂ ਹੋ ਸਕਣਾ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਲਵਤਾਰ। ਇੱਥੇ ਚੁੱਪੈ ਦਾ ਅਰਥ ਹੈ ਮਨ ਦਾ ਅਫੁਰ ਹੋਣਾ, ਇੱਥੇ ਚੁੱਪੇ ਦਾ ਅਰਥ ਜ਼ਬਾਨ ਦੀ ਚੁੱਪ ਤਾਂ ਹੋ ਗਈ, ਲਿਵਤਾਰ ਦਾ ਅਰਥ ਹੈ ਜਿਵੇਂ ਤਾਂ ਅਸੀਂ ਤੇਲ ਪਾਉਂਦੇ ਹਾਂ, ਲਿਵਤਾਰ ਦਾ ਅਰਥ ਇਹ ਹੈ ਜੀ, ਜਦੋਂ ਤੇਲ ਪਾਉਂਦੇ ਹਾਂ ਤੁਸੀਂ ਦੇਖਿਓ ਉਹਦੀ ਧਾਰ ਵਿੱਚ ਕੰਪਨ ਨਹੀਂ ਪੈਦਾ ਹੁੰਦੀ, ਉਹ ਨਿਰੰਤਰ ਇੱਕ ਰਾਹ ਚੱਲਦੀ ਜਾਂਦੀ ਹੈ। ਲਿਵਤਾਰ ਦਾ ਅਰਥ ਹੈ ਕਿ ਇਸ ਤਰ੍ਹਾਂ ਲਿਵ ਜੁੜਨੀ ਜਿਹਦੇ ਵਿੱਚ ਰੰਚਕ ਮਾਤਰ ਕੋਈ ਦੂਜਾ ਫੁਰਨਾ ਵੀ ਨਾ ਉੱਠਣਾ। ਮਹਾਰਾਜ ਕਹਿੰਦੇ ਟੇਕ ਕੇ ਬਹਿ ਗਿਆ ਬੰਦਾ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭੁੱਖਿਆ ਰਹਿਣ ਦੇ ਨਾਲ ਚੰਦਰਾਇਣ ਵਰਤ ਰੱਖਿਆ ਜਾਂਦਾ ਜੀ, ਕਾਮਨਾ ਸਹਿਤ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਤੇਰੇ ਅੰਦਰ ਦੀ ਭੁੱਖ ਨਹੀਂ ਜਾਣੀ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋ ਹੈ। ਹਜ਼ਾਰਾਂ ਲੱਖਾਂ ਸਿਆਣਪਾਂ ਤੇਰੇ ਕੋਲ ਹੋਣ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇਹਦਾ ਮਤਲਬ ਕੋਈ ਸਿਆਣਪ ਕੋਈ ਚਤੁਰਾਈ, ਤੇ ਇਹਦੇ ਵਿੱਚ ਇੱਕ ਗੱਲ ਬੜੀ ਕਲੀਅਰ ਹੁੰਦੀ ਜੇ ਜਦੋਂ ਇਹ ਤੁੱਕ ਪੜ੍ਹਨੇ ਆ, ਸਹਿਸ ਸਿਆਣਪਾਂ ਲੱਖ ਹੋਏ। ਸਹਿਸ ਦਾ ਅਰਥ ਹਜ਼ਾਰ, ਅੱਗੇ ਸ਼ਬਦ ਲੱਖ ਵਰਤਿਆ। ਬੰਦਾ ਜਿੰਨਾ ਮਰਜ਼ੀ ਬੋਧਕ ਤੌਰ ਤੇ ਸਿਆਣਾ ਹੋ ਜਾਏ, ਜਿੰਨਾ ਮਰਜ਼ੀ ਸਿਆਣਪ ਹੋਵੇ, ਚਾਰ ਬੰਦਿਆਂ ਚ ਗੱਲ ਬੜੀ ਪਾਏਦਾਰ ਕਰੇ, ਹਕੀਕਤ ਤੇ ਵੀ ਦੁਨੀਆਂ ਭਰ ਦੇ ਗਿਆਨ ਦੀ ਉਹਦੇ ਕੋਲ ਸਮਰੱਥਾ ਹੋਵੇ, ਪਰ ਗੁਰੂ ਕਹਿੰਦੇ ਨੇ ਜਿੰਨੀਆਂ ਮਰਜ਼ੀ ਡਿਗਰੀਆਂ, ਜਿੰਨੀ ਮਰਜ਼ੀ ਸਿਆਣਪ, ਜਿੰਨਾ ਮਰਜ਼ੀ ਬੰਦਾ ਚਾਤੁਰ ਹੋਵੇ, ਰੱਬ ਦੀ ਦਰਗਾਹ ਵਿੱਚ ਇੱਕ ਵੀ ਸਿਆਣਪ ਬੰਦੇ ਦੀ ਕੰਮ ਨਹੀਂ ਆਉਂਦੀ। ਇਹ ਗੱਲ ਬੜੀ ਕਲੀਅਰ ਕਰਤੀ, ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ। ਅਗਲੀ ਬੇਨਤੀ ਜੋ ਅਸਾਂ ਅੱਜ ਵੇਖਣਾ, ਕਰੇ ਚੁ ਚੰਗਾ ਮਾਨ, ਵਿਸ਼ੇ ਤੋਂ ਦੂਰ ਨਹੀਂ ਜਾਣਾ। ਅੱਗੇ ਮਹਾਰਾਜ ਫਿਰ ਬਚਨ ਕਰਦੇ ਆ, ਕਹਿੰਦੇ ਨੇ ਮਨੁੱਖ ਦੀ ਆਖਰੀ ਮੰਜ਼ਿਲ ਇਹ ਵੇ ਅੰਦਰ ਦੀ ਸਚਿਆਰਤਾ, ਅੰਦਰ ਸੁੱਚਾ ਹੋ ਜਾਏ। ਉੱਥੇ ਫਿਰ ਸਤਿਗੁਰੂ ਇੱਕ ਪ੍ਰਸ਼ਨ ਕਰਦੇ ਆ ਆਪ, ਕਿ ਜੇ ਪਾਣੀ ਨਾਲ ਸੁੱਚਮਤਾ ਨਹੀਂ, ਜੇ ਚੁੱਪ ਧਾਰਨ ਕਰਕੇ ਵੀ ਮਨ ਮੈਲਾ ਰਹਿੰਦਾ ਹੈ, ਜੇ ਵਰਤ ਰੱਖ ਕੇ ਵੀ ਅੰਦਰ ਪਵਿੱਤਰ ਨਹੀਂ ਹੁੰਦਾ, ਜੇ ਸਿਆਣਪਾਂ ਨਾਲ ਵੀ ਪਵਿੱਤਰ ਨਹੀਂ ਹੁੰਦਾ, ਤੇ ਅੱਗੇ ਇੱਕ ਸਵਾਲ ਕਰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵੇਂ ਸੁੱਚਮਤਾ ਹੋਵੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿਵੇਂ ਸਾਡੇ ਅੰਦਰੋਂ ਜਿਹੜੀ ਝੂਠ ਦੀ ਵੱਟ ਹੈ ਇਹ ਪਾਲ ਟੁੱਟ ਜਾਏ। ਅੱਗੇ ਫਿਰ ਸਤਿਗੁਰੂ ਆਪ ਹੀ ਉੱਤਰ ਦਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇੱਥੇ ਦੋ ਸ਼ਬਦ ਵਰਤੇ ਨੇ, ਹੁਕਮ ਅਤੇ ਰਜ਼ਾ। ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ, ਤੇ ਨਾਲ ਇੱਕ ਸ਼ਬਦ ਵਰਤਿਆ ਨਾਨਕ ਲਿਖਿਆ ਨਾਲ। ਇਹ ਲਿਖਿਆ ਨਾਲ ਕੀ ਹੈ? ਸ਼ਬਦ ਫਿਰ ਸੁਣਿਓ, ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ ਚ ਉਹਦੀ ਰਜ਼ਾ ਚੱਲਣਾ। ਮੈਂ ਫਿਰ ਅਰਜ਼ ਕਰਾਂਗਾ, ਅੱਗੇ ਮੈਂ ਆਪ ਨੂੰ ਦੱਸਣਾ ਵੀ ਗੁਰਬਾਣੀ ਵਿੱਚ ਹੁਕਮ ਦਾ ਕੰਸੈਪਟ ਕੀ, ਔਖਾ ਵਿਸ਼ਾ ਨਹੀਂ ਹੋਵੇਗਾ, ਸੌਖੀ ਸਮਝ ਪਏਗੀ। ਤੇ ਰਜ਼ਾ ਕੀ ਹੈ? ਉਹਦੇ ਹੁਕਮ ਵਿੱਚ ਰਜ਼ਾਈ ਦਾ ਅਰਥ ਹੋ ਗਿਆ ਹੁਕਮ ਦਾ ਕੀਤਾ ਜੋ ਉਹਦਾ ਵਰਤਾਰਾ ਵਰਤ ਰਿਹਾ ਹੈ,
ਉਸ ਨਾਲ ਸਹਿਮਤੀ ਪ੍ਰਗਟ ਕਰ ਦੇਣੀ ਇਹ ਰਜ਼ਾ ਹੈ, ਪਰ ਮਜਬੂਰੀ ਅਧੀਨ ਨਹੀਂ। ਸੱਚਮੁੱਚ ਆਪਣੇ ਧੁਰ ਅੰਦਰ ਤੋਂ ਜੋ ਕੁਝ ਵਰਦਾ ਉਹਦੇ ਨਾਲ ਸਹਿਮਤ ਹੋ ਕੇ ਚੱਲ ਪੈਣਾ, ਉਹਨੂੰ ਆਪਾਂ ਰਜ਼ਾ ਕਹਾਂਗੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇੱਕ ਬਾਹਰ ਮੁਖੀ ਬੜਾ ਸੋਹਣੀ ਉਦਾਹਰਨ ਹੈ। ਅਸੀਂ ਜਿੰਨੇ ਬੈਠੇ ਹਾਂ ਨਾ ਜੀ, ਅਸੀਂ ਕੀ ਇਸ ਧਰਤੀ 'ਚ ਜੜ ਚੇਤਨ ਜੋ ਵੀ ਪੈਦਾ ਹੋਇਆ, ਕੋਈ ਨਹੀਂ ਕਹਿ ਸਕਦਾ ਮੈਂ ਰੱਬ ਦਾ ਹੁਕਮ ਨਹੀਂ ਮੰਨਦਾ। ਬੰਦਾ ਹੰਕਾਰ 'ਚ ਕਹਿੰਦਾ, ਪਰ ਗੁਰੂ ਸਾਹਿਬ ਕਹਿੰਦੇ ਨੇ ਹੁਕਮੀ ਨੇ, ਦੋ ਸ਼ਬਦ ਨੇ, ਇੱਕ ਹੁਕਮੀ ਇੱਕ ਹੁਕਮ। ਵਾਹਿਗੁਰੂ ਜੀ ਇਸ ਗੱਲ ਨੂੰ ਥੋੜ੍ਹਾ ਜਿਹਾ ਧਿਆਨ ਦੇ ਕੇ ਸੁਣਿਓ। ਮੈਂ ਸਾਖੀ ਵੀ ਜ਼ਰੂਰ ਸੁਣਾਵਾਂਗਾ, ਬਾਣੀ 'ਚੋਂ ਪ੍ਰਮਾਣ ਵੀ ਦਿਆਂਗਾ, ਸਿਰਫ ਜਿੰਨੀ ਕੁ ਮੈਨੂੰ ਸਮਝ ਪਈ ਜੀ। ਹੁਣ ਹੁਕਮ ਦਾ ਅਰਥ ਆਦੇਸ਼, ਹੁਕਮ ਦਾ ਅਰਥ ਆਰਡਰ। ਹੁਕਮ ਅਸੀਂ ਕਹਿੰਦੇ ਹਾਂ ਦੂਜੇ ਨੂੰ ਤੂੰ ਆਹ ਕੰਮ ਕਰੀ। ਇਸਲਾਮ ਵਿੱਚ ਹੁਕਮ ਦੀ ਗੱਲ ਸੂਫੀਆਂ ਨੇ ਬਹੁਤ ਜ਼ਿਆਦਾ ਕੀਤੀ। ਕੁਰਾਨ ਵਿੱਚ ਰੱਬ ਦੇ ਸੰਬੰਧ ਵਿੱਚ ਕਿਹਾ ਜਾਂਦਾ ਅਲ ਮਾਲਿਕ, ਸਭ ਦਾ ਮਾਲਕ। ਇੱਕ ਸ਼ਬਦ ਵਰਤਿਆ ਜਾਂਦਾ ਅਲ ਹਾਕਿਮ, ਅਲ ਮਾਲਿਕ, ਅਲ ਹਾਕਿਮ, ਸਭ ਦਾ ਮਾਲਕ ਅਤੇ ਹਾਕਿਮ ਦਾ ਅਰਥ ਜਿਹੜਾ ਜੱਜਮੈਂਟ ਕਰਨ ਵਾਲਾ। ਉਸ ਵਿੱਚ ਵੀ ਕਿਹਾ ਜਾਂਦਾ ਰੱਬ ਦਾ ਹੁਕਮ ਹੋਇਆ ਕੁਨ, ਇਹੀ ਨਾ ਕੁਨ ਬਕੁਨ, ਉਹਨੇ ਕਿਹਾ ਹੋ ਜਾ। ਮੈਂ ਕਿਸੇ ਧਰਮ ਦੀ ਤੋਹੀਨ ਨਹੀਂ ਕਰਾਂਗਾ, ਸਿਰਫ ਜੋ ਗੁਰੂ ਨਾਨਕ ਸਾਹਿਬ ਨੇ ਆਪਣਾ ਮਤ ਹੁਕਮ ਸੰਬੰਧੀ ਪੇਸ਼ ਕੀਤਾ, ਕਿਉਂਕਿ ਇਹ ਵਸ਼ੇ ਵਿਸ਼ੇ ਬੜੇ ਬਰੀਕ ਨੇ, ਅਸੀਂ ਸਬੈਕਨ ਸਾਰੇ ਵਰਤਨੇ ਹਾਂ। ਪਰ ਮੈਂ ਅੱਜ ਕਥਾ 'ਚ ਤੁਹਾਨੂੰ ਬੇਨਤੀ ਕਰਾਂਗਾ, ਸੱਚ ਇਹ ਵੇ ਮੈਂ ਹੁਕਮ ਦੀ ਵਿਆਖਿਆ ਕਰਦਾ ਹੋਇਆ ਵੀ ਹੁਕਮ ਨਹੀਂ ਕਹਿ ਸਕਾਂਗਾ, ਕਿਉਂਕਿ ਗੁਰੂ ਸਾਹਿਬ ਖੁਦ ਕਹਿ ਗਿਆ ਇਸ ਧਰਤੀ 'ਤੇ ਕੋਈ ਨਹੀਂ ਜੰਮਿਆ ਜਿਹੜਾ ਰੱਬ ਦੇ ਹੁਕਮ ਨੂੰ ਮੁਕੰਮਲ ਕਹਿ ਸਕੇ। ਹੁਕਮ ਨਾ, ਬੜੀ ਸਪਸ਼ਟ ਜੀ ਗੱਲ ਹੈ। ਜਿੰਨੀ ਕੁ ਸਾਨੂੰ ਸਮਝ ਪੈਂਦੀ ਸੀ ਗੱਲ ਉਨੀ ਕੁ ਕਰ ਲੈਂਦੇ। ਹੁਣ ਦੇਖੋ ਉਹ ਕਹਿੰਦੇ ਨੇ ਰੱਬ ਕਹਿੰਦਾ ਤੂੰ ਆ ਹੋ ਜਾ, ਸਭ ਕੁਝ ਹੋ ਗਿਆ। ਪਰ ਇੱਕ ਗੱਲ ਉਹ ਕਹਿੰਦੇ ਆ ਵੀ ਰੱਬ ਜਿਹੜਾ ਉਹ ਸਭ ਕਾਸੇ ਨੂੰ ਕਰਕੇ ਨਾ ਇਹਦੇ ਤੋਂ ਵੱਖ ਹੋ ਗਿਆ। ਗੁਰਮਤ ਵਿੱਚ ਹੁਕਮ ਕੀ ਹੈ? ਉਹਨੇ ਪਰਮਾਤਮਾ ਨੇ ਕਿਹਾ ਆ ਬਣ ਜਾਏ, ਧਰਤੀ ਬਣ ਗਈ, ਸਮੁੰਦਰ ਬਣ ਗਏ, ਜੀਵ ਜੰਤ ਬਣ ਗਏ। ਬਾਈਬਲ ਨੇ ਆਪਣੇ ਢੰਗ ਨਾਲ ਕਿਹਾ, ਉਹਨੇ ਰਚਨਾ ਦੀ ਵੱਖਰੀ ਗੱਲ ਕਰਕੇ ਕਿਹਾ ਵੀ ਇੰਨੇ ਦਿਨ ਰੱਬ ਨੇ ਬਣਾਇਆ, ਹੁਣ ਆਰਾਮ ਕੀਤਾ, ਕਿਹਾ ਸਭ ਕੁਝ ਬਣ ਜਾਏ। ਇਸਲਾਮ ਕਹਿੰਦਾ ਹੈ ਫਿਰ ਉਹ ਰੱਬ ਸੱਤਵੇਂ ਅਸਮਾਨ 'ਤੇ ਆਪਣੇ ਤਖ਼ਤ 'ਤੇ ਬੈਠ ਗਿਆ। ਇਹ ਅਸੀਂ ਮੰਨਦੇ ਹਾਂ ਨਾ ਵੀ ਸੱਤ ਅਸਮਾਨ ਤੋਂ ਬੈਠਾ ਹੈ। ਪਰ ਮੇਰੀ ਇੱਕ ਬੇਨਤੀ ਹੈ, ਗੁਰਮਤ ਨੇ ਹੁਕਮ ਨੂੰ ਮੰਨਿਆ ਹੈ, ਪਰ ਇੱਕ ਸ਼ਬਦ ਗੁਰਮਤ ਨੇ ਹੁਕਮੀ ਵੀ ਵਰਤਿਆ, ਹੁਕਮ ਤੇ ਹੁਕਮੀ। ਹੁਕਮੀ ਹੁਕਮ ਦੇ ਵਿੱਚ ਵਰਤਦਾ ਹੈ। ਫਿਰ ਇਸ ਬੇਨਤੀ ਨੂੰ ਸੁਣਿਓ, ਮੈਂ ਥੋੜ੍ਹੀ ਜਿਹੀ ਇਹਨੂੰ ਖੋਲ ਸਕਾਂ। ਮੰਨ ਲਓ ਆਪ ਜੀ ਕੈਨੇਡਾ ਵਿੱਚ ਬੈਠੇ ਹੋ, ਆਪ ਜੀ ਨੇ ਆਪਣੇ ਸ਼ਹਿਰ ਤੋਂ ਬਾਹਰ ਜਾਣਾ, ਸੌਖੀ ਸਮਝ ਪੈ ਜਾ, ਆਪਾਂ ਗੁੰਝਲਾਂ ਨਾ ਪਾਈਏ। ਤੁਹਾਡੇ ਕੰਮ ਬੜਾ ਜ਼ਿਆਦਾ ਹੈ, ਤੁਸੀਂ ਜਾਣ ਤੋਂ ਪਹਿਲਾਂ, ਚਲੋ ਅੱਜ ਫੋਨ 'ਤੇ ਅਸੀਂ ਗੱਲ ਕਰਨੀ ਹੈ ਜਿੱਥੇ ਵੀ ਹੋਈਏ, ਜਾਣ ਤੋਂ ਪਹਿਲਾਂ ਜਿਹੜੇ ਕੰਮ ਕਰਨ ਵਾਲੇ ਕਰਿੰਦੇ ਨੇ, ਤੁਹਾਡੇ ਵਰਕਰ ਨੇ, ਉਹਨਾਂ ਨੂੰ ਦੱਸ ਜਾਂਦੇ ਹੋ ਵੀ ਮੈਂ ਇੰਨੇ ਦਿਨ ਬਾਹਰ ਜਾ ਰਿਹਾ ਅਤੇ ਇੱਕ ਕੰਮ ਕਰਿਓ, ਮੇਰੀ ਗੈਰ ਹਾਜ਼ਰੀ ਵਿੱਚ ਇਹ ਕੰਮ ਸਾਰਾ ਹੋ ਜਾਏ, ਉਹ ਕੰਮ ਦੱਸ ਜਾਂਦਾ। ਹੁਣ ਸੁਣੋ, ਜਿਹਨੇ ਹੁਕਮ ਦਿੱਤਾ ਹੁਕਮੀ ਸੀ, ਉਹ ਹੁਕਮ ਦੇ ਕੇ ਵੱਖ ਹੋ ਗਿਆ, ਉਹ ਕੈਨੇਡਾ 'ਚੋਂ ਬਾਹਰ ਨਿਕਲ ਗਿਆ, ਪਰ ਉਹਦਾ ਜਿਹੜਾ ਹੁਕਮ ਸੀ, ਜਿਹੜਾ ਉਹਦਾ ਆਦੇਸ਼ ਸੀ, ਉਹ ਵਰਕਰ ਪਿੱਛੇ ਕਰੀ ਜਾਂਦੇ ਆ। ਉਹ ਗੈਰ ਹਾਜ਼ਰੀ ਵਿੱਚ ਕੰਮ ਹੋ ਰਿਹਾ ਹੈ, ਪਰ ਜਿਹਨੇ ਦੱਸਿਆ ਉਹ ਹਾਜ਼ਰ ਕੋਈ ਨਹੀਂ, ਜਿਹਨੇ ਦੱਸਿਆ ਉਹ ਹਾਜ਼ਰ ਨਹੀਂ, ਉਹਦੀ ਗੈਰ ਹਾਜ਼ਰੀ 'ਚ ਵਰਤਾਰਾ ਵਰਤ ਰਿਹਾ। ਉੱਥੇ ਹੁਕਮ ਦਾ ਕੰਸੈਪਟ ਇਹ ਵੇ ਕਿ ਕੁਨ ਬੋਕਨ ਨੂੰ ਕਿਹਾ ਸਭ ਕੁਝ ਹੋ ਗਿਆ, ਪਰ ਜਿਹਨੇ ਕਿਹਾ ਉਹਦੇ ਤੋਂ ਬਿਨਾਂ ਉਹ ਵੱਖ ਹੋ ਗਿਆ। ਪਰ ਗੁਰਮਤ ਕਹਿੰਦੀ ਹੈ ਨਹੀਂ, ਉਹਨੇ ਜਦੋਂ ਕਿਹਾ ਵੀ ਹੋ ਜਾ, ਹੋ ਜਾਣ ਤੋਂ ਬਾਅਦ ਕਰੀ ਗੈਰ ਹਾਜ਼ਰ ਨਹੀਂ ਹੁੰਦਾ, ਜੋ ਕੁਝ ਹੁੰਦਾ ਉਹਦੇ ਵਿੱਚ ਆਪ ਵਰਤੀ ਜਾਂਦਾ ਹੈ। ਬੇਨਤੀ ਸਮਝ ਪਈ ਜੀ? ਜੋ ਉਹ ਹੁਕਮ ਕਰ ਰਿਹਾ ਉਹ ਹੁਕਮ ਹੀ ਵੱਖ, ਬਸ ਹੈ ਵੱਖ ਹੈ ਹੀ ਨਹੀਂ। ਜੋ ਕੁਝ ਉਹਨੇ ਕਿਹਾ ਹੋ, ਸੱਚੀ ਮੁੱਚੀ ਹੋ ਗਿਆ, ਪਰ ਜੇ ਦੁੱਖ ਵਰਦਾ ਉਹਦੇ ਵਿੱਚ ਵੀ ਹਾਜ਼ਰ ਹੈ, ਜੇ ਸੁੱਖ ਵਰਦਾ ਤੇ ਉਹਦੇ ਵਿੱਚ ਵੀ ਹਾਜ਼ਰ ਹੈ, ਜੇ ਇੱਜ਼ਤ ਮਿਲਦੀ ਹੈ ਉਹਦੇ ਵਿੱਚ ਵੀ ਹਾਜ਼ਰ ਹੈ, ਜੇ ਅਪਮਾਨ ਮਿਲਦਾ ਤੇ ਉਹਦੇ ਵਿੱਚ ਵੀ ਹਾਜ਼ਰ ਹੈ। ਇਹੀ ਕਾਰਨ ਕਿ ਹੁਕਮ ਨੂੰ ਸਮਝਣ ਵਾਲੇ ਹਉਮੈ ਤੋਂ ਮੁਕਤ ਹੋ ਕੇ ਕਹਿੰਦੇ ਨੇ ਪਰਮਾਤਮਾ ਤੂੰ ਜਿਵੇਂ ਵੀ ਕਰੇਗਾ, ਜਿੱਥੇ ਵੀ ਕਰੇਗਾ, ਜਿਸ ਤਰ੍ਹਾਂ ਵੀ ਕਰੇਗਾ, ਜਿਵੇਂ ਵੀ ਕਰਾਏਗਾ, ਸੱਚ ਵੇ ਤੇਰੀ ਹਾਜ਼ਰੀ ਹਰ ਥਾਂ 'ਤੇ ਮੌਜੂਦ ਹੋਵੇਗੀ, ਦੁੱਖ ਵਿੱਚ ਵੀ ਸੂ ਅਤੇ ਸੁੱਖ ਵਿੱਚ ਵੀ ਤੂੰ। ਇਸ ਕਰਕੇ ਗੁਰਮਤ ਨੇ ਜੀ ਹੁਕਮ ਦਾ ਜਿਹੜਾ ਸੰਕਲਪ ਕਹਿ ਲਓ, ਚਲੋ ਸ਼ਬਦ ਅੱਜ ਕੱਲ੍ਹ ਵਿਦਵਾਨ ਵਰਤਦੇ ਨੇ, ਹੁਕਮ ਦੇ ਵਿਸ਼ੇ 'ਤੇ ਕਿਹਾ
ਵੀ ਹੁਕਮੀ ਦਾ ਵਰਤਾਰਾ ਵਰਤਦਾ ਹੈ। ਉਂਝ ਫਿਰ ਸਾਡੇ ਮਨ ਚ ਬੜੇ ਸਵਾਲ ਉੱਠਦੇ, ਜੇ ਉਹਦੇ ਹੁਕਮ ਵਰਤਦਾ ਫਿਰ ਚੰਗੇ ਕੀ ਤੇ ਮੰਦੇ ਕੀ। ਉਂਝ ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, ਇਹ ਸਾਨੂੰ ਗੁਰੂ ਦੱਸਦਾ ਵੀ ਤੂੰ ਚੰਗਾ ਇਨਸਾਨ ਬਣ, ਉਹਦੀ ਬਖਸ਼ਿਸ਼ ਵਰਤਦੀ। ਪਰ ਇਹ ਵੀ ਜੇ ਉਹਦੇ ਹੁਕਮ ਨੂੰ ਕੋਈ ਮੇਟਦਾ ਨਹੀਂ, ਵਾਹਿਗੁਰੂ ਜੀ ਹਾਂ ਸਤਿਗੁਰੂ ਕਿਰਪਾ ਕਰੇ ਉਹ ਕਰਮ ਭਗਤਾ ਵੀ ਦਿੰਦਾ ਤੇ ਕਰਮ ਤੋਂ ਮੁਕਤ ਵੀ ਕਰ ਦਿੰਦਾ। ਫਿਰ ਬੇਨਤੀ ਰਾਜੇ ਮੰਡੀ ਦੇ ਜੋ ਸੁਪਨੇ ਚ ਸਾਰੀ ਜੂਨ ਕੱਢ ਦਿੱਤੀ, ਕੱਢ ਦਿੱਤੀ ਨਾ ਗੁਰੂ ਜੀ ਕੋਲ ਆਇਆ। ਤੇ ਦਾਸ ਕਈ ਵਾਰੀ ਕਹਿੰਦਾ ਕਿ ਕਈ ਵਾਰੀ ਸੁਪਨੇ ਵਿੱਚ ਇੰਨਾ ਸਾਡੇ ਨਾਲ ਦੁਖਾਂਤ ਵਾਪਰਦਾ ਹੈ, ਬਾਣੀ ਪੜਨ ਵਾਲਾ ਪਸੀਨੋ ਪਸੀਨਾ ਹੋ ਕੇ ਕਹਿੰਦਾ ਮੈਂ ਕਦੀ ਚੇਤੇ ਵੀ ਨਹੀਂ ਕੀਤਾ ਆਹ ਮੇਰੇ ਨਾਲ ਬਣ ਕੀ ਗਿਆ। ਮੈਂ ਕਹਿੰਦਾ ਉਦਨ ਕਿਤੇ ਗੁਰੂ ਕਹਿੰਦਾ ਤੂੰ ਹੁਕਮ ਤਾਂ ਮੰਨਣਾ ਪਿਆ, ਮੈਂ ਉਹਦੇ ਹੁਕਮ ਚ ਦਖਲ ਨਹੀਂ ਦਿੰਦਾ, ਮੈਂ ਸੁਪਨੇ ਚ ਤੇਰਾ ਸਭ ਕੁਝ ਸਿਰੇ ਲਾ ਦੇਣਾ ਵਾ। ਹਜ਼ੂਰ ਨੇ ਬਖਸ਼ਿਸ਼ ਕੀਤੀ। ਹੁਣ ਉੱਥੇ ਦੇਖੋ ਹੁਕਮੀ ਸ਼ਬਦ ਹੈ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ। ਹੁਣ ਚੱਲਣਾ ਦਾ ਅਰਥ ਤੁਸੀਂ ਚੱਲੋ, ਪਰ ਜੇ ਨਾ ਚੱਲੋ ਤਾਂ ਵੀ ਚੱਲਾਂਗੇ। ਮੈਂ ਕਹਿੰਦਾ ਮੈਂ ਹੁਕਮ ਨਹੀਂ ਮੰਨਦਾ, ਇਸ ਨੂੰ ਹੀ ਸੁਣੋ। ਅਸੀਂ ਜਿੰਨੇ ਇਨਸਾਨ ਹਾਂ ਸਾਡੀ ਮਰਜ਼ੀ ਤਾਂ ਕੋਈ ਚੱਲੀ ਨਹੀਂ। ਉਂਝ ਬੜੀ ਗੱਲ ਸਪਸ਼ਟ ਏ, ਇਹ ਡੰਕੇ ਦੀ ਚੋਟ ਦੇ ਵੀ ਰੂਹਾਂ ਨੂੰ ਇੰਤਜ਼ਾਰ ਕਰਨੀ ਪੈਂਦੀ ਹੈ ਸਰੀਰ ਧਾਰਨ ਕਰਨ ਵਾਸਤੇ। ਗੁਰਬਾਣੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ, ਕਿਉਂਕਿ ਆਤਮਕ ਜੀਵਨ ਉਹ ਅਦ੍ਰਿਸ਼ਟ ਜੀਵਨ ਹੈ ਜਿਹੜਾ ਹੈ ਜ਼ਰੂਰ ਪਰ ਜਿਹਦੀ ਸਮਝ ਸਭ ਨੂੰ ਨਹੀਂ ਪੈਂਦੀ। ਨਾ ਸਮਝੀ ਕਰਕੇ ਫਿਰ ਅਸੀਂ ਇਸ ਰੱਬੀ ਗਿਆਨ ਦੀ ਵਿਆਖਿਆ ਵੀ ਮਾਨਵੀ ਗਿਆਨ ਦੇ ਤਲ ਤੇ ਕਰੀ ਜਾਂਦੇ ਹਾਂ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ। ਮੈਂ ਨਹੀਂ, ਕੱਲ੍ਹ ਵੀ ਮੈਂ ਕਿਹਾ ਅਸੀਂ ਨਹੀਂ ਮੰਨਦੇ। ਮੈਂ ਕਿਹਾ ਸਾਡਾ ਨਾ ਮੰਨਣਾ ਇੱਕ ਈਗੋ ਹੈ, ਮੈਂ ਨਹੀਂ ਮੰਨਦਾ। ਮੰਨ ਲਓ ਅਸੀਂ ਨਹੀਂ ਮੰਨਦੇ, ਇੱਥੋਂ ਤੱਕ ਜਿਹੜੇ ਸੱਚ ਤੱਕ ਪਹੁੰਚੇ। ਆ ਗਲੇਲੀਓ ਨੇ, ਸਾਇੰਟਿਸਟ ਨੇ ਇਹੀ ਕਿਹਾ ਸੀ ਨਾ ਜੀ ਇਹ ਧਰਤੀ ਘੁੰਮਦੀ ਹੈ, ਬਾਈਬਲ ਨਹੀਂ ਸੀ ਮੰਨ ਰਹੀ। ਪੋਪ ਨੇ ਕਿਹਾ ਤੈਨੂੰ ਸਜ਼ਾ ਮਿਲੇਗੀ, ਤੂੰ ਆਪਣੀ ਕਿਤਾਬ ਵੀ ਜੋ ਕੋਈ ਤੂੰ ਲਿਖਿਆ ਉਹਦੇ ਵਿੱਚ ਇਹ ਲਿਖ ਦੇ ਵੀ ਧਰਤੀ ਨਹੀਂ ਘੁੰਮਦੀ, ਭਾਵਾਂ ਕਿ ਉਹਨੇ ਲਾਲਟਨ ਖਿਲਦੀ ਤੂੰ। ਉਹਨੇ ਕਿਹਾ ਵੀ ਮੇਰੇ ਲਿਖਣ ਨਾਲ ਕੀ ਹੋ ਜਾਏਗਾ। ਕਹਿਣ ਲੱਗੇ ਤੂੰ ਧਰਮ ਵਿੱਚ ਪ੍ਰੋਬਲਮ ਖੜੀ ਕਰ ਰਹੀ, ਜਦੋਂ ਅਸੀਂ ਬਾਈਬਲ ਨਹੀਂ ਮੰਨ ਰਹੀ ਵੀ ਧਰਤੀ ਘੁੰਮਦੀ ਹੈ ਤੇ ਤੂੰ ਕਿਵੇਂ ਕਹਿ ਦਿੱਤਾ। ਉਹਨੇ ਗੱਲ ਕਹੀ, ਕਹਿੰਦਾ ਝਗੜਾ ਨਿਬੜ ਜਾਏਗਾ, ਮੈਂ ਕਹਿੰਦੇ ਹੋ ਤੇ ਲਿਖ ਕੇ ਚਲਾ ਜਾਂਗਾ, ਧਰਤੀ ਨਹੀਂ ਘੁੰਮਦੀ, ਮੇਰੇ ਲਿਖਣ ਦੇ ਨਾਲ ਧਰਤੀ ਨੇ ਰੁਕਣਾ ਕੋਈ ਨਹੀਂ, ਜਿਹਨੇ ਘੁੰਮੀ ਜਾਣਾ ਹੈ। ਤੁਹਾਨੂੰ ਵੀ ਭਰਮ ਪਾਉਣਾ ਹੈ ਨਾ, ਤੁਸੀਂ ਖੁਸ਼ ਹੋ ਜਾਓਗੇ ਵੀ ਨਹੀਂ ਨਹੀਂ ਉਹਨੇ ਲਿਖ ਦਿੱਤਾ ਜੀ ਮੰਨ ਲਿਆ, ਮੈਂ ਮੰਨ ਲਾਂਗਾ ਤੁਹਾਡੀ ਗੱਲ ਜ਼ੋਰ ਨਾਲ ਜ਼ੁਲਮ ਨਾਲ ਤੁਸੀਂ ਮਨਾਓਗੇ। ਤੁਹਾਨੂੰ ਪਤਾ ਵੀ ਗਲੇਲੀਓ ਨੂੰ ਇਸੇ ਸਦੀ ਚ ਮੇਰਾ ਖਿਆਲ ਮਾਫ਼ੀ ਮੰਗੀ ਕਿ ਉਹਦੇ ਤੋਂ, ਉਹਦੀ ਕਬਰ ਤੋਂ। ਉਹਨੇ ਕਿਹਾ ਮੈਂ ਮੰਨ ਜਾਂਦਾ ਵੀ ਨਹੀਂ ਘੁੰਮਦੀ, ਪਰ ਤੁਹਾਨੂੰ ਮੇਰੇ ਨਾ ਮੰਨਣ ਨਾਲ, ਮੇਰੇ ਮੰਨਣ ਨਾਲ ਕੁਛ ਨਹੀਂ ਹੋਣਾ। ਜੋ ਰੱਬ ਦਾ ਵਰਤਾਰਾ ਹੈ ਨਾ ਤੁਸੀਂ ਰੋਕ ਸਕਦੇ ਹੋ ਨਾ ਮੈਂ ਰੋਕ ਸਕਦਾ। ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ ਜੀ, ਹੁਕਮ ਰਜ਼ਾਈ ਚੱਲਣਾ ਇੱਕ ਨਿੱਕਾ ਜਿਹਾ ਸੈੱਲ ਹੈ ਜਿੱਥੋਂ ਸਾਡਾ ਕੰਮ ਬੋਡੀ ਦਾ ਚੱਲਦਾ। ਇਸ ਪਾਣੀ ਤੇ ਜਿੰਨ ਤੂੰ ਘਰਿਆ, ਵਿਚਾਰ ਆਪਾਂ ਕਰਨੇ ਪਏ, ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਹੁਣ ਮਾਂ ਤੇ ਪਿਤਾ ਦਾ ਸੰਯੋਗ ਹੈ, ਮੇਲ ਫੀਮੇਲ ਦਾ ਸੰਯੋਗ ਹੈ। ਕੌਣ ਸੀ ਜੀ ਜਿਹਦੇ ਹੁਕਮ ਦਾ ਵਰਤਾਰਾ ਮਾਂ ਦੀ ਕੁੱਖ ਚ ਵਰਤਿਆ, ਨਿੱਕਾ ਜਿਹਾ ਸੈੱਲ ਜਿਹੜਾ ਅੱਖਾਂ ਨਾਲ ਨੰਗੀਆਂ ਨਾਲ ਨਹੀਂ ਦਿਸਦਾ ਉਹਦਾ ਵਜੂਦ ਬੰਦੇ ਦਾ ਬਣ ਲੱਗ ਪਿਆ। ਗੁਰਬਾਣੀ ਮੁਤਾਬਕ ਉਹ ਹੁਕਮ ਦਾ ਵਰਤਾਰਾ ਚੱਲ ਰਿਹਾ ਤੇ ਯਾਦ ਰੱਖਿਓ ਹੁਕਮ ਦਾ ਵਰਤਾਰਾ ਹੀ ਤਾਂ ਅੱਗੇ ਲੈ ਕੇ ਜਾਂਦਾ। ਹੁਕਮ ਸਾਨੂੰ ਕਦੀ ਰੁਕਣ ਨਹੀਂ ਦਿੰਦਾ, ਕਹਿੰਦਾ ਅੱਗੇ ਚੱਲਿਆ ਚੱਲ। ਹੁਣ ਉਸ ਵਿੱਚ ਨਿੱਕਾ ਜਿਹਾ ਸੈੱਲ 6 ਮਹੀਨੇ ਚ ਸਰੀਰ ਦੀ ਬਣਤਰ ਬਣ ਗਈ, ਦਸੀ ਮਾਸੀ ਜਨਮ ਲੈ ਲਿਆ। ਗੁਰਮੁਖੋ ਜੇ ਹੁਕਮ ਨਾ ਵਰਤਦਾ ਉਹ ਨਿੱਕਾ ਜਿਹਾ ਸੈੱਲ ਵਿਕਸਿਤ ਕਿਉਂ ਹੁੰਦਾ? ਮੈਡੀਕਲ ਸਾਇੰਸ ਆਪਣੇ ਢੰਗ ਨਾਲ ਕਹੇਗੀ। ਗੁਰੂ ਕਹਿੰਦਾ ਜਦੋਂ ਉਹਨੇ ਸ਼ੁਰੂ ਕੀਤਾ ਤੂੰ ਹੁਕਮ ਦਾ ਅੱਜ ਨਹੀਂ ਚੱਲਦਾ ਪਿਆ, ਤੂੰ ਗਰਭ ਜੂਨ ਵਿੱਚ ਵੀ ਹੁਕਮ ਕਰਕੇ ਹੀ ਆਇਆ ਹੈ। ਉਹਦੇ ਹੁਕਮ ਨਾਲ ਤੇਰਾ ਅੰਗ ਪ੍ਰਤੀ ਅੰਗ ਬਣਿਆ, ਤੇਰਾ ਸਰੀਰ ਬਣਿਆ। ਤੇ ਯਾਦ ਰੱਖਿਓ ਜਿਸ ਦਿਨ ਜਨਮ ਹੋਇਆ ਅਸੀਂ ਸਾਰੇ ਕਹਿੰਦੇ ਹਾਂ ਵਧਾਈ ਹੋਵੇ। ਤੇ ਮੈਂ ਇੱਕ ਵਾਰੀ ਕਿਹਾ ਸੀ ਜੇ ਕਿਸੇ ਦੇ ਘਰ ਬੱਚਾ ਜਨਮ ਲਏ ਤੇ ਤੁਸੀਂ ਜਾ ਕੇ ਕਹੋ ਵੀ ਭਾਈ ਬੜਾ ਚੰਗਾ ਰੱਬ ਦਾ ਭਾਣਾ ਤੁਹਾਡੇ ਕਲਾ ਚ ਵਾਪਰਿਆ, ਅਗਲੇ ਸਾਰੇ ਡਾਂਗਾਂ ਛਿੱਕਣਗੇ ਵੀ ਇਹ ਬੰਦਾ ਮਰਿਆਂ ਦੀ ਗੱਲ ਕਰਦਾ ਪਿਆ, ਸਾਡੇ ਘਰ ਨਿਆਣਾ ਹੋਇਆ ਇਹ ਕਹਿੰਦਾ ਭਾਣਾ ਵਾਪਰ ਗਿਆ। ਗੁਰੂ ਅਮਰਦਾਸ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਭਾਣੇ ਦਾ ਅਰਥ ਮੌਤ ਨਹੀਂ ਹੁੰਦਾ,
ਭਾਣੇਦਾਰ ਤੇ ਭਾ ਜਾਣਾ, ਜਦੋਂ ਭਾ ਜਾਂਦਾ ਉਦੋਂ ਜਨਮ ਹੁੰਦਾ ਹੈ, ਜਦੋਂ ਉਹਨੂੰ ਭਾ ਜਾਂਦਾ ਉਦੋਂ ਮੌਤ ਹੋ ਜਾਂਦੀ ਹੈ। ਤੇ ਆਨੰਦ ਸਾਹਿਬ ਵਿੱਚ ਪਾਠ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹਦੇ ਵਿੱਚ ਇੱਕ ਬਚਨ ਆਉਂਦਾ ਹੈ, ਜਾਂ ਤਿਸ ਭਾਣਾ ਤਾਂ ਜੰਮਿਆ। ਭਾਣਾ ਟ੍ਰੈਜਡੀ ਨਹੀਂ, ਭਾਣੇ ਸੁੱਖ ਹੈ। ਭਾਣੇ ਤਖਤ ਵਡਾਈਆਂ, ਗੁਰੂ ਨਾਨਕ ਸਾਹਿਬ ਨੇ ਤਖਤ ਮਿਲ ਨੂੰ ਵੀ ਭਾਣਾ ਕਿਹਾ। ਭਾਣੇ ਭੀਖ ਉਦਾਸ ਜੀਓ, ਤੇਰੇ ਭਾਣੇ ਵਿੱਚ ਮੰਗਤਾ ਭਾਣੇ, ਤੇਰੇ ਭਾਣੇ 'ਚ ਤਖਤ ਨੇ। ਫਿਰ ਅਰੇ ਸੁਣੋ ਗੁਰਮੁਖੋ, ਉਹ ਹੁਕਮ ਚੱਲਿਆ ਜੀ। ਉਂਝ ਵੈਸੇ ਮੈਂ ਫਿਰ ਇੱਕ ਹੋਰ ਬੇਨਤੀ ਕਰਾਂ ਆਪ ਜੀ ਨੂੰ, ਆਪ ਜਦੋਂ ਸ਼ਬਦ ਨੂੰ ਹੋਰ ਡੰਗਾਈ 'ਚ ਵਾਚੋਗੇ, ਹੁਕਮ ਕਿੱਥੋਂ ਸ਼ੁਰੂ ਹੋ ਗਿਆ, ਕਦੋਂ ਸ਼ੁਰੂ ਹੋਇਆ? ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਜੇ ਪਾਠ ਹਾਂ, ਮੈਂ ਰੋਜ਼ ਕਹਿੰਦਾ ਕੋਈ ਮੈਨੂੰ ਇਸ ਰਸਤੇ 'ਤੇ ਹੋਰ ਦੱਸੇ, ਮੈਂ ਨਤਮਸਤਕ ਹੋਵਾਂਗਾ, ਕਿਉਂਕਿ ਇਹ ਇਹ ਇਹਦਾ ਅੰਤ ਕੋਈ ਨਹੀਂ। ਜਿਸ ਦਿਨ ਅਫੁਰ ਨੇ, ਅਫੁਰ ਦਰਥ ਜਿਹੜਾ ਆਪ ਹੀ ਨੇ ਆਪ ਸਾਜਿਓ ਜੀ, ਆਪਣੇ ਆਪ ਬੈਠਾ ਸੀ, ਉਹਨੂੰ ਉਹਨੂੰ ਕੀ ਲੋੜ ਸੁਣ ਸਮਾਧ ਲਗਾਏ ਦਾ। ਜਿਸ ਦਿਨ ਅਫੁਰ ਨੇ, ਪਰਮ ਸੱਚ ਨੇ ਆਪਣੇ ਆਪ ਨੂੰ ਸਫੁਰ ਕਰਨਾ ਸੀ, ਇਹ ਦ੍ਰਿਸ਼ਟਮਾਨ ਬਣਾਉਣਾ ਸੀ। ਕੁਛ ਗੁਰਮੁਖ ਕਹਿੰਦੇ ਆ, ਅਫੁਰ ਵਿੱਚੋਂ ਜਿਹੜਾ ਸਫੁਰ ਹੋਣ ਦਾ ਫੁਰਨਾ ਉੱਠਿਆ, ਉਹ ਫੁਰਨਾ ਹੀ ਹੁਕਮ ਸੀ, ਉਹ ਆਪਣੇ ਆਪੇ ਵਿੱਚ ਸੀ ਜੀ। ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਦੇਖਾਂਗੇ, ਸਮਝ ਪਏਗੀ ਬਾਣੀ 'ਚ। ਹੁਣ ਉਹ ਹੁਕਮ ਵਰਤਿਆ, ਯਾਦ ਰੱਖੋ, ਉਹਦੇ ਹੁਕਮ ਵਿੱਚ ਮਟੀਰੀਅਲ ਦੀ ਲੋੜ ਨਹੀਂ ਸੀ। ਹੁਣ ਕੋਈ ਬੰਦਾ ਕਹਿੰਦਾ ਵੀ ਅਸੀਂ ਬਿਲਡਿੰਗ ਬਣਾਉਣੀ ਹੈ, ਪਹਿਲਾਂ ਉਹ ਲਾਟ ਖਰੀਦਦਾ, ਫਿਰ ਉਹ ਪਾਸ ਕਰਾਉਂਦਾ, ਫਿਰ ਨਕਸ਼ੇ ਪਾਸ ਹੁੰਦੇ ਨੇ, ਨਕਸ਼ੇ ਪਾਸ ਹੋਣ ਨਾਲ ਥੋੜ੍ਹਾ ਬਣ ਜਾਂਦੀ, ਬਾਹਰ ਸ਼ੀਸ਼ੇ ਵਿੱਚ ਅਸੀਂ ਮਾਡਲ ਵੀ ਬਣਾ ਕੇ ਰੱਖ ਦਈਏ ਲੱਕੜ ਦਾ। ਗੁਰਮੁਖੋ, ਮਟੀਰੀਅਲ ਆਉਂਦਾ ਹੈ, ਉਸ ਤੋਂ ਬਾਅਦ ਮਿਸਤਰੀ ਆਉਂਦੇ ਆ, ਕਾਰੀਗਰ ਆਉਂਦੇ ਆ, ਅੱਗੋਂ ਹਕੂਮਤ ਆਪਣੇ ਵੱਲੋਂ ਜੋ ਉਹਨੇ ਰੱਖੀਆਂ ਨੇ ਪਾਬੰਦੀਆਂ, ਉਸ ਮੁਤਾਬਕ ਉਹ ਦੇਖਦੇ ਨੇ, ਫਿਰ ਕਿਤੇ ਬਣਦਾ ਹੈ। ਇਹਦਾ ਮਤਲਬ ਜ਼ਮੀਨ ਵੱਖਰੀ, ਨਕਸ਼ਾ ਵੱਖਰਾ, ਬਣਾਉਣ ਵਾਲੇ ਵੱਖਰੇ, ਮਟੀਰੀਅਲ ਵੱਖਰਾ। ਪਰ ਜਿਸ ਦਿਨ ਸ੍ਰਿਸ਼ਟੀ ਦੀ ਰਚਨਾ ਕੀਤੀ, ਹਕੀਕਤ ਇਹ ਕਿ ਰੱਬ ਜੀ ਨੂੰ ਬਣਾਉਣ ਵਾਸਤੇ ਕੁਛ ਵੀ ਬਾਹਰੋਂ ਮਟੀਰੀਅਲ ਤਾਂ ਹੈ ਹੀ ਨਹੀਂ ਸੀ, ਕੁਛ ਵੀ ਨਹੀਂ ਸੀ ਜੀ। ਉਸ ਦਿਨ ਉਸਨੇ ਆਪਣੇ ਹੁਕਮ ਵਿੱਚੋਂ ਹੀ ਸਭ ਕੁਝ ਸਿਰਜ ਦਿੱਤਾ, ਕਿਉਂਕਿ ਉਹਦੇ ਹੁਕਮ ਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ। ਹੁਣ ਉਹਦੇ ਹੁਕਮ 'ਚੋਂ ਵਰਤਿਆ ਨਾ ਜੀ, ਉਹਨੂੰ ਕਿਸੇ ਚੀਜ਼ ਦੀ ਲੋੜ ਨਾ ਪਈ। ਉਹਦੇ ਹੁਕਮ 'ਚ ਇਹ ਜੀਵ ਦਾ ਜਨਮ ਹੁੰਦਾ ਜੀ, ਉਹਦੇ ਹੁਕਮ ਦੇ ਵਿੱਚ। ਫਿਰ ਉਹ ਕਿਸੇ ਨੂੰ ਚੰਗਿਆਂ ਬਣਾ ਦਿੰਦਾ ਹੈ, ਕਿਸੇ ਨੂੰ ਮੰਦਿਆਂ ਬਣਾ ਦਿੰਦਾ ਹੈ। ਕੋਈ ਵਿਚਾਰੇ ਸਾਰੀ ਜ਼ਿੰਦਗੀ ਲਾਹਨਤਾਂ ਲਈ ਜਾਂਦੇ ਆ, ਕਈ ਸਾਰੀ ਜ਼ਿੰਦਗੀ ਲੋਕਾਂ 'ਚ ਪੂਜੇ ਜਾਂਦੇ ਆ, ਮੰਨੇ ਜਾਂਦੇ ਆ, ਕਈ ਸਾਰੀ ਜ਼ਿੰਦਗੀ ਦੁੱਖ ਹੰਡਾਉਂਦੇ ਨੇ, ਕਈ ਸਾਰੀ ਜ਼ਿੰਦਗੀ ਸੁੱਖ ਮਾਣੀ ਜਾਂਦੇ ਆ। ਪਰ ਗੁਰੂ ਸਾਹਿਬ ਕਹਿੰਦੇ ਆ, ਇਸ ਨਾਲ ਫਿਰ ਇੱਕ ਹੋਰ ਚੀਜ਼ ਪੈਦਾ ਕੀਤੀ ਹੁਕਮ ਨੇ ਨਾ, ਇਸ ਦੁਨੀਆਂ ਨੂੰ ਚਲਾਉਣ ਦੇ ਲਈ ਖੌਮੇ ਬਣਾ ਦਿੱਤੀ। ਔਖਾ ਜਿਹਾ ਥੋੜ੍ਹਾ ਵਿਸ਼ਾ ਲੱਗੇਗਾ, ਪਰ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਬੋਲ ਮੈਂ ਬਾਣੀ ਚੁਰਿਆ, ਖੌਮੇ ਇਹ ਆ ਜਾਤਕ ਹੈ, ਖੌਮੇ ਕਰਮ ਕਮਾਏ, ਕਮਾਏ ਖੌਮੇ ਇਹ ਹੀ ਬੰਦਨਾ ਫਿਰ ਜੋਨੀ। ਅੱਗੇ ਕੀ ਹੈ, ਖੌਮੇ ਇਹੋ ਹੁਕਮ ਹੈ, ਹੁਕਮ ਦਾ ਵੀ ਇਹੀ ਕਾਰਨ। ਤੁਸੀਂ ਜਦੋਂ ਬਾਣੀ ਨੂੰ ਰੱਖ ਕੇ ਸਾਹਮਣੇ ਪੜੋਗੇ ਖੌਮੇ ਤੇ ਹੁਕਮ ਨੂੰ, ਖੌਮੇ ਵੀ ਹੁਕਮ ਵਿੱਚੋਂ ਪੈਦਾ ਹੋਈਏ, ਜਿਸ ਵਿੱਚੋਂ ਪੈਦਾ ਹੋਈਏ, ਜਿੰਨੀ ਦੇਰ ਤੱਕ ਉਹਨੂੰ ਨਹੀਂ ਸਮਝਿਆ ਜਾਣਾ, ਉਨੀ ਦੇਰ ਤੱਕ ਮਿਟਣਾ ਨਹੀਂ। ਤਾਂ ਹੀ ਤਾਂ ਬਾਬਾ ਕਹਿੰਦਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ, ਕਿਉਂਕਿ ਹੁਕਮ 'ਚੋਂ ਨਿਕਲੀ ਹੈ ਨਾ। ਹੁਣ ਉਹਦੇ ਹੁਕਮ 'ਚ ਅਸੀਂ ਚੱਲ ਪਏ ਅੱਗੇ, ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲੈ, ਮੈਂ ਹੁਕਮ ਨਹੀਂ ਮੰਨਦਾ। ਸੱਚ ਇਹ ਵੀ ਜਿਸ ਦਿਨ ਉਹਦੇ ਹੁਕਮ ਦਾ ਵਰਤਾਰਾ ਭਾਣਾ ਵਰਤਦਾ ਹੈ, ਜਿਹੜਾ ਕਹਿੰਦਾ ਮੈਂ ਨਹੀਂ ਮੰਨਦਾ, ਉਹਨੂੰ ਵੀ ਆਪਣੇ ਹੁਕਮ ਵਿੱਚ ਅੱਗੇ ਲਾ ਤੁਰਦਾ ਹੈ। ਇਸੇ ਕਰਕੇ ਗੁਰੂ ਨੇ ਇਹ ਗੱਲ ਕਿ ਆਹ ਜਿਹੜੇ ਰੁੱਖ ਤੁਹਾਡੇ ਸਾਹਮਣੇ ਨੇ, ਇਹ ਅਚਨਚੇਤ ਹੁਕਮ ਮੰਨੀ ਜਾ ਰਹੇ ਜੀ, ਅੱਗੇ ਤੁਰਨਗੇ। ਇਹ ਪੱਥਰ ਨੇ, ਇੱਕ ਸੱਜਣ ਨੇ ਕਿਹਾ ਜੀ ਇਹ ਹੁਣ ਇੰਨੀ ਦੁਨੀਆਂ ਵੱਧ ਗਈ, ਇਹ ਸਵਾਲ ਸੀ ਉਹਦਾ ਵੀ ਇਹ ਫਿਰ ਜੂਨਾ ਰੱਬ ਨਵੀਆਂ ਘੜਨ ਲੱਗ ਪਏ। ਮੈਂ ਇੱਕ ਬੇਨਤੀ ਕੀਤੀ ਸੀ, ਪਿਆਰਿਓ ਤੁਸੀਂ ਇਸ ਪਲੈਨਟ ਦੀ ਗੱਲ ਮਤ ਕਰੋ, ਮਤ ਸੋਚੋ ਅਸੀਂ ਜਨਮ ਇਸੇ ਪਲੈਨਟ 'ਤੇ ਦੁਬਾਰਾ ਲਾਂਗੇ। ਪਤਾ ਨਹੀਂ ਰੱਬ ਦੀ ਰਚਨੀ ਹੋਈ ਰਚਨਾ ਵਿੱਚ ਕਿੰਨੀਆਂ ਕੁ ਕਰਮ ਭੂਮੀਆਂ ਨੇ, ਉੱਥੇ ਜੀਵਨ ਦੀ ਜੁਗਤ ਉਹ ਨਹੀਂ ਹੋ ਸਕਦੀ ਜਿਹੜੀ ਇਸ ਧਰਤੀ ਦੇ ਉੱਤੇ ਹੈ, ਉਹਦੇ ਪਸਾਰੇ ਦਾ ਤੇ ਅੰਤ ਹੀ ਕੋਈ ਨਹੀਂ। ਗੁਰੂ ਸਾਹਿਬ ਨੇ ਤੇ ਸ਼ਬਦ ਵਰਤਿਆ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਇਸ ਤੋਂ ਅਗਲੀ ਪੌੜੀ ਪੜੋ, ਤੁਹਾਨੂੰ ਸਭ ਨੂੰ ਚੇਤੇ ਕਰੇ ਸੋ ਚੰਗਾ ਮਾਣ ਸਮਝਣ ਲਈ ਇਸ ਪੌੜੀ ਲਈ ਜ਼ਰੂਰੀ ਹੋਵੇਗਾ। ਮੈਂ ਦੋ ਪੌੜੀਆਂ ਤਿੰਨ ਜਪਜੀ ਸਾਹਿਬ 'ਚ ਅਰਜ਼ ਕਰਨੀਆਂ।
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਹੁਕਮੀ ਹੋਵਨ ਆਕਾਰ, ਹੁਕਮ ਕੇਵਲ ਬਾਹਰਮੁਖੀ ਆਰਡਰ ਨਹੀਂ, ਉਹਦੇ ਵਿੱਚ ਆਪ ਹੁਕਮੀ ਵਰਤ ਰਿਹਾ ਹੈ। ਹੁਕਮੀ ਹੋਵਨ ਆਕਾਰ, ਪਰ ਜੇ ਕਿਸੇ ਗਿਆਨੀ ਨੂੰ, ਕਿਸੇ ਸਤ ਪੁਰਸ਼ ਨੂੰ ਕਹਿ ਕਿ ਮੈਨੂੰ ਇਹ ਦੱਸੋ ਵੀ ਹੁਕਮ ਹੈ ਕੀ, ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਜਿੰਨੀ ਕੁ ਸਮਝ ਪਈ ਮੈਂ ਤੈਨੂੰ ਉਹਨਾਂ ਕੋ ਕਹਿ ਦਿੱਤਾ, ਪਰ ਹਕੀਕਤ ਦੇਵੇ ਅੱਜ ਤੱਕ ਕੋਈ ਨਹੀਂ ਜੰਮਿਆ ਜਿਹੜਾ ਰੱਬ ਦੇ ਹੁਕਮ ਨੂੰ ਮੁਕੰਮਲ ਬਿਆਨ ਕਰ ਸਕੇ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਅੱਗੇ ਹੁਣ ਸੁਣਿਓ ਜਿਹੜੀ ਮੈਂ ਗੱਲ ਕਹੀ ਵੀ ਹੁਕਮ ਰਜਾਈ ਚੱਲਣਾ, ਇਹਦੀ ਵਿਆਖਿਆ ਅੱਗੇ ਵੀ ਹੁਕਮ ਰਜਾਈ ਚੱਲਣਾ ਦੀ, ਇਹ ਤਾਂ ਪੌੜੀ ਦਰ ਪੌੜੀ ਜਦੋਂ ਜਪਜੀ ਸਾਹਿਬ ਦਾ ਪਾਠ ਕਰਨੇ ਮੈਂ ਸੋਚਿਆ ਜਿਵੇਂ ਸਟੈਪ ਬਾਈ ਸਟੈਪ ਚੱਲੇ ਜਾਓ, ਉੱਤੇ ਉੱਤੇ ਚੜੀ ਜਾਂਦਾ। ਸੱਚੀ ਮੁੱਚੀ ਪੌੜੀ, ਇੱਕ ਇੱਕ ਪੌੜੀ ਦਾ ਡੰਡਾ ਜਪਦਾ ਸਾਨੂੰ ਸੱਚਖੰਡ ਤੱਕ ਲੈ ਜਾਂਦਾ ਹੈ। ਇੱਕ ਇੱਕ ਪੌੜੀ ਜਿਹੜੀ ਉਹ ਸ਼ਬਦ ਵਰਤਿਆ ਹੁਕਮੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਫਿਰ ਬਾਬਾ ਜੀ ਨੇ ਕਿਹਾ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ। ਅੱਗੇ ਜੀ ਹੁਕਮੀ ਹੋਵਣ ਜੀ, ਇਹ ਹੁਕਮ ਵਿੱਚ ਸੈਲ ਬਣਿਆ। ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਨੀਚ ਵੀ ਉਹਦੇ ਹੁਕਮ ਚ ਨੇ। ਬੜਾ ਔਖਾ ਜੀ ਇਹ ਸ਼ਬਦ ਸੁਣਨਾ। ਪਰਮ ਸੱਤ ਤੱਕ ਪਹੁੰਚਿਆ ਸਵੀਕਾਰ ਕਰ ਲੈਂਦਾ, ਚੰਗਾ ਵੀ ਤੇਰਾ ਤੇ ਮੰਦਾ ਵੀ ਤੇਰਾ, ਪਾਪ ਵੀ ਤੇਰਾ ਤੇ ਪੁੰਨ ਵੀ ਤੇਰਾ, ਇਹ ਸਭ ਤੇਰੇ ਨੇ। ਦਾਸ ਇਸੇ ਕਰਕੇ ਕਈ ਵਾਰੀ ਬੇਨਤੀ ਕਰਦਾ ਕਿ ਗੁਰੂ ਤੇਗ ਬਹਾਦਰ ਸਾਹਿਬ, ਚਲੋ ਅਸੀਂ ਭਾਵੇਂ ਸੁਣਾ ਦਿੰਦੇ ਹਾਂ, ਇਸ ਤਰ੍ਹਾਂ ਕਿਹਾ ਗੁਰੂ ਤੇਗ ਬਹਾਦਰ ਤੇ ਗੁਰੂ ਅਰਜੁਨ ਦੇਵ ਸ਼ਹੀਦ ਹੁੰਦੇ ਆ, ਪਰ ਯਾਦ ਰੱਖਿਓ ਜ਼ਬਾਨ ਤੋਂ ਇੱਕ ਲਫ਼ਜ਼ ਵੀ ਕਹਿੰਦੇ ਨਹੀਂ, ਤੁਹਾਡਾ ਬੇੜਾ ਗਰਕ ਹੋ ਜਾਣਾ। ਹਕੀਕਤ ਤੇ ਉਹਦੇ ਹੁਕਮ ਵਿੱਚੋਂ ਦਖਲ ਨਹੀਂ ਦਿੰਦੇ, ਪਰ ਹੁਕਮੀ ਆਪਣੇ ਹੁਕਮ ਦਾ ਵਰਤਾਰਾ ਵਰਤਾ ਦਿੰਦਾ ਜਿਹੜਾ ਹੁਕਮ ਨੂੰ ਸੱਤ ਕਰਕੇ ਮੰਨ ਜਾਂਦਾ। ਹੁਣ ਆਹ ਜਿਹੜਾ ਹੁਕਮੀ ਹੋਵਨ ਜੀ, ਇਹ ਜੀ ਵੀ ਹੁਕਮ ਚ ਹੈ, ਦੁੱਖ ਵੀ ਹੁਕਮ ਵਿੱਚ, ਸੁੱਖ ਵੀ ਹੁਕਮ ਵਿੱਚ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਇਹਦੀ ਥੋੜੀ ਜੀ ਆਪਾਂ ਕਰ ਲਈਏ। ਉੱਤਮ ਵੀ ਉਹਦੇ ਹੁਕਮ ਚ, ਨੀਚ ਵੀ ਉਹਦੇ ਹੁਕਮ ਚ, ਕਿਉਂਕਿ ਉਹਦੇ ਤੋਂ ਬਿਨਾਂ ਕੋਈ ਨਹੀਂ ਜੀ। ਬਾਬਾ ਜੀ ਨੇ ਇੱਕ ਸ਼ਬਦ ਵਰਤਿਆ, ਬਿਰਖ ਹੈ ਹੇਠ ਸਭ ਜੰਤ ਇਕੱਠੇ, ਇੱਕ ਬੋਲਣ ਇੱਕ ਤੱਤੇ ਇੱਕ ਬੋਲਣ। ਰੁੱਖ ਤਾਂ ਇੱਕੋ ਹੀ ਹੈ ਨਾ, ਕਹਿੰਦੇ ਕੋਈ ਇੰਨਾ ਕੌੜਾ ਬੋਲਦਾ ਪੁੱਛੋ ਕੁਝ ਨਾ, ਕੋਈ ਇੰਨਾ ਮਿੱਠਾ ਬੋਲਦਾ ਤੇ ਸੀਨੇ ਚ ਵੜ ਜਾਂਦਾ। ਬਿਰਖਾ ਹੇਠ ਸਭ ਦੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉ ਜਿਉ ਔਧ ਵਿਹਾਣੀਆਂ। ਉੱਤਮ ਨੀਚ ਕੀ ਹੈ, ਥੋੜਾ ਜਿਹਾ ਆਓ ਜਪਜੀ ਸਾਹਿਬ ਵਿੱਚੋਂ ਹੀ। ਆਹ ਪੌੜੀ ਜਿਹੜੀ ਅਸੀਂ ਪੜ੍ਹਦੇ ਹਾਂ ਅਸੰਖ ਜਪ, ਇਹ ਸਾਰੇ ਉੱਤਮ ਨੇ ਧਰਮ ਦੇ ਨਜ਼ਰੀਏ ਨਾਲ, ਰਿਲੀਜ਼ਨ ਦੇ ਨਜ਼ਰੀਏ ਨਾਲ, ਚੰਗੇ ਬੰਦਿਆਂ ਦੀ ਨਜ਼ਰੀਏ ਨਾਲ ਜਦੋਂ ਗੱਲ ਕਰੋਗੇ ਸਾਰੇ ਉੱਤਮ ਨੇ। ਜਪ ਕਰਨਾ ਉੱਤਮ ਹੈ, ਦਾਨ ਕਰਨਾ ਉੱਤਮ ਹੈ, ਸੂਰਮ ਗਤੀ ਨੂੰ ਪ੍ਰਾਪਤ ਕਰਨਾ ਉੱਤਮ ਹੈ, ਸਾਧਨਾ ਕਰਨੀ ਉੱਤਮ ਹੈ, ਪਰ ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾਈਏ, ਉਹਨੇ ਦੋਨਾਂ ਤਰ੍ਹਾਂ ਦੀ ਕਾਰ ਵਿੱਚ ਬਿਲਕੁਲ ਨਹੀਂ ਕਿਹਾ ਆਹ ਮਾੜਾ ਤੇ ਚੰਗਾ, ਦੋਨਾਂ ਲਈ ਇੱਕੋ ਸ਼ਬਦ ਵਰਤਿਆ ਭਲੀ ਹੈ। ਉਹ ਹੁਕਮ ਨੂੰ ਸਮਝ ਰਹੇ ਨੇ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ। ਇਹ ਸਤੀ ਦਾ ਅਰਥ ਦਾਨੀ ਹੈ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਕ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ। ਕੁਦਰਤ ਦਾ ਅਰਥ ਇੱਥੇ ਕਾਇਨਾਤ ਨਹੀਂ, ਇੱਥੇ ਕੁਦਰਤ ਦਾ ਅਰਥ ਸ਼ਕਤੀ ਤਾਕਤ। ਮੇਰੇ ਚ ਕੀ ਤਾਕਤ ਮੈਂ ਕਹਿ ਸਕਾਂ ਕਿੰਨੇ ਧਰਮੀ ਨੇ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰਮੁਖੋ ਇੱਕ ਦਿਨ ਪਾਠ, ਵੈਸੇ ਤੇ ਜਪਜੀ ਸਾਹਿਬ ਦੀਆਂ ਕਈ ਪੌੜੀਆਂ ਜਿਹ ਚ ਨਾਨਕ ਪਦ ਨਹੀਂ ਆਇਆ ਜੀ, ਮੇਰੇ ਮਨ ਚ ਆਇਆ ਵੀ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ। ਵੈਸੇ ਜਦੋਂ ਧਰਮੀਆਂ ਦਾ ਜ਼ਿਕਰ ਕੀਤਾ ਤੇ ਗੁਰੂ ਸਾਹਿਬ ਨੇ ਆਪਣਾ ਨਾਮ ਵੀ ਵਿੱਚ ਨਹੀਂ ਦਿੱਤਾ, ਨਾਨਕ ਪਦ ਨਹੀਂ ਆਇਆ ਇਹਦੇ ਚ। ਇਹ ਪੌੜੀ ਸਮਾਪਤ ਹੋ ਜਾਏਗੀ, ਨਾਨਕ ਸ਼ਬਦ ਨਹੀਂ ਆਉਂਦਾ। ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਕਿਹੜਾ ਨੂੰ ਮਾੜਾ ਕਹੇਗੀ, ਧਰਮ ਨੂੰ ਕੋਈ ਮਾੜਾ ਕਹੇਗਾ, ਸੂਰਮੇ ਨੂੰ ਕੋਈ ਮਾੜਾ ਕਹੇਗਾ, ਭਲੀ ਕਾਰ। ਇਸ ਤੋਂ ਅਗਲਾ ਜਿਹੜਾ ਬਚਨ ਹੈ ਜਿਹਨੂੰ ਸਮਾਜ ਬਿਲਕੁਲ ਪ੍ਰਵਾਨ ਨਹੀਂ ਕਰਦਾ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ
जोर असंख गलबड़ हत्या कमाए असंख पापी पाप कर जाए असंख कूड़े यार कूड़े फिराए असंख मलेश मल भक खाए असंख निंदक सिर करें पार। अगे बाबा जी ने अपना नाम ले लिया नानक नीच कहे विचार। पहली पौड़ी च नहीं आज बाबे दी गरीबी पावा मैनू पता है कि कुछ संप्रदाय विद्वान अर्थ करदे आ तर्क नहीं कि मैं नीचा दी लिस्ट दे रहा पर व्याकरण अनुसार नीच दे चचे नू औंकड़ लगी है एक वचन कह क्योंकि उन्हां दा मन च भी अदबली शब्द वरतीए पर जदों असीं आ पाठ करने आ मैं कीता ना जाता हराम खोर हों क्या मुंह देसा दुष्ट चोर नानक नीच कह विचार उत्थे फिर अर्थ करने पैणगे। देखो तुसी महाराज शब्द वरत रहे कि मालक जी असंख निंदक सिर करें भार नानक नीच कहे विचार वारिया ना जावा एक वार। अगे की है जो तुद भाव है क्योंकि इत्थे फिर हुक्म दा कंसेप्ट खुलदा हुक्मी उत्तम नीच तेरे हुक्म दा वरतारा है हुक्मी उत्तम नीच हुक्म लिख दुख सुख पाई है तेरे हुक्म च सुख है तेरे हुक्म च दुख है असी भोगने पए हुक्मी मारे शब्द वरते आ कि हुक्मी उत्तम नीच हुक्म लिख दुख सुख पाई है एक ना हुक्मी बख्शीश एक ना ते तेरी बख्शिश एक हुक्मी सदा पाई एक नू गेड़ा बनी रखने जमदे ने मरदे ने जमदे ने मरदे ने यही कारण फिर गुरु जो तरस भी आंदा है ना इन्हां गेड़े वाले रब ने ही तो खेड रचाई उन्हें क्या हुक्म विच गेड़े बजदे आ पर गुरु नू इन्ना कु अधिकार दे के अपना रूप दे के गुरु नू इह कहिंदा लै पकड़ तेनू दित्ती आ गया तू गेड़े विच पया होया दे भी गेड़े मुका सकना है। इसनू फिर सुनियो मन च आ गया उहदे हुक्म दखल दखल नहीं गुरु दे शब्द च समर्था है इसे करके गुरु साहब का एक बचन आंदा है कि आपे कुदरत साज के आपे करे विचार एक खोटे एक खरे आपे परखनहार खरे खजाने पाइए खोटे सटियां सडो कडो खोटिया नू बार महाराज कहिंदे रब कहिंदा है खोटे अंदर नहीं चाहिए खोटे सटियां बार बार खोटे सच्ची दरगाह सुटियां सच्ची दरगाह का मतलब वाहगुरु के घर चो बहर धक दिता किस आगे करें पुकार किदे कुल जान जिन्हों कहने रब सब नू रखदा उन्हें भी क्या मैं रखना चलो। अगे फिर महाराज कहिंदे सतगुरु पिछे भज पवे एहां करनी सार सतगुर खोट्यों खरे करे शब्द सवार नहा रब दे गुरु का क्यों रौला पाने गुरु वाले बनो भाई साहब सारे कहने क्योंकि गुरु को स्टैंप है जिहड़ी ग्रेस दे के बंदे नू रब दे घर च प्रवान करा देंदी है पर उत्थे भी हुक्म मनना पैंदा है। गुरु साहब ने इत्थे बख्शिश की सुनो फिर एक ना हुक्मी बख्शिश एक हुक्मी सदा पवाईए है हुक्म अंदर सब को मैं भी तुसी भी मैं कहा मैं नहीं मानता वो कहेगा काठ की पुत्री कहां करे बपरी खिलावन हारो जाने तू स्टेज ते बोली जा रहे हैं काठ की पुतली जे मैं चाह कल तक तू नहीं बोल सकेगा असी साड़ी कोई समर्था है बिल्कुल नहीं मारे शब्द वरत रहे हैं कहन लगे हुक्म है अंदर सब को बाहर हुक्म ना कोई। गुरु नानक साहब ने हुक्म नू इस तरह स्वीकार किया मैं एक उदाहरण आप जो चमासा आया जी जो बारिश बहुत पैंदी सी ना ते गुरु साहब जी ने भाई साहब नाल ने भाई मरदाना जी जन्म साखियां पढ़ने जो अज सवेरे शुरू किया भाई बाला जी का जिक्र आंदा है जी भाई साहब का उन्हों का जन्म स्थान उन्हों का खूह चंद्रभान का पुत्र है संधु का खडूर साहब उन्हें प्याना किया भाई मूला भी जाता एक बारी नाल सैदो की ओदा जिक्र भी जन्म साखी कर दी पर ज्यादा समा भाई मरदाना जी दातार जी की कृपा ने मैं कंध साहब गुरुद्वारे कथा कर गया तो उत्थे मैं एक बेनती की गुरु नानक साहब ने लम्बिया उदासियां कीतियां बहुत तीन खास करके चौथी पंजाब फेरी है पर जिस दिन भाई मरदाना शरीर छड़ गया बाबा जी ज्यादा दूर नहीं गए किन्नी कु मुहब्बत सी जां उहदी बख्शिश मीह बड़ा पै रहा है तो तुहानू पता है मीह दुख भी है तो मीह सुख भी है बाबा जी कहा नानक सावन जे वसै चहू उमाह होए नागा मिर्गा मछियां रसियां कर तन होए
ਕਹਿੰਦੇ ਉਹੀ ਮੀਂਹ ਪਏ, ਚਾਰ ਖੁਸ਼ ਨੇ, ਨਾਗ ਖੁਸ਼ ਨੇ, ਮਿਰਗ ਖੁਸ਼ ਨੇ, ਮੱਛੀਆਂ ਖੁਸ਼ ਨੇ, ਤੇ ਜਿਨ੍ਹਾਂ ਕੋਲ ਚਾਰ ਪੈਸੇ ਨੇ ਕਹਿੰਦੇ ਹੁਣ ਵੋਟਿੰਗ ਕਰਾਂਗੇ, ਚੰਗਾ ਮੀਂਹ ਪਿਆ। ਇਸ ਤਰੀਕੇ ਨਾਲ ਪੈਸੇ ਵਾਲੀ ਬਾਹਰ ਨਿਕਲੇਗਾ। ਨਾਗ ਖੁਸ਼ ਤਾਂ ਨੇ ਕਿ ਭੰਗ ਭੁੱਜਦੀ ਪਈ ਸੀ ਬਾਹਰੋਂ, ਕੋਈ ਲੱਭਦੇ ਨੀ, ਸੋਕੇ ਨੇ ਸਭ ਕੁਛ ਸਾੜਿਆ। ਤੇ ਮੈਂ ਕਈ ਵਾਰੀ ਸੋਚਣਾ ਆਪਣੇ, ਜਦੋਂ ਮੀਂਹ ਪੈਂਦਾ ਸੀ ਨਾ, ਕਣਕਾਂ ਗਾਹ ਲੈਂਦੇ ਸਾਂ ਸੌਣ ਵਾਸਤੇ, ਖੁੱਡਾਂ ਬੜੀਆਂ ਹੁੰਦੀਆਂ ਸਨ ਕਣਕ ਦੇ ਵਾਢੇ ਚ, ਜਦੋਂ ਮੀਂਹ ਪੈਣਾ ਉਦੋਂ ਚੂਹੇ ਸਾਰੇ ਬਾਹਰ ਨਿਕਲੇ, ਨਾਗ ਇੰਨੇ ਖੁਸ਼ ਹੁੰਦੇ ਸਨ, ਹੁਣ ਤਾਂ ਘਰ ਹੀ ਸਭ ਕੁਝ ਮਿਲਦਾ ਪਿਆ, ਉਹਨਾਂ ਨੂੰ ਪ੍ਰਸੰਨਤਾ ਖਾਣਾ ਮਿਲਣਾ। ਮਿਰਗ ਖੁਸ਼ ਨੇ, ਖਰਾ ਘਾਹ ਹੋਵੇਗਾ, ਮੱਛੀਆਂ ਖੁਸ਼ ਨੇ, ਤੇ ਰਸੀਏ ਖੁਸ਼ ਨੇ ਜਿਨ੍ਹਾਂ ਦੇ ਘਰ ਧਨ ਹੈ, ਕਿਉਂਕਿ ਉਹ ਖੁਸ਼ ਨੇ, ਜੇ ਪਈ ਵੀ ਜਾਏ ਤਾਂ ਕਿਹੜੀ ਗੱਲ। ਪਰ ਮਹਾਰਾਜ ਕਹਿੰਦੇ ਚਾਰ ਐਸੇ ਨੇ ਜਿਹੜੇ ਬੜੇ ਦੁਖੀ ਹੁੰਦੇ ਨੇ, ਨਾਨਕ ਸਾਵਨ ਜੇ ਵਸੈ ਚੌਂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਦਨਾ ਪੰਥੀ ਚਾਕਰ ਹੋਏ। ਗਾਈ ਪੁੱਤਾਂ ਦਾ ਅਰਥ ਬਲਦ, ਢੱਗੇ, ਬੈਲ, ਉਹ ਬੜੇ ਦੁਖੀ ਸਨ। ਜਦੋਂ ਜੇਠ ਸੀ, ਆਰਾਮ ਨਾਲ ਤੂ ਥੱਲੇ ਬੰਨ੍ਹ ਕੇ ਪੱਠੇ ਪਾਣੇ, ਉਹ ਵੀ ਖੁਸ਼ ਸਨ ਵੀ ਸਵੇਰੇ ਵੀ ਗਤਾਵਾ ਕਰ ਜਾਂਦਾ। ਗਤਾਵਾ ਸ਼ਬਦ ਵਰਤਦੇ ਹੋਣੇ ਤੁਹਾਡੇ, ਵੀ ਸਵੇਰੇ ਸ਼ਾਮੀ ਪਾਣੀ ਪੂਣੀ ਪਿਆਉਂਦੇ ਆ ਸਭ ਕੁਝ, ਜਦੋਂ ਮੀਂਹ ਪੈਂਦਾ ਹੈ ਉਹ ਵੀ ਦੁਖੀ ਹੋ ਜਾਂਦੇ ਨੇ, ਹੁਣ ਪੈਲੀ ਬੱਤਰ ਆ ਗਈ, ਸਾਡੀ ਬੱਸ ਹੋਵੇਗੀ, ਸਾਰਾ ਸਾਰਾ ਦਿਨ ਜਿਉਣਾ ਇਹਨੇ। ਗਾਈ ਪੁੱਤਾਂ ਨਿਰਦਨਾ, ਜਿਹੜਾ ਗਰੀਬ ਨੇ ਦਿਹਾੜੀ ਕਰਕੇ ਖਾਣੀ, ਉਹਦੇ ਲਈ ਸੌਣ ਰਿਮ ਜਿਮਾ ਨਹੀਂ। ਉਹ ਕਹਿੰਦਾ ਮੇਰਾ ਬਣੇਗਾ ਕੀ ਜੇ ਮੀਂਹ ਪੈ ਗਿਆ, ਮੈਨੂੰ ਦਿਹਾੜੀ ਕੋਈ ਨਹੀਂ ਮਿਲਣੀ। ਗਾਈ ਪੁੱਤਾਂ ਨਿਰਦਨਾ ਪੰਥੀ, ਜਿਹੜੇ ਸਫ਼ਰ 'ਚ ਨੇ ਉਹਨਾਂ ਲਈ ਮੁਸੀਬਤ ਖੜੀ ਹੁੰਦੀ ਹੈ, ਨਦੀਆਂ ਭਰ ਜਾਂਦੀਆਂ ਨੇ। ਅਤੇ ਚੌਥਾ ਚਾਕਰ, ਇਹ ਵਿਸ਼ਾ ਨਹੀਂ ਵੈਸੇ ਮੇਰਾ, ਇਹਦੇ ਵੀ ਸੱਚੀ ਜੇ ਮੈਂ ਅਰਥ ਬੜੀ ਵਾਰੀ ਕੀਤੇ, ਮੈਂ ਗੁਰੂ ਸਾਹਿਬ ਦੀ ਜੂਰੀ 'ਚ ਕਹਿੰਦਾ, ਤਸੱਲੀ ਕੋਈ ਨਹੀਂ ਹੋ ਰਹੀ ਕਿਸੇ ਟੀਕੇ ਨੂੰ ਪੜ੍ਹ ਕੇ, ਇਹਦੇ ਭਾਵ ਅਰਥ ਕੀ ਹੋਣਗੇ। ਸਿੱਧੇ ਸਿੱਧੇ ਅਰਥ ਬੜੇ ਸੌਖੇ ਨੇ। ਗਾਈ ਪੁੱਤਾਂ ਨਿਰਦਨਾ ਪੰਥੀ ਚਾਕਰ, ਮੀਂਹ ਜਿੰਨਾ ਪਰਜੀ ਪੈ ਜਾਏ, ਨੌਕਰ ਨੇ ਪੱਠੇ ਵੱਢ ਕੇ ਲਿਆਉਣੇ ਲਿਆਉਣੇ ਨੇ, ਭਾਵੇਂ ਗੋਡੇ ਗੋਡੇ ਪਾਣੀ 'ਚ ਜਾਏ। ਬਾਰਿਸ਼ ਬੜੀ ਪਈ ਤੇ ਭਾਈ ਮਰਦਾਨਾ ਸਾਹਿਬ ਨੇ ਇੱਕ ਬਚਨ ਕਿਹਾ, ਹੁਕਮ ਦੀ ਗੱਲ ਸੁਣਿਓ। ਕਹਿਣ ਲੱਗੇ ਮਹਾਰਾਜ ਇੰਨਾ ਮੀਂਹ ਪੈਂਦਾ ਪਿਆ, ਆਪਾਂ ਚੱਲੀਏ ਤਲਵੰਡੀ ਟਿੱਕੀ, ਕਿਤੇ ਆਪਾਂ ਟਿਕ ਜਾਈਏ ਮਹਾਰਾਜ। ਗੁਰੂ ਸਾਹਿਬ ਹੱਸ ਪਏ, ਕਹਿਣ ਲੱਗੇ ਨਹੀਂ ਮਰਦਾਨਿਆ, ਅਸੀਂ ਟਿਕ ਨਹੀਂ ਸਕਦੇ। ਕਹਿੰਦਾ ਆਪਣੇ ਸਿਰ 'ਤੇ ਕੋਈ ਭਾਰ ਥੋੜਾ। ਮਹਾਰਾਜ ਹੱਸ ਪਏ, ਕਹਿਣ ਲੱਗੇ ਨਹੀਂ, ਇੰਨੀ ਦੇਰ ਨੂੰ ਕੀ ਹੋਇਆ, ਦੁਪਹਿਰ ਨੂੰ ਇੱਕ ਹਰਕਾਰਾ ਲੰਘਿਆ। ਹਰਕਾਰਾ ਕਹਿੰਦੇ ਸਨ ਇਹ ਰੁੱਕੇ ਪਹੁੰਚਾਉਣ ਵਾਲਾ, ਸੰਦੇਸ਼ੇ ਪੁੰਜ, ਜਿਹਨੂੰ ਡਾਕੀਆ ਕਹਿੰਦੇ, ਪੋਸਟਮੈਨ। ਹਰਕਾਰਾ ਲੰਘਿਆ, ਉਹਨੇ ਗਲ 'ਚ ਝੋਲਾ ਪਾਇਆ ਸੀ, ਝੋਲੇ 'ਚ ਰੁੱਕੇ ਸਨ, ਚਿੱਠੀਆਂ ਸਨ, ਉਹ ਵੀ ਰੁਕ ਗਿਆ ਥੋੜ੍ਹਾ ਜਿਹਾ। ਮਹਾਰਾਜ ਕਹਿੰਦੇ ਤੂੰ ਕੌਣ? ਕਹਿੰਦਾ ਮੈਂ ਬਾਦਸ਼ਾਹ ਦਾ ਹਰਕਾਰਾ ਵਾਂ। ਕਹਿੰਦੇ ਇੰਨਾ ਮੀਂਹ ਪੈਂਦਾ ਤੂੰ ਟਿਕਦਾ ਨਹੀਂ ਭਾਈ ਮਰਦਾਨਾ ਜੀ ਕੋਲ ਸਾਂ? ਅਤੇ ਮਨ 'ਚ ਆਇਆ ਮਹਾਰਾਜ ਇਹਨੂੰ ਪੁੱਛਦੇ ਕੀ ਪਤਾ ਇਹਨਾਂ ਦਾ ਹੀ ਫੁਰਨਾ ਬਣ ਗਿਆ, ਉਹ ਟਿਕ ਜਾਈ। ਕਹਿੰਦੇ ਮਹਾਰਾਜ ਤੂੰ ਟਿਕਦਾ ਨਹੀਂ, ਤੈਨੂੰ ਟਿਕਾ ਨਹੀਂ ਇੰਨੇ ਮੀਂਹ 'ਚ, ਆ ਪੈਰ ਤੇਰੇ ਚਿੱਕੜ ਨਾਲ ਲਿਬੜੇ। ਉਹ ਕਹਿੰਦਾ ਸੰਤ ਜੀ ਬਾਦਸ਼ਾਹ ਦਾ ਹਰਕਾਰਾ ਵਾਂ, ਮੀਂਹ ਪਏ, ਸਰਦੀ ਹੋਵੇ, ਲੂ ਚੱਲੇ, ਮੇਰਾ ਕੰਮ ਹੈ ਵਕਤ ਸਿਰ ਸੁਨੇਹਾ ਪਹੁੰਚਾਉਣਾ ਹੈ। ਬਾਦਸ਼ਾਹ ਨਹੀਂ ਦੇਖਣਾ ਮੀਂਹ ਕੀ ਹੈ ਕੀ, ਮੈਂ ਵਕਤ ਸਿਰ ਸੁਨੇਹਾ ਪਹੁੰਚਾਉਂਦਾ ਵਾਂ। ਮਹਾਰਾਜ ਹੱਸ ਕੇ ਕਹਿੰਦੇ ਨੇ ਵੇਖੋ ਮਰਦਾਨਿਆਂ, ਇੱਕ ਬਾਦਸ਼ਾਹ ਦਾ ਹਰਕਾਰਾ ਹੈ, ਰਾਤ ਨਹੀਂ ਵਹਿੰਦਾ, ਦਿਨ ਨਹੀਂ ਵਹਿੰਦਾ, ਮੌਸਮ ਨਹੀਂ ਦੇਖਦਾ, ਮਾਨ ਨਹੀਂ ਦੇਖਦਾ, ਅਪਮਾਨ ਨਹੀਂ ਦੇਖਦਾ, ਇਹ ਤੁਰਿਆ ਜਾਂਦਾ ਵਕਤ ਸਿਰ ਸੁਨੇਹ ਪਹੁੰਚਾਉਣ ਲਈ। ਤੈਨੂੰ ਸੱਚ ਦੱਸਾਂ, ਮੇਰੇ ਪ੍ਰੀਤਮ ਵਾਹਿਗੁਰੂ ਨੇ ਮੈਨੂੰ ਹਰਕਾਰਾ ਬਣਾ ਕੇ ਭੇਜਿਆ, ਮੈਂ ਨਾਮ ਦੇ ਸੁਨੇਹੇ ਲੈ ਕੇ ਆਇਆ, ਤੇ ਮੈਂ ਨਾ ਰਾਤ ਚੈਨ ਲੈਣਾ ਤੇ ਨਾ ਮੈਂ ਦਿਨੇ ਟਿਕਣਾ ਹੈ, ਮੈਂ ਮਾਲਕ ਦੇ ਹੁਕਮ ਦਾ ਹੁਕਮੀ ਬੰਦਾ, ਉਹਦੇ ਹੁਕਮ 'ਚ ਹਾਂ। ਇਸੇ ਕਰਕੇ ਇਹ ਇਕੱਲੀ ਸਾਹ ਕੀ ਨਹੀਂ ਬਾਣੀ 'ਚ ਆਉਂਦਾ, ਹੋਂ ਢਾਡੀ ਵੇਕਾਰ ਕਾਰੈ ਲਾਇਆ, ਮਾਝ ਕੀ ਵਾਰ ਦੀ ਆਖਰੀ ਪੌੜੀ ਹੈ ਜੀ, ਹੋਂ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਓ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ, ਢਾਡੀ ਕਰੈ ਪਸਾਓ ਸ਼ਬਦ ਬਜਾਇਆ। ਮੇਰਾ ਕੰਮ ਹੀ ਇਹ ਵੇ। ਫਿਰ ਬੇਨਤੀ ਸੁਣਿਓ ਜੀ, ਅਗਲਾ ਥੋੜ੍ਹਾ ਜਿਹਾ ਆਓ, ਹੋਰ ਅੱਗੇ ਚੱਲੀਏ, ਇੱਕ ਪੌੜੀ ਅਸੀਂ ਹੋਰ ਲਈਏ, ਫਿਰ ਮੈਂ ਬਾਣੀ 'ਚ ਹੋਰ ਅਰਜ਼ ਕਰਨਾ। ਹੁਕਮ ਨੂੰ ਕੋਈ ਕਹਿ ਨਹੀਂ ਸਕਦਾ, ਕੌਣ ਹੈ ਜੀ ਉਹ ਹੁਕਮ ਨਾਲ ਮੱਥਾ ਕੋਈ ਲਾ ਸਕਦਾ? ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਇਸ ਗੱਲ ਨੂੰ ਸਮਝੀਏ। ਬੜਾ ਮੁਸ਼ਕਲ ਜੇ ਮੈਂ ਵੀ ਕਥਾ 'ਚ ਕਹਿ ਦਿੰਦਾ ਬੜਾ ਵੀ ਹੁਕਮ ਮੰਨ ਲਓ ਜੀ, ਭਾਣਾ ਮੰਨ ਲਓ ਜੀ, ਸੱਚ ਇਹ ਵੇ ਹੁਕਮ ਤੇ ਭਾਣਾ ਵੀ ਉਹ ਮੰਨਦੇ ਨੇ ਜਿਨ੍ਹਾਂ 'ਤੇ ਤੇਰੀ ਨਜ਼ਰ ਹੋ ਜਾਏ, ਦੂਜੇ ਤੋਂ ਨਹੀਂ ਮੰਨਿਆ ਜਾਂਦਾ, ਦੂਜਾ ਉਲਾਂਭੇ ਦਿੰਦਾ, ਟੁੱਟ ਜਾਂਦਾ ਅੰਦਰੋਂ।
ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਇੱਕ ਪੌੜੀ ਹੋਰ ਹੈ ਜੀ, ਤੁਸੀਂ ਦੇਖਿਓ ਉਸ ਪੌੜੀ ਦੀ ਸਮਾਪਤੀ ਭਾਣੇ ਚ ਹੈ। ਉਹ ਪੌੜੀ ਹੈ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਤੁੱਟੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ। ਇਹ ਹੁਕਮ ਦੀ ਵਿਆਖਿਆ ਕਰ ਰਹੇ ਨੇ ਮਹਾਰਾਜ ਜੀ, ਇਹ ਪੇ ਦਾਤ ਤੇਰੀ ਦਾਤਾਰ। ਪਹਿਲਾਂ ਇਹਦੇ ਅਰਥ, ਪਹਿਲੀ ਤੁੱਕ ਬਹੁਤਾ ਕਰਮ, ਕਰਮ ਇਹ ਬਹੁਤਾ ਨੀ, ਹਾ ਇਹਨੂੰ ਔਂਕੜੇ ਜੀ ਬਹੁਤਾ, ਆਪਾਂ ਬਹੁਤਾ ਹੀ ਕਹਿ ਦਿੰਦੇ ਹਾਂ ਨਾ। ਬਹੁਤਾ ਕਰਮ, ਕਰਮ ਦਾ ਅਰਥ ਹੈ ਬਖਸ਼ਿਸ਼। ਰੱਬ ਇੰਨਾ ਵੱਡਾ ਹੈ, ਉਹਦੀ ਬਖਸ਼ਿਸ਼ ਇੰਨੀ ਵੱਡੀ ਹੈ, ਉਹਨੂੰ ਖਿੰਦਸਿਆਂ ਵਿੱਚ ਅੰਕਾਂ ਵਿੱਚ ਲਿਖਿਆ ਹੀ ਨਹੀਂ ਜਾਂਦਾ। ਰੱਬ ਦੀ ਦਾਤ ਜੀ, ਜਿੰਨੇ ਮਰਜ਼ੀ ਕੰਪਿਊਟਰ ਲੈ ਲਓ, ਗਿਣਤੀ ਮਿਣਤੀ ਕਰ ਲਓ, ਬਾਬਾ ਜੀ ਨੇ ਕਹਿ ਦਿੱਤਾ ਸੱਚ ਏਵੇ, ਜੋ ਕੁਝ ਰੱਬ ਨੇ ਕੀਤਾ ਹੈ ਕੋਈ ਵੀ ਗਿਣਤੀ ਮਿਣਤੀ ਉਹਦੇ 'ਤੇ ਢੁਕੇਗੀ ਨਹੀਂ। ਬਹੁਤਾ ਕਰਮ ਲਿਖਿਆ ਨਾ ਜਾ, ਉਹਦੀ ਬਖਸ਼ਿਸ਼ ਨੂੰ, ਬਹੁਤੀ ਬਖਸ਼ਿਸ਼ ਨੂੰ ਕੋਈ ਲਿਖ ਨਹੀਂ ਸਕਦਾ। ਅਗਲੀ ਗੱਲ, ਵੱਡਾ ਦਾਤਾ ਤਿਲ ਨਾ ਤਮਾਏ, ਤਮਾ ਦਾ ਅਰਥ ਹੁੰਦਾ ਲਾਲਚ। ਵੱਡਾ ਦਾਤਾ ਉਹ ਸਭ ਨੂੰ ਦਿੰਦਾ ਪਿਆ। ਯਾਦ ਰੱਖਿਓ, ਇਹ ਵੱਡਾ ਦਾਤਾ ਕਿਉਂ ਵਰਤਿਆ, ਇਹਦੇ ਵਿੱਚ ਵੀ ਰਮਜ ਹੈ। ਸੌੜੇ ਦਿਲ ਵਾਲੇ ਕਈ ਵਾਰੀ ਉਹਨਾਂ ਨੂੰ ਦਿੰਦੇ ਨੇ ਜਿਹੜੀ ਉਹਨਾਂ ਦੀ ਖਾਂ 'ਚ ਖਾਂ ਮਿਲਾਉਂਦੇ ਨੇ। ਵੱਡਾ ਦਾਤਾ ਹੋਵੇ ਜਿਹੜੇ ਨਿਸ਼ੁਕਰੇ ਨੇ, ਰੱਬ ਉਹਨਾਂ ਨੂੰ ਵੀ ਦੇਈ ਜਾਂਦਾ ਹੈ। ਉਹ ਵੱਡਾ ਦਾਤਾ ਸ਼ਬਦ ਵਰਤਿਆ, ਵੱਡਾ ਦਾਤਾ ਤਿਲ ਨਾ ਤਮਾਏ, ਤਮਾ ਦਾ ਅਰਥ ਲਾਲਚ, ਉਹਨੂੰ ਤਿਲ ਜਿੰਨਾ ਲਾਲਚ ਨਹੀਂ। ਵੈਸੇ ਇੱਥੇ ਤਮਾਏ ਦਾ ਅਰਥ ਨਿਰੀ ਇੱਛਤ ਕਰਾਂਗੇ ਤੇ ਸੌਖਾ ਰਹੇਗਾ, ਉਹਨੂੰ ਕੋਈ ਇੱਛਾ ਨਹੀਂ, ਉਹਨੂੰ ਕੋਈ ਇੱਛਾ ਨਹੀਂ ਗੁਰਦੁਆਰੇ 'ਚ ਇੰਨਾ ਇਕੱਠ ਹੋਵੇ ਵਾਹਿਗੁਰੂ ਜੀ, ਉਹਨੂੰ ਕੋਈ ਤਮਾ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ, ਪਤਾ ਨਹੀਂ ਕਿੰਨੇ ਕੁ ਜੋਧੇ ਸੂਰਮੇ, ਅਪਾਰ ਦਰ ਤੇ ਜਿਨ੍ਹਾਂ ਦਾ ਪਾਰਾ ਵਾਰ ਨਹੀਂ, ਉਹ ਰੱਬ ਦੇ ਦਰ ਤੋਂ ਮੰਗਦੇ ਪਏ। ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਉਹਦੀਆਂ ਦਾਤਾਂ ਦੀ ਗਿਣਤੀ ਕੋਈ ਨਹੀਂ, ਕੋਈ ਵਿਚਾਰ ਨਹੀਂ ਹੋ ਸਕਦੀ। ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਤੁੱਟੈ ਵੇਕਾਰ, ਉਹਨੂੰ ਤਮਾ ਨਹੀਂ, ਉਹ ਦਈ ਜਾਂਦਾ। ਪਤਾ ਨਹੀਂ ਕਿੰਨੇ ਕੁ ਧਰਤੀ 'ਚ ਉਹਨੇ ਪੈਦਾ ਕੀਤੇ, ਜਿਹੜੇ ਰੱਜ ਕੇ ਉਹਦਾ ਸਭ ਕੁਝ ਮਾਣਦੇ ਨੇ, ਇੰਨੀ ਮੱਤ ਪੁੱਠੀ ਹੋ ਗਈ, ਉਹ ਕੇਵਲ ਵਕਾਰਾਂ ਵਿੱਚ ਹੀ ਖੱਪ ਖੱਪ ਕੇ ਮਰ ਗਏ। ਵੱਡਾ ਦਾਤਾ ਉਹ ਕਹਿੰਦਾ ਚਲੋ ਕੋਈ ਨਹੀਂ, ਤੁਹਾਡੀ ਮਰਜ਼ੀ, ਖੇਡ ਤਾਂ ਆਪਣੀ ਰਚਾਈ ਬੈਠਾ ਨਾ। ਕੇਤੇ ਖੱਪ ਤੁੱਟੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਕਾਹੀ ਖਾਏ, ਕਈ ਉਹਦਾ ਲੈ ਲੈ ਕੇ ਮੁੱਕਰ ਜਾਂਦੇ। ਤੂੰ ਸਾਨੂੰ ਕੀ ਦਿੱਤਾ? ਆਹ ਜਿਹੜੇ ਮੁੱਕਰਦੇ ਉਹਨਾਂ ਬਾਰੇ ਸੁਖਮਨੀ ਸਾਹਿਬ 'ਚ ਕਿਹਾ, ਦਸ ਵਸਤੂ ਲੈ ਪਾਛੈ ਪਾਵੈ, ਮੁੱਕਰ ਗਿਆ ਨਾ, ਦਸ ਦਿੱਤੀਆਂ ਉਹ ਨਹੀਂ ਚੇਤੇ, ਇੱਕ ਵਸਤ ਕਾਰਨ ਬੇਖੋਟ ਗਵਾਵੈ, ਇੱਕ ਵੀ ਨਾ ਦੇ ਦਸ ਵੀ ਹਿਰਲੇ ਤਾਂ ਉਹ ਮੂੜਾ, ਕਹੋ ਕਹਾਂ ਕਰੇ, ਕੀ ਕਰੇਗਾ ਮੂਰਖਾ, ਕੇਤੇ ਲੈ ਲੈ ਮੁੱਕਰ ਪਾਏ, ਕਈ ਉਹਦੀਆਂ ਦਾਤਾਂ ਲੈ ਲੈ ਕੇ ਮੁੱਕਰ ਜਾਂਦੇ। ਗੁਰੂ ਇਤਿਹਾਸ ਵਿੱਚ ਵੀ ਐਸਾ ਹੋਇਆ ਜੀ, ਗੁਰੂ ਅਮਰਦਾਸ ਵੇਲੇ ਗੰਗਾ ਰਾਮ ਦਾ ਜ਼ਿਕਰ ਆਉਂਦਾ, ਬਿਲਕੁਲ ਕੁਛ ਕਾਰੋਬਾਰ ਨਹੀਂ ਸੀ, ਗੋਇੰਦਵਾਲ ਆਇਆ ਸੇਵਾ ਕਰੇ, ਮਹਾਰਾਜ ਨੇ ਹੱਸ ਕੇ ਪੁੱਛ ਲਿਆ ਕਿੱਧਰ ਆਇਆ, ਉਹਨੇ ਕਿਹਾ ਸੇ ਮਹਾਰਾਜ ਕਹਿੰਦੇ ਸੇਵਾ ਲਈ ਤੂੰ ਆਇਆ, ਕਿਸੇ ਹੋਰ ਲਈ ਹੈ। ਉਹਨਾਂ ਮਹਾਰਾਜ ਨੇ ਕਿਰਪਾ ਕੀਤੀ, ਕੁਝ ਮਾਇਆ ਦਿੱਤੀ, ਕਹਿੰਦੇ ਜਾਂ ਵਪਾਰ ਕਰ, ਪਰ ਚੇਤੇ ਰੱਖੀ ਇਸ ਘਰ ਨੂੰ। ਦਿੱਲੀ ਗਿਆ, ਇੰਨਾ ਵਪਾਰ ਕੀਤਾ ਜੀ, ਉਹਨੂੰ ਭੁੱਲ ਗਿਆ। ਸ਼ੇਕਸਪੀਅਰ ਕਹਿੰਦਾ ਬਹੁਤ ਬੰਦੇ ਘੱਟ ਨੇ ਜਿਹੜਾ ਆਪਣਾ ਪਿਛੋਕੜ ਕਦੀ ਨਹੀਂ ਭੁੱਲਦੇ। ਉਹਨੇ ਇੱਕ ਉਦਾਹਰਨ ਦਿੱਤੀ ਸੀ, ਕਹਿੰਦਾ ਆਹ ਲੱਕੜ ਵਾਲੀਆਂ ਸੀੜੀਆਂ ਵਰਤਦੇ ਸਨ ਪੌੜੀਆਂ, ਕਹਿੰਦਾ ਇੱਕ ਇੱਕ ਸਟੈਪ ਲੈ ਕੇ ਬੰਦਾ ਛੱਤ 'ਤੇ ਚੜ੍ਹਦਾ, ਛੱਤ 'ਤੇ ਚੜ੍ਹਿਆ ਪਹਿਲਾ ਕੰਮ ਹੀ ਇਹ ਕਰਦਾ, ਜਿਸ ਪੌੜੀ ਨੇ ਚਾੜਿਆ ਉਹਦੇ ਵੱਲ ਪਿੱਠ ਕਰ ਲੈਂਦਾ। ਹੈ ਤਾਂ ਨੈਚੁਰਲੀ ਨਾ, ਪਰ ਉਹ ਸਮਝਾਉਣ ਲਈ ਕਹਿੰਦਾ ਜਿਸ ਪੌੜੀ ਨੇ ਚੜ੍ਹਾਇਆ ਉਹਦੇ ਵਾਲੀ ਪਿੱਠ। ਜਿਹੜੇ ਬੰਦੇ ਪਿਛੋਕੜ ਭੁੱਲ ਜਾਂਦੇ ਆ, ਯਾਦ ਰੱਖਿਓ ਹੁੰਦਾ ਦੁਨੀਆਂ 'ਚ ਦੁਖੀ ਉਹਨਾਂ ਲਈ, ਉਹਨੂੰ ਭੁੱਲ ਗਿਆ। ਇੱਥੇ ਕੋਈ ਗਰੀਬ ਪੰਡਿਤ ਆ ਗਿਆ, ਉਹਨੇ ਕਿਹਾ ਮਹਾਰਾਜ ਮੇਰੀ ਬੇਟੀ ਦੀ ਸ਼ਾਦੀ ਹੈ, ਮੇਰੇ ਲਈ ਕਿਰਪਾ ਕਰੋ। ਗੁਰੂ ਘਰ 'ਚ ਹੁੰਦਾ ਸੀ ਜੀ ਪਹਿਲਾਂ, ਲੋੜਵੰਦ ਦੀ ਮਦਦ ਲਈ ਸਭ ਕੁਝ ਹੁੰਦਾ ਸੀ, ਅਤੇ ਮਹਾਰਾਜ ਨੇ ਕਿਹਾ ਵੀ ਆਪਣਾ ਗੰਗਾ ਰਾਮ ਹੁੰਡੀ ਲਿਖ ਦਿੱਤੀ, ਇੰਨੇ ਦੇ ਦਿਓ। ਉਹ ਚਲਾ ਗਿਆ ਉਹਦੇ ਕੋਲ, ਉਹਨੇ ਹੁੰਡੀ ਦੇਖੀ, ਇੰਨਾ ਹੰਕਾਰੀ ਹੋ ਗਿਆ, ਕਹਿੰਦਾ ਅਮਰਦਾਸ ਕੌਣ, ਗੁਰੂ ਘਰ ਕਿਹੜਾ, ਕਹਿੰਦਾ ਉਹਦਾ ਤਾਂ ਖਾਤਾ ਹੀ ਕੋਈ ਨਹੀਂ। ਉਹ ਵਾਪਸ ਆ ਗਿਆ ਵਿਚਾਰਾ ਪੁੱਠੇ ਪੈਰੀ, ਕਹਿੰਦਾ ਮਹਾਰਾਜ
ਉਹਨੇ ਤੇ ਵਿੱਚੋਂ ਨਾ ਹੀ ਕੱਢ ਦਿੱਤਾ, ਹੱਸ ਕੇ ਕਹਿੰਦੇ ਚਲੋ ਕੋਈ ਨੀ, ਜੇ ਉਹਨੇ ਵੀ ਕੱਢ ਦਿੱਤਾ ਇੱਥੋਂ ਵੀ ਕੱਢ ਦਿੱਤਾ। ਸਵੈਕਨ ਕਹਿ ਦਿੱਤਾ, ਗੁਰੂ ਅਮਰਦਾਸ ਦੇ ਬੋਲ ਅਟਲ ਸਨ, ਜੋ ਕਹਿ ਦੇਣਾ। ਸੱਚੀ ਮੁੱਚੀ ਇਹੋ ਜਿਹਾ ਪੁੱਠਾ ਗੇੜਾ ਗੜਿਆ, ਸਭ ਕੁਝ ਚਲਾ ਗਿਆ, ਫਿਰ ਆਇਆ ਦਰਬਾਰ ਚ, ਫਿਰ ਮੂੰਹ ਛਪਾ ਕੇ ਕਰੀ ਜਾਏ। ਗੁਰੂ ਫਿਰ ਵੀ ਦਿਆਲੂ ਏ, ਕਹਿਣ ਲੱਗੇ ਗੰਗਾ ਰਾਮ ਚੇਤੇ ਆ ਗਿਆ ਇਸ ਘਰ ਨੂੰ। ਬਸ ਉੱਥੇ ਫਿਰ ਕਿਰਪਾ ਵਰਤੀ। ਮੇਰਾ ਖਿਆਲ ਜੇ ਇਹ ਨਾ ਕਰਦਾ ਤੇ ਸ਼ਾਇਦ ਆਤਮ ਪਦ ਤੇ ਨਾ ਪਹੁੰਚਦਾ, ਵਪਾਰ ਕਰੀ ਜਾਂਦਾ। ਗੁਰੂ ਸਾਹਿਬ ਨੇ ਵਰਤਾਈ, ਚਰਨਾਂ ਤੇ ਡਿੱਗਾ। ਮਹਾਰਾਜ ਕਹਿੰਦੇ ਕੀ ਕਹਿੰਦਾ, ਹੁਣ ਉਹ ਕੁਝ ਨਹੀਂ ਚਾਹੀਦਾ ਜਿਹਨੇ ਤੈਨੂੰ ਭੁਲਾ ਦਿੱਤਾ, ਹੁਣ ਉਹ ਦਾਤ ਦੇ ਕਦੀ ਵਿਸਰੀ ਨਾ। ਮਹਾਰਾਜ ਨੇ ਮੰਜੀ ਦਿੱਤੀ ਉਹਨੂੰ। ਮੈਂ ਬੇਨਤੀ ਕਰਾਂ, ਬੜੇ ਨੇ ਜੀ ਕੇਤੇ ਲੈ ਲੈ ਮੁਕਰ, ਭਾਵੇਂ ਕੇਤੇ ਮੂਰ ਖਾਹੀ ਖਾਹੇ, ਕੇਤਿਆਂ ਦੂਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਤਾਰ। ਇਹ ਕਿਉਂ ਪੌੜੀ ਸ਼ੁਰੂ ਕੀਤੀ, ਹੁਣ ਅਗਲੀ ਤੋਕੇ ਬੰਦ ਖਲਾਸੀ ਪਾਣਾ ਹੋਏ, ਕਰੇ ਸੋ ਚੰਗਾ ਮਾਨ। ਹੁਣ ਇਸ ਵਿੱਚ ਦੋਨੋਂ ਗੱਲਾਂ ਆਈਆਂ, ਦੁੱਖ ਵੀ ਆਇਆ, ਭੁੱਖ ਵੀ ਆਇਆ, ਦਾਤੇ ਵੀ ਆਏ, ਸੂਰਮੇ ਵੀ ਆਏ। ਬੰਦ ਦਾ ਅਰਥ ਬੰਧਨ, ਖਲਾਸੀ ਦਾ ਅਰਥ ਮੁਕਤੀ। ਤੇਰੀ ਖਲਾਸੀ ਤਾਂ ਹੋ ਸਕਦੀ ਹੈ ਜੇ ਤੂੰ ਭਾਣੇ ਵੀ ਚੱਲੇ, ਤੇ ਯਾਦ ਰੱਖੀ ਭਾਣੇ ਤੋਂ ਬਿਨਾਂ ਕੋਈ ਸ਼ਬਦ ਨਾ ਵਰਤੀ। ਅੱਗੇ ਮਹਾਰਾਜ ਨੇ ਇੱਕ ਸ਼ਬਦ ਜਿਹੜਾ ਵਰਤਿਆ, ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ, ਕੋਈ ਦੱਸੋ ਦੁਨੀਆਂ ਚ ਕਹਿ ਤੇਰੀ ਮੁਕਤੀ ਹੋ ਜਾਏਗੀ ਭਾਣੇ ਤੋਂ ਬਿਨਾਂ ਨਹੀਂ। ਅਖੀਰ ਇਸ ਪੁਲ ਥੱਲਿਓ ਪਾਣੀ ਲੰਘਣਾ, ਹੁਕਮ ਭਾਣਾ ਰਜ਼ਾ ਇਹਦੇ ਥੱਲਿਓ ਫੁਰਮਾਨ। ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ, ਤੇ ਮਹਾਰਾਜ ਜੇ ਕੋਈ ਇਹ ਛਾਤੀ ਠੋਕ ਕੇ ਕਹਿ ਮੈਨੂੰ ਕੋਨੂੰ ਮੰਨਦਾ, ਮਹਾਰਾਜ ਕਹਿੰਦੇ ਜੇ ਕੋ ਖਾਇਕ, ਖਾਇਕ ਦਾ ਅਰਥ ਨਾ ਮੂਰਖ, ਜੇ ਮੂਰਖ ਕੋਈ ਕਹਿ ਮੈਂ ਨੀ ਮੰਨਦਾ ਹੁਕਮ, ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਦਾ ਅਰਥ, ਜਿੰਨੀਆਂ ਜੁੱਤੀਆਂ ਉਹਦੇ ਮੂੰਹ ਤੇ ਪੈਂਦੀਆਂ ਉਹਨੂੰ ਵੀ ਪਤਾ ਲੱਗਦਾ। ਅਰਥ ਇਹ ਨੇ ਜੀ ਸਿੱਧੇ, ਮੇਰੇ ਕਹਿਣ ਤੋਂ ਮੁਰਾਦ ਸਿਰਫ ਅੱਜ ਇੰਨੀ ਸੀ ਜੀ, ਹੁਕਮ ਦੀ ਗੱਲ ਅਸੀਂ ਸ਼ੁਰੂ ਕੀਤੀ, ਅਰਥ ਤਾਂ ਕਰਾਂਗੇ ਆਪਾਂ। ਕਰੇ ਸੋ ਚੰਗਾ ਮਾਣ, ਪਰ ਸਮੱਸਿਆ ਇਹ ਵੀ ਸਾਡੀ ਈਗੋ ਫਿਰ ਪੜਚੋਲ ਕਰਦੀ ਏ, ਹਉਮੇ ਕਹਿੰਦੀ ਏ, ਹਉਮੀ ਹੈ ਨਾ ਜੀ, ਜਦੋਂ ਵਾਹ ਵਾਹ ਮਿਲਦੀ ਹੁਕਮ ਕਹਿੰਦੀ, ਹਉਮੇ ਕਹਿੰਦੀ ਬਹੁਤ ਚੰਗਾ, ਜਦੋਂ ਬੇਇੱਜ਼ਤੀ ਹੁੰਦੀ ਹਉਮੇ ਕਹਿੰਦੀ ਤੇਰੇ ਪੱਲੇ ਕੁਛ ਨਹੀਂ ਰਹਿ ਗਿਆ, ਕਿਉਂਕਿ ਇਹ ਵਰਤਾਰਾ ਵਰਤਾਉਂਦੀ ਹੁਕਮ ਤੋਂ ਦੂਰ ਲਿਜਾਣ ਦਾ। ਫਿਰ ਬੇਨਤੀ ਸੁਣਿਓ, ਇਹ ਹੁਕਮ ਤੋਂ ਦੂਰ ਲਿਜਾਂਦੀ, ਜੇ ਲਾਭ ਮਿਲਦਾ ਤੇ ਹਉਮੇ ਕਹਿੰਦੀ ਵਾਹ ਵਾਹ, ਘਾਟੇ ਪੈਂਦੇ ਨੇ ਹਉਮੇ, ਹਉਮੇ ਰੋਂਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਜਿਸ ਦਿਨ ਹਉਮੇ ਮਰ ਗਈ ਉਸ ਦਿਨ ਹੁਕਮ ਜਿਸ ਤਰ੍ਹਾਂ ਵੀ ਵਰਤੇ ਬੰਦਾ ਸਵੀਕਾਰ ਕਰੀ ਜਾਂਦਾ ਹੈ। ਆਓ ਥੋੜਾ ਜਿਹਾ ਬਾਣੀ ਚ ਅਸੀਂ ਦਰਸ਼ਨ ਕਰੀਏ। ਬਾਬੇ ਫਰੀਦ ਦੇ ਦੋ ਬਚਨ ਨੇ, ਉਹਨਾਂ ਨੇ ਇੱਕ ਤਾਂ ਬਚਨ ਕਿਹਾ ਜੀ ਕਿ ਤਿੰਨ ਗੱਲਾਂ ਜਿਸ ਨੂੰ ਰੱਬ ਬਖਸ਼ਿਸ਼ ਕਰਕੇ ਦੇ ਦੇਵੇ ਉਹਦੇ ਲਈ ਕਦੀ ਰੱਬ ਦੇ ਬੂਹੇ ਬੰਦ ਨਹੀਂ ਹੁੰਦੇ। ਸਭ ਤੋਂ ਪਹਿਲਾਂ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣੇ, ਸਲੋਕ ਆਪ ਨੂੰ ਯਾਦ ਹੋਣਾ, ਪਹਿਲਾਂ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ। ਦੂਜੀ ਗੱਲ, ਅੰਦਰੋਂ ਵਿਕਾਰਾਂ ਦੀ ਮੈਲ ਨੂੰ ਖੁਰਚ ਕੇ ਬਾਹਰ ਸੱਟਦਾ। ਤੀਜੀ ਗੱਲ, ਜੋ ਰੱਬ ਕਰਦਾ ਉਹਦੇ ਤੇ ਕਦੀ ਤਰਕ ਨਹੀਂ ਕਰਨਾ, ਉਹਨੂੰ ਭਲਾ ਕਰਕੇ ਮੰਨੀ ਜਾ, ਉਹਦੇ ਬੂਹੇ ਕਦੀ ਬੰਦ ਨਹੀਂ ਹੋਣਗੇ। ਫਰੀਦਾ, ਦੁੱਖ ਸੁੱਖ ਇੱਕ ਕਰ, ਇਹ ਕਰੇ ਸੋ ਚੰਗਾ ਮਾਨ। ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਦਿਲ ਤੋਂ ਵਿਕਾਰਾਂ ਦੀ ਮੈਲ ਲਾ ਦੇ। ਅੱਲਾ ਭਾਵੈ ਸੋ ਭਲਾ, ਕਰੇ ਸੋ ਚੰਗਾ ਮਾਨ, ਜੋ ਉਹਨੂੰ ਚੰਗਾ ਲੱਗਦਾ ਇਸ ਤਰੀ ਚੰਗਾ। ਮੈਂ ਇੱਕ ਵਾਰੀ ਕਿਹਾ, ਆਪਾਂ ਜਿੰਨਾ ਪਾਣੀ ਲਾਇਆ ਨਾ, ਨਾਰ ਦਾ ਪਾਣੀ ਲਾਇਆ ਹੋਣਾ, ਬਜ਼ੁਰਗ ਬੈਠੇ ਆ ਤੇ ਜਦੋਂ ਨਗਾਲ ਆਉਂਦਾ ਸੀ, ਨਗਾਲ ਸ਼ਬਦ ਸਮਝਦੇ ਨੇ ਆਪਾਂ, ਇਹ ਮੈਂ ਜਾਣ ਬੁੱਝ ਕੇ ਪੁਰਾਣੇ ਪੁਰਾਣੇ ਸ਼ਬਦ ਵਰਤਣਾ, ਮੈਨੂੰ ਪਤਾ ਇਹ ਸ਼ਬਦਾਂ ਦੀ ਮੌਤ ਹੋ ਚੁੱਕੀ, ਇਹ ਸ਼ਬਦ ਨਹੀਂ ਰਹੇ। ਉਹ ਜਦੋਂ ਨਾਰ ਦਾ ਪਾਣੀ ਵੱਢਣਾ ਖਾਲ ਚੋਂ, ਤੇ ਜਿਹੜਾ ਤੀਲੇ ਪਏ ਹੁੰਦੇ ਸਨ ਨਾ ਨਗਾਲ ਦੇ ਨਾਲ, ਮੈਂ ਕਿਵੇਂ ਨੂੰ ਚੇਤਾ ਆ ਜਾਂਦਾ ਫਿਰ ਉੱਥੇ ਵੀ ਆ ਵੀ ਹੁਕਮ ਤੇ ਢੁੱਕਦਾ। ਕਈ ਤੀਲੇ ਜਿਹੜੇ ਸਨ ਚੌੜੇ ਰਾਹ ਪਏ, ਚੌੜੇ ਦੁੱਖ ਪਏ ਹੁੰਦੇ ਸਨ ਖਾਲ 'ਚ, ਜਦੋਂ ਪਾਣੀ ਆਉਣਾ ਤੇ ਤੀਲੇ ਅੱਗੇ ਅੜ ਜਾਣਾ, ਜੇ ਲੱਗਣਾ ਵੀ ਸਾਰੇ ਪਾਣੀ ਨੂੰ ਰੋਕ ਲੈਣਗੇ। ਕਈ ਤੀਲੇ ਇੰਨੇ ਸਿਆਣੇ ਹੁੰਦੇ ਸਨ, ਸਿੱਧੀ ਤੁਰੇ ਜਾਂਦੇ ਸਨ ਜਿੱਧਰ ਪਾਣੀ, ਸਿੱਧੇ ਰੁੱਖ ਸਨ। ਜਿਹੜਾ ਤੀਲਾ ਅੜੇਗਾ ਪਾਣੀ ਨੂੰ, ਉਹਨੂੰ ਵੀ ਰੋੜ ਕੇ ਲੈ ਜਾਣਾ, ਜਿਹੜਾ ਸਿੱਧਾ ਚੱਲ ਪਊਗਾ ਸੌਖਾ ਰਹੇਗਾ। ਉਹਦਾ ਹੁਕਮ ਤਾਂ ਸੱਚੀ ਮੁੱਚੀ ਇੱਕ ਵਹਿਣ ਹੈ, ਸਿੱਧਾ ਹੋ ਕੇ ਸੱਤ ਬਚਨ ਕਰਕੇ ਚੱਲੇਗਾ ਤੇ ਮੁਕਤੀ ਹੈ। ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ,
ਅੱਲਾ ਭਾਵੈ ਸੋ ਭਲਾ, ਜੋ ਰੱਬ ਕਰਦਾ ਉਹ ਭਲਾ ਹੈ, ਤਾਂ ਲੱਭੀ ਦਰਬਾਰ ਤੈਨੂੰ। ਮਹਾਰਾਜ ਕਹਿੰਦੇ ਜਾਏ ਪੁੱਛੋ ਸੁਹਾਗਣੀ ਵਾਹ ਹੈ ਕਿੰਨੀ ਬਾਤੀ ਸੋ ਪਾਈ ਹੈ, ਜੋ ਕਿਛ ਕਰੈ ਸੋ ਭਲਾ ਕਰਮਾਨੀਏ, ਚੰਗਾ ਉਹਨੂੰ ਚੰਗਾ ਜਾਣ। ਪਿਛ ਕੱਲ ਪਰਸੋਂ ਇੱਕ ਉਦਾਹਰਨ ਦਿੱਤੀ, ਮੈਨੂੰ ਯਾਦ ਮੈਂ ਪਿਛਲੇ ਸਾਲ ਵੀ ਕਹਿ ਗਿਆ, ਚਲੋ ਉਦਾਹਰਨ ਕੱਲ ਭਾਈ ਸਾਹਿਬ ਦੁਬਾਰਾ ਪੁੱਛਦੇ ਸਨ, ਮੈਂ ਕਿਹਾ ਕਿ ਗੁਰੂ ਸਾਹਿਬ ਆਪਣੀ ਹਯਾਤੀ ਵਿੱਚ ਜਦੋਂ ਕੋਈ ਜਗਿਆਸੂ ਸਵਾਲ ਪੁੱਛਦਾ ਸੀ ਨਾ, ਤੇ ਮਹਾਰਾਜ ਸਭ ਕੁਝ ਨਿਵਿਰਤ ਕਰ ਸਕਦੇ। ਉਸ ਦਿਨ ਮੈਂ ਕਿਹਾ ਕਿ ਇਹ ਸੰਗਤ ਨੇ ਇੱਕ ਦਿਨ ਪੁੱਛਿਆ ਕਿ ਮਹਾਰਾਜ ਸਭ ਤੋਂ ਪਿਆਰਾ ਸਿੱਖ ਕਿਹੜਾ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਭਾਈ ਦਇਆ ਸਿੰਘ ਜੀ ਨੂੰ ਪੁੱਛ ਲਓ। ਕਿਉਂ? ਕਿਉਂਕਿ ਦਇਆ ਸਿੰਘ ਦੇ ਅੰਦਰ ਸਿੱਖੀ ਨਿਕਲਦੀ ਪਈ ਹੈ। ਫਿਰ ਜਦੋਂ ਜਾਂਦੇ ਨੇ ਪੁੱਛਦੇ ਨੇ ਸਭ ਤੋਂ ਪਿਆਰਾ ਸਿੱਖ ਕੌਣ, ਤੇ ਭਾਈ ਦਇਆ ਸਿੰਘ ਕਹਿੰਦੇ ਆ ਸਤਿਗੁਰਾਂ ਨੇ ਭੇਜਿਆ। ਕਹਿੰਦੇ ਖਾਂ, ਕਹਿਣ ਲੱਗੇ ਮਨ ਤੇ ਕਹਿ ਮੁਖ ਤੇ ਸਦਾ ਲਿਵ ਨਾਮ ਲਗਾਵੈ ਸੂਰਜ ਪ੍ਰਕਾਸ਼, ਹਾਥਨ ਸਿਉਂਕਰ ਟਹਿਲ ਕੋ ਸਿੱਖ ਸੰਤ ਰਜਾਵੈ, ਸੋ ਮਮ ਪਿਆਰੋ ਅਧਖ ਹੈ ਬਸ ਰਹੁ ਸਦੀਵਾ, ਕਰਨੀ ਉੱਚੀ ਨਿਤ ਕਰੇ ਰੱਖ ਹੈ ਮਨ ਨੀਵਾ, ਬਸ ਆਹੀ ਸਿੱਖ ਪਿਆਰਾ ਜੇ। ਹੁਣ ਮਹਾਰਾਜ ਨਹੀਂ ਸਨ ਕਹਿ ਸਕਦੇ ਗੁਰੂ ਗੋਬਿੰਦ ਸਿੰਘ ਵੀ ਇਸ ਤਰ੍ਹਾਂ ਕਰ ਲਓ, ਕਹਿੰਦੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਪੁੱਛ ਲਓ। ਮੈਂ ਬੇਨਤੀ ਕੀਤੀ ਉਸ ਦਿਨ, ਜਿਸ ਦਿਨ ਇਹ ਪਾਠ ਆਇਆ ਕਿ ਆ ਭਾਣਾ ਮੌਤ ਜਨਮ ਦੁੱਖ ਸੁੱਖ ਜਿਹੜਾ ਹੁਣ ਅੱਜ ਕਥਾ ਕਰ ਰਹੇ ਹਾਂ, ਕੋਈ ਹੁਕਮ ਮੰਨਣ ਵਾਲਾ, ਗੁਰੂ ਅਰਜੁਨ ਦੇਵ ਨੂੰ ਜਿਸ ਸਿੱਖ ਨੇ ਪੁੱਛਿਆ ਉਹਦਾ ਨਾਮ ਭਾਈ ਗੁਰਮੁਖ ਸੀ। ਮੈਂ ਸਿਰਫ ਤਿੰਨ ਗੱਲਾਂ ਉਹਨਾਂ ਦੀਆਂ ਕਹਿਣੀਆਂ ਨੇ, ਸਾਖੀ ਨਹੀਂ। ਉਹ ਕਹਿੰਦਾ ਮਹਾਰਾਜ ਜੀ ਕਿਵੇਂ ਹੋ ਸਕਦਾ ਪੰਜਾਂ ਤੱਤਾਂ ਦਾ ਪੁਤਲਾ ਘਰ ਬੱਚੇ ਜੰਮੇ ਮਾਂ ਪਿਓ ਭੈਣ ਭਰਾ ਸਮਾਜ ਵਿੱਚ ਰਹਿੰਦਾ ਤੇ ਉਹਦੇ ਨਾਲ ਇਹ ਕੁਝ ਵਾਪਰ ਜਾਏ ਤੇ ਦੁੱਖ ਸੁੱਖ ਤੋਂ ਨਿਰਲੇਪ ਹੋਵੇ? ਸਤਿਗੁਰੂ ਕਹਿੰਦੇ ਨੇ ਗੁਰਮੁਖ ਤੂੰ ਗੁਜਰਾਤ ਚਲਾ ਜਾ। ਕਿੱਥੇ ਜੀ? ਭਾਈ ਭਿਖਾਰੀ ਦੇ ਮੁੰਡੇ ਦਾ ਵਿਆਹ, ਉੱਥੇ ਜਾ। ਸਭ ਨੂੰ ਪਤਾ ਜੀ ਭਾਈ ਗੁਰਮੁਖ ਆਉਂਦੇ ਨੇ, ਮੈਂ ਡਿਟੇਲ ਚ ਨਹੀਂ, ਵਿਆਹ ਹੈ ਭਾਈ ਭਿਖਾਰੀ ਦੇ ਬੇਟੇ ਦਾ ਤੇ ਸਾਰੇ ਜੀ ਖੁਸ਼ ਨੇ। ਤੁਹਾਨੂੰ ਪਤਾ ਵਿਆਹ ਮੈਂ ਜੋ ਕੁਝ ਹੁੰਦਾ ਸੀ, ਆਪਣਾ ਮਠਿਆਈਆਂ ਬਣ ਰਹੀਆਂ ਨੇ, ਧੀਆਂ ਭੈਣਾਂ ਆਪਣੀਆਂ ਰਸਮਾਂ ਚ ਪਈਆਂ ਨੇ, ਉੱਥੇ ਹਲਵਾਈ ਲੱਗੇ ਦਰਜੀ ਲੱਗੇ ਤੇ ਇਹ ਗੁਰਮੁਖ ਬੈਠਾ ਹੈ, ਸਾਰੇ ਆਪਣੇ ਹੱਥੀ ਕਰਦਾ ਪਿਆ, ਵਿਆਹ ਦੀ ਡੇਟ ਲਿਖੀ, ਸਾਰੀ ਚਿੱਠੀ ਲਿਖੀ, ਸਭ ਕੁਝ ਲਿਖਿਆ ਤੇ ਘਰਦਿਆਂ ਨੂੰ ਕਹਿੰਦਾ ਜੀ ਮੈਨੂੰ ਵੀ ਕੰਮ ਦੇ ਦਿਓ। ਸੁਬਾ ਤੇ ਧਾਗਾ ਸੇਬਾ ਲੈ ਕੇ ਤੱਪੜ ਸਿਉਂ ਜਾਂਦਾ ਹੈ, ਗੁਰਮੁਖ ਜਾਂਦਾ ਬਿਨਾਂ ਸੱਦੇ ਤੋਂ। ਉਹ ਕਹਿੰਦਾ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ, ਭਾਈ ਭਿਖਾਰੀ ਸਤਿਕਾਰ ਕਰਦੇ ਆ ਤੇ ਬੈਠਿਆਂ ਪੁੱਛਦਾ ਵਿਆਹ ਤੇ ਤੁਸੀਂ ਕਰਦੇ ਪਏ ਹੋ? ਕਹਿਣ ਲੱਗੇ ਇਹਦੀ ਵੀ ਲੋੜ ਪੈਣੀ ਹੈ ਨਾ। ਉਹ ਕਹਿੰਦਾ ਤੱਪੜ ਦੀ ਕਾਹਦੀ ਲੋੜ? ਕਹਿੰਦੇ ਨਹੀਂ ਨਹੀਂ ਇਹਦੀ ਕੱਲ੍ਹ ਨੂੰ ਲੋੜ ਪੈਣੀ, ਬਰਾਤ ਚੜ੍ਹਨ ਤੋਂ ਬਾਅਦ ਲੋੜ ਪੈਣੀ। ਮੈਂ ਬੇਨਤੀ ਕਰਾਂ, ਸੱਚੀ ਮੁੱਚੀ ਪੁੱਤਰ ਦਾ ਵਿਆਹ ਜੀ, ਉਸੇ ਪੁੱਤਰ ਦੀ ਮੌਤ ਹੋ ਗਈ, ਇਹ ਸਾਡਾ ਇਤਿਹਾਸ ਹੈ। ਮੈਂ ਤਾਂ ਬੇਨਤੀ ਕੀਤੀ, ਕਰੇ ਸੋ ਚੰਗਾ ਮਾਨ, ਕਥਾ ਬੜੀ ਸੌਖੀ ਜੇ ਮੰਨਣਾ ਗੁਰਮੁਖੋ ਬੜਾ ਔਖਾ ਜੇ। ਜੇ ਤੇ ਕਿਰਪਾ ਕਰੇ ਤਾਂ ਭਾਣੇ ਮੰਨੇ ਜਾਂਦੇ ਨੇ, ਨਹੀਂ ਤੇ ਬੰਦਾ ਟੁੱਟ ਜਾਂਦਾ ਹੈ। ਦੂਜੇ ਕਹਿਣ ਲੱਗੇ ਕੱਲ੍ਹ ਲੋੜ ਹੈ, ਦੂਜੇ ਦਿਨ ਉਹੀ ਪੁੱਤਰ ਮਰਿਆ ਜਿਹਦਾ ਵਿਆਹ ਸੀ, ਉਹਦੀ ਅਰਥੀ ਚੁੱਕੀ, ਸਿਮਰਨ ਕਰੇ ਬਾਣੀ ਪੜੇ, ਗੁਰਮੁਖ ਚੁੱਪ ਕਰ ਗਿਆ ਸਵਾਲ ਕਰਨ ਵਾਲਾ। ਕਈ ਵਾਰੀ ਬੰਦਾ ਸਵਾਲ ਕਰ ਲੈਂਦਾ ਤਾਬ ਨਹੀਂ ਝੱਲੀ ਜਾਂਦੀ ਜੀਵਨ ਦੀ, ਡਰ ਗਿਆ ਵੀ ਆਹ ਕੀ ਬਣ ਗਿਆ। ਪੁੱਤਰ ਦਾ ਸੰਸਕਾਰ ਕੀਤਾ, ਸ਼ਾਮ ਨੂੰ ਇਕੱਠੇ ਬੈਠੇ, ਭਾਈ ਭਿਖਾਰੀ ਨੂੰ ਪੁੱਛਦਾ ਗੁਰਮੁਖ ਇਹ ਕੀ? ਉਹਨੇ ਕਿਹਾ ਮੇਰੀ ਗੱਲ ਸੁਣ, ਇਹ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਮੇਰੇ ਕੋਲ ਤੈਨੂੰ ਭੇਜਿਆ, ਬਸ ਤਿੰਨ ਗੱਲਾਂ ਚੇਤੇ ਰੱਖੀ, ਸਿਮਰਨ ਇਸ ਕਰਕੇ ਕਰਨਾ ਕੋਈ ਘਟਨਾ ਵਾਪਰ ਜਾਏ ਤੇ ਚੰਗਾ ਕਹਿਣ ਦੀ ਜਾਚ ਆ ਜਾਏ। ਉਹਨੂੰ ਚੰਗਾ ਇੰਨਾ ਕਹਿਣਾ ਉਹਦਾ ਕੰਮ ਕੋਈ ਮਾੜਾ ਲੱਗੇ ਹੀ ਨਾ। ਪਹਿਲੀ ਗੱਲ ਕਿ ਭਾਣੇ ਚ ਰਹਿਣਾ, ਦੂਜੀ ਗੱਲ ਸਿਮਰਨ ਤੋਂ ਬਿਨਾਂ ਭਾਣਾ ਨਹੀਂ ਮੰਨਿਆ ਜਾਂਦਾ, ਤੇ ਤੀਜੀ ਗੱਲ ਉਹਨਾਂ ਕਹੀ ਕਿ ਦੇਹ ਅਧਿਆਸ ਤੋਂ ਹਰ ਚੀਜ਼ ਦ੍ਰਿਸ਼ਟ ਮਾਨ ਨੂੰ ਝੂਠੀ ਜਾਣ ਕੇ ਰੋਜ਼ ਅਭਿਆਸ ਕਰਨਾ ਹੈ। ਸੁਣੋ ਬੇਨਤੀ, ਆਹ ਮੇਰਾ ਸਰੀਰ ਹੈ ਅੱਜ, ਮੈਂ ਕਹਾਂਗਾ ਨਾ ਬਿਨਸਨਾਰ ਨੀ, ਕਿਉਂ ਨੀ ਬਿਨਸਨਾਰ? ਅੱਜ ਤੋਂ 15 ਸਾਲ ਪਹਿਲਾਂ ਚਿੱਟੇ ਕੋਈ ਨਹੀਂ ਸਨ, ਇਹ ਚਿੱਟੇ ਕਹਿੰਦੇ ਪਿਆ ਬਿਨਸਦਾ ਪਿਆ ਹੈ, ਦ੍ਰਿਸ਼ਟ ਮਾਨ ਨੂੰ ਇਸ ਤਰ੍ਹਾਂ ਦੇਖਵੇ ਨੇ ਬਿਨਸਨਾ ਹੈ। ਦੇ ਅਧਿਆਸ ਨਹੀਂ ਪੈਣਾ, ਸਿਮਰਨ ਨਹੀਂ ਛੱਡਣਾ, ਭਾਣਾ ਮੰਨਣਾ। ਕਹਿਣ ਲੱਗੇ ਤਿੰਨ ਗੱਲਾਂ ਜ਼ਿੰਦਗੀ ਚ ਲੈ ਲਈ, ਗੁਰੂ ਤੈਨੂੰ ਮੁਕਤ ਕਰ ਦੇਗਾ। ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਕਰੇ ਸੋ ਚੰਗਾ ਮਾਨ, ਦੁਈ ਗਣਤ ਲਾਹੇ। ਤਾਂ ਤੇ ਭੋ ਗੁਰਮੁਖ ਸੁਣ ਲੀਜੈ,
ਭਾਣਾ ਮਾਨਣ, ਮਨ ਥਿਰ ਕੀਜੈ, ਮਨ ਨੂੰ ਟਿਕਾ ਮੰਨਣਾ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨੀ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਹਾਹੂ ਕੋ ਦੌਰਿਓ, ਕਰੇ ਸੋ ਚੰਗਾ ਮਾਨ, ਉੱਠ ਉਹਾਹੂ ਕੋ ਦੌਰਿਓ, ਆਗਿਆ ਮੈਂ ਭੂਖ, ਸੋਈ ਕਰ ਸੁਖਾ, ਸੋਗ ਹਰਖ ਨੀ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ, ਸੋ ਮਾਥੇ ਲੈ ਮਾਨਿਓ, ਤਾਂ ਤੇ ਪੋ ਗੁਰਮੁਖ ਸੋ ਲੀਜੈ, ਭਾਣਾ ਮਾਨਣ ਮੰਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਬਿਸਰਨੋ, ਮੁਕਤੀ ਕੇ ਮਾਰਗ ਏ ਤੀਨ, ਕਹੇ ਗੁਰੂ ਅਰ ਸੰਤ ਪ੍ਰਵੀਨ। ਤਿੰਨ ਗੱਲਾਂ ਨੀ, ਜਦੋਂ ਅੱਜ ਵੀ ਮੈਂ ਵਾਚ ਰਿਹਾ ਸਾਂ ਸ਼ਾਮ ਨੂੰ ਇਸ ਕਥਾ ਬਾਰੇ, ਪਤਾ ਨਹੀਂ ਜਦੋਂ ਭਾਣੇ ਦੀ ਗੱਲ ਚੱਲਦੀ ਹੈ ਗੁਰੂ ਗੋਬਿੰਦ ਸਿੰਘ ਸਾਹਮਣੇ ਆ ਜਾਂਦਾ ਕਲਗੀ ਵਾਲਾ, ਵਾਰ ਵਾਰ ਉਹ ਚੇਤੇ ਆਉਂਦੇ ਨੇ। ਗੁਰਮੁਖੋ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਣੇ ਦਾ ਸ਼ਿਖਰ ਹੈ। ਕਵੀ ਸੈਨਾਪਤ ਨੇ ਇੱਕ ਮਹਾਰਾਜ ਦੇ ਬਾਰੇ ਲਿਖਿਆ, ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਏਕੰਕਾਰ ਹੈ, ਉਹਨਾਂ ਸ਼ਬਦ ਏਕੰਕਾਰ ਵਰਤਿਆ, ਵਿਸਤਾਰ ਕਰਦਾ ਆਪੇ ਸਮੇਟ ਕੇ, ਫਿਰ ਇਕੱਲਾ ਬੈਠਾ ਆਪਣੀ ਮੌਜ ਚੱਸਦਾ। ਕਹਿੰਦਾ ਕਦੀ ਕਿਲੇ ਬਣਾਉਂਦਾ, ਕਦੀ ਘੋੜੇ ਰੱਖਦਾ, ਕਦੀ ਹਾਥੀ ਚੋਰਾਂ ਕਰਦੇ ਨੇ, ਕਦੀ ਪੁੱਤਰ ਖੇਡਦੇ ਨੇ, ਕਦੀ ਬੱਚਾ ਮੋਢਿਆਂ ਤੇ ਚੜ੍ਹਦਾ, ਤੇ ਕਦੀ ਉਹ ਸਮਾਂ ਆਉਂਦਾ ਬੱਚਿਆਂ ਨੂੰ ਮੋਢੇ ਲਾਉਣ ਦਾ ਵੀ ਵਕਤ ਨਹੀਂ ਮਿਲਦਾ, ਸਮਾਂ ਹੀ ਨਹੀਂ ਮਿਲਦਾ। ਪਰ ਮੈਂ ਇੱਕ ਬੇਨਤੀ ਕਰਾਂ, ਮੈਨੂੰ ਯਾਦ ਹੈ ਹਕੀਮ ਅੱਲਾ ਯਾਰ ਖਾਂ ਜੋਗੀ ਦੀਆਂ ਦੋ ਸਤਰਾਂ, ਉਹਦੇ ਚੋਂ ਲਿਖਦਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿ ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਚਮਕੌਰ ਸਾਹਿਬ ਦੀ ਪੂਰਵ ਸੰਧਿਆ ਸ਼ਹਾਦਤਾਂ ਤੋਂ, ਸਵੇਰੇ ਸ਼ਹੀਦ ਹੋਣਾ ਸਿੱਖਾਂ ਨੇ ਪੁੱਤਰਾਂ ਨੇ, ਮੇਰੀ ਮਜਬੂਰੀ, ਮੈਂ ਸਾਖੀ ਜਾਣ ਬੁੱਝ ਕੇ ਲੈਣਾ ਕਿਉਂਕਿ ਗੱਲ ਸਮਝ ਪੈ ਜਾਏ ਆਪਾਂ ਕਥਾ ਕੀ ਕਰਨੇ ਪਏ, ਕਿਤੇ ਗਿਆਨ ਹੀ ਨਾ ਘੋਟਦੇ ਰਹੀਏ, ਸਮਝ ਪੈ ਜਾਏ। ਮਹਾਰਾਜ ਕਹਿੰਦੇ ਉਹ ਰਾਤ ਸਵੇਰੇ ਪੁੱਤਰਾਂ ਸ਼ਹੀਦ ਹੋਣਾ, ਉਹ ਮੁਸਲਮਾਨ ਮੈਂ ਕਹਿੰਦਾ ਸ਼ਰਧਾ ਚ ਭਿੱਜਾ ਲਿਖਦਾ, ਡਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੋ ਤੇਰੀ ਰਜ਼ਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ। ਦੇਖੋ ਇਹ ਸ਼ਿਖਰ ਹੈ ਜੀ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਇਹ ਮੇਰਾ ਪਰਿਵਾਰ ਤੇਰਾ ਹੈ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਥੇ ਤੇਰੇ ਖੈ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵੋਈ ਖਾਲ ਹੈ ਖੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ। ਸ਼ੁਕਰ ਤੇ ਸ਼ਿਕਵਾ ਦੋ ਸ਼ਬਦ ਨੇ ਜੀ, ਮਨਮੁਖ ਬੰਦੇ ਸ਼ਿਕਵੇ ਦਿੰਦੇ ਆ, ਗੁਰਮੁਖ ਬੰਦੇ ਸ਼ੁਕਰ ਮਨਾਉਂਦੇ ਆ, ਨਹੀਂ ਜ਼ੁਬਾਨ ਪਰ ਸ਼ਿਕਵਾ ਨਹੀਂ, ਜੁਜ ਜ਼ੁਬਾਨ ਦੇ ਉੱਤੇ ਕੋਈ ਸ਼ਿਕਵਾ ਨਹੀਂ। ਅਗਲੀ ਗੱਲ, ਪੁੱਤਰਾਂ ਕੋਲ ਜਾਂਦੇ ਆ, ਦੇਖ ਕੇ ਕਹਿੰਦੇ ਆ ਬੇਟਾ, ਮੈਂ ਕਹਿੰਦਾ ਕਮਾਲ ਕਰ ਦਿੱਤੀ ਉਹਨੇ, ਰਾਤ ਦਾ ਦ੍ਰਿਸ਼ ਪੇਸ਼ ਕੀਤਾ ਹਕੀਮ ਨੇ, ਉਹ ਕਹਿੰਦਾ ਪੁੱਤਰਾਂ ਵੱਡਿਆਂ ਨੂੰ ਦੇਖ ਕੇ ਕਹਿੰਦਾ ਬੇਟਾ ਥੇ ਚਾਰ ਹੋ ਅਬ ਦੋ ਹੀ, ਇਹਦਾ ਮਤਲਬ ਆਨੰਦਪੁਰ ਸਾਹਿਬ ਤੋਂ ਚੱਲੇ ਚਾਲ ਸਾਹਿਬਜ਼ਾਦੇ ਨਾਲ ਗਏ, ਥੇ ਚਾਰ ਹੋ ਅਬ ਦੋ ਹੀ ਸਾਹਿਰ, ਸਾਹਿਰ ਦਾ ਲਫਜ਼ੀ ਅਰਥ ਇੱਥੇ ਸਵੇਰਾ ਹੈ ਜੀ, ਸਾਹਿਰ ਯੇ ਵੀ ਨਾ ਹੋਗੇ ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ, ਮੈਂ ਤੇਰਾ ਸ਼ੁਕਰ ਕਰਾਂਗਾ। ਮੈਂ ਫਿਰ ਅਰਜ਼ ਕਰਾਂ ਕਿ ਗੁਰਮੁਖੋ ਕਰੇ ਸੋ ਚੰਗਾ ਮਾਨ, ਬਾਬਾ ਜੀ ਦਾ ਇੱਕ ਹੋਰ ਸ਼ਬਦ ਹੈ ਫਰੀਦ ਸਾਹਿਬ ਦਾ ਸ਼ਲੋਕ, ਦਰਿਆ ਵਗ ਰਿਹਾ ਹੈ ਨਾ, ਆਪਾਂ ਵੀ ਕਈ ਵਾਰੀ ਜਦੋਂ ਮੌਸਮ ਮੁਸਮ ਖਰਾਬ ਹੋ ਜਾਏ ਕਹਿੰਦੇ ਰੱਬ ਦੀ ਕਰੋਪੀ ਆ ਗਈ, ਇੰਨਾ ਕੰਮ ਵਧੀਆ ਬਣਾਇਆ ਅਸੀਂ, ਮੀਂਹ ਪੈ ਗਿਆ, ਤੰਬੂ ਭਿੱਜ ਗਏ, ਲੰਗਰ ਦਾ ਪ੍ਰਬੰਧ ਨਹੀਂ ਹੋ ਸਕਿਆ। ਮੇਰਾ ਖਿਆਲ ਇਹਦਾ ਉੱਤਰ ਵੀ ਬਾਣੀ ਨਹੀਂ ਦਿੱਤਾ, ਇੰਨਾ ਮੀਂਹ ਪਿਆ, ਇੰਨਾ ਮੀਂਹ ਪਿਆ ਜੀ, ਦਰਿਆ ਨਾ ਖੋਰਾ ਲਾ ਦਿੱਤਾ, ਤੇ ਉਂਝ ਰੱਬ ਜੋ ਕਰਦਾ ਚੰਗਾ ਕਰਦਾ ਜੇ। ਮੈਂ ਕਾਸ਼ੀਪੁਰ ਗਿਆ ਕਥਾ ਕਰਨ ਅਗਸਤ ਵਿੱਚ, 6-7 ਸਾਲ ਹੋ ਗਏ, 6 ਸਾਲ, ਮੀਂਹ ਇੰਨਾ ਪਿਆ, ਉਹਦੇ ਨੇੜੇ ਇੱਕ ਕੋਸੀ ਨਦੀ ਹੈ, ਬਾਬਾ ਦਰਸ਼ਨ ਸਿੰਘ ਘਨੂਪੁਰ ਕਾਲਿਆਂ ਵਾਲੇ ਨਾਂ ਸੁਣਿਆ ਹੁਣ ਆਪ ਜੀ ਨੇ, ਹਾਂਜੀ, ਉਹਨਾਂ ਨੇ ਉੱਥੇ ਸਥਾਨ ਬਣਾਇਆ, ਅਜੀਤਪੁਰ ਨਾਂ ਹੈ ਪਿੰਡ ਦਾ। ਇੰਨੀ ਤੇਜ਼ ਖੋ, ਕਿਉਂਕਿ ਉਹਨਾਂ ਨੇ ਵੀ ਸੁਣੀ ਇਹ ਚੱਲਣੀ ਹੈ ਕਥਾ ਟੀਵੀ ਤੇ ਇੰਡੀਆ ਵਿੱਚ ਵੀ, ਤੇ ਉਹ ਨਦੀ ਨੇ ਜੀ ਰੋੜ ਕੇ ਲੈ ਗਈ, ਲੋਕਾਂ ਦੀ ਬੱਸ ਹੋ ਗਈ ਵੀ ਕੀ ਹੋ ਗਿਆ, ਕਈ ਕਹਿਣ ਕਰੋਪੀ, ਕਈ ਕਹਿਣ ਕੁਛ, ਮੈਂ ਵੀ ਗਿਆ ਜੀ, ਥੱਲਿਓ ਮਾਰੇ ਜ਼ੋਰ ਦਾ ਇੰਨਾ ਪਾਣੀ, ਤੇ ਕਿੰਨੇ ਕਿੰਨੇ
ਫੁੱਟ ਲੋਕੀ ਦੂਰ ਖਲੋਤੇ ਸਨ, ਪਤਾ ਨਹੀਂ ਕਿੰਨਾ ਵੱਡਾ ਗੱਚ ਉਹਨੇ ਤੋੜ ਲੈ ਜਾਣਾ। ਮੇਰੇ ਮਨ ਚ ਬੜਾ ਆਇਆ ਵੀ ਰੱਬਾ ਵਾਹਿਗੁਰੂ ਤੇਰੀ ਖੇਡ। ਫਿਰ ਮੈਂ ਉੱਥੇ ਚਲੋ ਸ਼ਲੋਕ ਕਿਹਾ, ਤੇ ਜਦੋਂ ਮੈਂ ਹੁਣ ਪੁੱਛਿਆ ਜਾ ਕੇ ਮੈਂ ਵੀ ਉਹਨਾਂ ਵਿਚਾਰਿਆਂ ਦਾ ਕੀ ਬਣਿਆ, ਉਹ ਕਹਿੰਦੇ ਉਹ ਤਾਂ ਕਰੋੜਾਂਪਤੀ ਬਣ ਗਏ। ਮੈਂ ਕਿਹਾ ਪਹਿਲੀ ਸਾਰੀ ਰੁੜ ਗਈ? ਕਹਿੰਦੇ ਉਤਲੀ ਮਿੱਟੀ ਰੁੜ ਗਈ, ਇੰਨਾ ਰੇਤਾ ਆ ਗਿਆ, ਇੱਕ ਇੱਕ ਏਕੜ ਵਿੱਚੋਂ ਕਰੋੜਾਂ ਕਰੋੜਾਂ ਕਮਾਏ ਨੇ। ਤੇ ਜਿੱਦਣ ਵਗਦਾ ਪਿਆ ਉਸ ਉਦਣ ਸਾਰੇ ਗਾਲਾਂ ਕੱਢਦੇ ਸਨ। ਉਹਦੀ ਖੇਡ ਦਾ ਕੋਈ ਪਤਾ ਨਹੀਂ। ਅਸੀਂ ਉਸ ਨਿਆਣੇ ਦੀ ਤਰ੍ਹਾਂ ਵਾਂ ਜੀ, ਜਿਹਨੂੰ ਮਾਂ ਕਹਿੰਦੀ ਹੈ ਪੁੱਤਰ ਕੁਲਫੀ ਨਾ ਖਾ, ਤੇ ਉਹ ਰੋਂਦਾ ਹੈ, ਇਹ ਸਮਝਦਾ ਮੇਰੀ ਮਾਂ ਮੇਰੀ ਦੁਸ਼ਮਣ ਹੈ। ਤੇ ਜਿੱਦਣ ਆਪ ਪਿਓ ਬਣਦਾ, ਉਦਣ ਆਪਣੇ ਨਿਆਣੇ ਨੂੰ ਕਹਿੰਦਾ ਨਾ ਖਾਇਓ, ਬਿਮਾਰ ਹੋ ਜਾਓਗੇ, ਕਿਉਂਕਿ ਤੂੰ ਬੇਸਮਝੀ ਹੈ ਨਾ। ਸਮਝ ਪੈ ਜਾਂਦੀ ਫਿਰ ਕਹਿੰਦਾ ਨਹੀਂ ਉਹ ਠੀਕ ਸੀ। ਇਸੇ ਤਰ੍ਹਾਂ ਗੁਰਮੁਖੋ, ਜਿੰਨੀ ਦੇਰ ਤੱਕ ਭਾਣੇ ਦੀ ਸਮਝ ਨਹੀਂ, ਓਨੀ ਦੇਰ ਤੱਕ ਕਲਪਣਾ। ਜਿਸ ਨੂੰ ਸਮਝ ਆ ਗਈ ਕਹਿੰਦਾ ਨਹੀਂ ਠੀਕ ਹੀ ਹੈ। ਉਹ ਦਰਿਆ ਵਗੇ ਜੀ ਜ਼ੋਰ ਜ਼ੋਰ ਦੀ, ਤੇ ਜਦੋਂ ਕਿਨਾਰਾ ਰੋੜਿਆ ਤੇ ਉਹ ਦਰਵੇਸ਼ ਨੇ ਕਿਹਾ, ਕੰਧੀ ਵਹਿ ਨਾ ਢਾਏ ਤੋ ਵੀ ਲੇਖਾ ਦੇ ਬਿਨਾ। ਕੰਧੀ ਦਰ ਤੇ ਕਿਨਾਰੇ, ਦਰਿਆ ਤੂੰ ਕਿਨਾਰਿਆਂ ਨੂੰ ਢਾ ਰਿਹਾ, ਤੈਨੂੰ ਲੇਖਾ ਦੇਣਾ ਪਏਗਾ। ਕੰਧੀ ਵਹਿ ਨਾ ਢਾਏ ਤੋ ਵੀ ਲੇਖਾ ਦੇ ਬਿਨਾ। ਅੱਗੋਂ ਦਰਿਆ ਕਹਿੰਦਾ, ਦਰਵੇਸ਼ ਜਿੱਧਰ ਰੱਬ ਰਜਾਏ ਵਹਿਣ ਤੰਦਾਉ ਗੌ ਕਰੇ, ਮੈਨੂੰ ਕਿਉਂ ਲੇਖਾ ਦੇਣਾ ਪੈਣਾ। ਉਹਨੂੰ ਪੁੱਛ ਜਿਹੜਾ ਭੈ ਵਿੱਚ ਪਵਨ ਵਹਿ, ਅਸੀਂ ਪੜ੍ਹਦੇ ਲੱਖ ਦਰਿਆਓ, ਇਹਨੇ ਦਰਿਆ ਦੇ ਭੈ ਚ ਮੇਰੇ ਪੱਲੇ ਕੀ ਹੈ। ਜਿੱਧਰ ਰੱਬ ਰਜਾਏ ਵਹਿਣ ਤੰਦਾਉ ਗੌ ਕਰੇ, ਇਹਨੂੰ ਫਿਰ ਗੁਰਮੁਖ ਪਿਆਰਾ ਪਰਮ ਅਵਸਥਾ ਤੇ ਪਹੁੰਚਿਆ। ਕਹਿੰਦਾ ਕਹਿਣ ਕਹਾਵਨ ਕੋ ਕਈ ਕੇਤੈ, ਕਰੇ ਸੋ ਚੰਗਾ ਮਾਨ। ਕਹਿਣ ਕਹਾਵਨ ਕੋ ਕਈ ਕੇਤੈ, ਕਹਿਣ ਨੂੰ ਸਾਰੇ ਕਹਿੰਦੇ ਮੈਂ ਮਹਾਂਪੁਰਖ ਮੈਂ ਪਹੁੰਚੇ ਹੋਏ ਬੰਦੇ। ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕੋ ਬੇਤੈ, ਜਿਹੜਾ ਤਤ ਜੋਗ ਨੂੰ ਜਾਣਦਾ। ਕੌਣ ਜੀ? ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਕਰੇ ਸੋ ਚੰਗਾ ਮਾਨ। ਦੁੱਖ ਨਾਹੀਂ ਕੋਈ ਵਿਰਲੋ, ਮਹਾਰਾਜ ਨੇ ਕਿਹਾ ਸਾਰੇ ਨਹੀਂ। ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕੋ ਬੇਤੈ, ਦੁੱਖ ਨਾਹੀਂ ਨਹੀਂ ਦੁੱਖ ਨਹੀਂ ਸਭ ਸੁਖੀ ਹੈ ਰੇ, ਏਕੈ ਏਕੀ ਨੇਤੈ, ਨੇਤੈ ਦਾ ਅਰਥ ਨੇਤਰ, ਇੱਕੋ ਇੱਕ ਹੀ ਨੇਤਰਾਂ ਨੂੰ ਦੱਸਦਾ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ, ਇਸ ਹਾਰ ਵਿੱਚੋਂ ਵੀ ਜਿੱਤ ਹੈ। ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਇਹ ਬਚਨ ਕੀਤਾ, ਕਰੇ ਸੋ ਚੰਗਾ ਮਾਨ। ਕਰੇ ਦਾ ਅਰਥ ਜੋ ਵਾਹਿਗੁਰੂ ਜੀ ਕਰਦੇ ਪਏ ਆ, ਜੋ ਕਰ ਰਿਹਾ ਉਹਨੂੰ ਚੰਗਾ ਹੀ ਕਹਿਣਾ ਸ਼ੁਰੂ ਕਰ ਦੇ, ਭਲਾ ਕਹਿਣ ਲੱਗ ਪਓ। ਕਰੇ ਸੋ ਚੰਗਾ ਮਾਨ, ਜੋ ਕਰ ਰਿਹਾ ਹੈ ਚੰਗਾ ਹੀ ਕਰ ਰਿਹਾ, ਭਲਾ ਹੀ ਕਰ ਰਿਹਾ ਹੈ। ਇਸੇ ਕਰਕੇ ਜਦੋਂ ਬਾਰਾਂ ਮਾਹ ਤੁਖਾਰੀ ਪਾਉਂਦੇ ਨਾ ਜੀ, ਉਹਦੇ ਚ ਮਹਾਰਾਜ ਭਲਾ ਸ਼ਬਦ ਵਰਦਾ ਵਰਦੇ ਆ, ਚੇਤ ਭਲਾ, ਵੈਸਾਖ ਭਲਾ। ਮਹਾਰਾਜ ਉਂਜ ਵੈ ਸਾਡੇ ਸਾਰੇ ਕਹਿੰਦੇ ਤਿੰਨ ਭੱਬੇ ਯਾਦ ਰੱਖੋ, ਤੇ ਮੈਂ ਇੱਕ ਦਿਨ ਬੇਨਤੀ ਕੀਤੀ ਵੀ ਜੇ ਦੋ ਹੋਰ ਮਿਲਾ ਦੀ ਤੇ ਹੋਰ ਚੰਗਾ ਹੋ ਜਾਏਗਾ, ਹੈ ਕਿ ਨਾ ਜੀ। ਭਲਾ ਭੁੱਲਾ ਇਹ ਕਹਿੰਦੇ ਆ ਨਾ ਜੀ, ਭਲਾ ਭੁੱਲਾ ਤੇ ਭਾਣਾ, ਤੇ ਇੱਕ ਭਗਤੀ ਵੀ ਨਾਲ ਲਈਏ। ਇਹ ਤਿੰਨ ਤਾਂ ਬਣਨੇ ਜੇ ਭਗਤੀ ਹੋਵੇਗੀ ਤਾਂ, ਤੇ ਭਗਤੀ ਤਾਂ ਹੋਣੀ ਜੇ ਭਾਵਨਾ ਹੋਵੇਗੀ ਤਾਂ। ਇਹਨੂੰ ਇੰਜ ਕਰੀਏ, ਭਾਵਨਾ ਭਗਤੀ ਭੁੱਲਾ ਭਲਾ ਤੇ ਭਾਣਾ, ਇਹ ਪੰਜ ਬੜੇ ਫਿੱਟ ਬਹਿਣਗੇ। ਜੇ ਭਾਵਨਾ ਕੋਈ ਨਹੀਂ, ਭਗਤੀ ਕੋਈ ਨਹੀਂ, ਤੇ ਗੁਰਮੁਖੋ ਚੇਤੇ ਰੱਖਿਓ, ਜੇ ਭਗਤੀ ਕੋਈ ਨਹੀਂ ਤੇ ਭਾਣਾ ਕੋਈ ਨਹੀਂ, ਮੰਨਿਆ ਜਾਣਾ ਮਜਬੂਰੀ ਹੁੰਦੀ ਹੈ, ਬੰਦੋ ਬਾਹਰੇ ਬਾਹਰੋਂ ਕੋਈ ਨਹੀਂ ਜੇ ਰੋਂਦੇ, ਨਹੀਂ ਜੇ ਮੈਂ ਭਾਣਾ ਮੰਨਿਆ, ਅੰਦਰੋਂ ਇਹੋ ਜਿਹੀ ਬਿਮਾਰੀ ਲੱਗਦੀ, ਕਈ ਵਾਰੀ ਪੁੱਤ ਤੋਂ ਬਾਅਦ ਹੀ ਨਾਲ ਚਲਾਉਣਾ ਕਰ ਜਾਂਦਾ, ਕਿਉਂਕਿ ਅੰਦਰੋਂ ਤਿਆਰੀ ਕੋਈ ਨਹੀਂ ਨਾ। ਗੁਰੂ ਸਾਹਿਬ ਕਹਿੰਦੇ ਨੇ ਜੋ ਕਰਦਾ ਉਹਨੂੰ ਭਲਾ ਮੰਨ। ਇਸੇ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਆ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ। ਕਾਰਨ ਕਰਤਾ ਜੋ ਕਰੈ, ਭਾਈ ਗੁਰਦਾਸ ਸਾਹਿਬ ਇੱਥੇ ਗੁਰਮੁਖੋ। ਇੱਕ ਦਿਨ ਮੈਂ ਕਿਹਾ ਵੀ ਸ਼ੁਕਰਾਨੇ ਦੀ ਕਥਾ ਕੀਤੀ ਕਲਕੱਤਾ, ਸੱਤ ਦਿਨ ਸੱਤ ਦੀਵਾਨ ਸਨ, ਭਾਣੇ ਦੀ ਤਰ੍ਹਾਂ ਸ਼ੁਕਰਾਨਾ ਵੀ ਅਸੀਂ ਸੁੱਖ ਨਾਲ ਜੋੜਿਆ ਵੀ ਜੇ ਆਹ ਮਿਲਿਆ ਤੇ ਸ਼ੁਕਰਾਨਾ। ਉੱਥੇ ਭਾਈ ਸਾਹਿਬ ਕਹਿੰਦੇ ਆ, ਕਾਰਨ ਕਰਤਾ ਜੋ ਕਰੇ, ਜੋ ਕਰੇ ਦੇ ਵਿੱਚ ਦੁੱਖ ਵੀ ਗਏ, ਜੋ ਕਰਤਾ ਵੀ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ, ਰਾਜੀ ਹੋਏ ਰਜ਼ਾਏ ਵਿੱਚ ਦੁਨੀਆਂ ਅੰਦਰ ਜਿਉਂ ਮਹਿਮਾਨਾ। ਜੋ ਉਹਦੀ ਰਜ਼ਾ ਹੈ, ਕਰੇ ਸੋ ਚੰਗਾ
ਮਾਨ ਜੋ ਕਰਦਾ ਉਹਨੂੰ ਚੰਗਾ ਮਾਨ ਦੂਈ ਗਣਤ ਲਾਹੇ ਆਹ ਜਿਹੜੀਆਂ ਗਿਣਤੀਆਂ ਮਿਣਤੀਆਂ ਕਰਨਾ ਅੰਜ ਨਾ ਹੁੰਦਾ ਅੰਜ ਹੋ ਜਾਂਦਾ ਅੰਜ ਨਾ ਹੁੰਦਾ ਅੰਜ ਹੁੰਦਾ ਸੱਚੀ ਮਿਹਨਤ ਇੰਨਾ ਇਸ ਧੀਰ ਦਿੱਤਾ ਤੁਕ ਨੇ ਮਹਾਰਾਜ ਕਹਿੰਦੇ ਆ ਛੱਡ ਦੇ ਗਿਣਤੀਆਂ ਮਿਣਤੀਆਂ ਜੋ ਰੱਬ ਕਰਦਾ ਉਹ ਸਿਆਣੇ ਕਹਿੰਦੇ ਸਨ ਬੋਰਡ ਦੇ ਥੱਲੇ ਸੁੱਤਾ ਸੀ ਬੰਦਾ ਗਿਣਤੀਆਂ ਮਿਣਤੀਆਂ ਕਰਨ ਵਾਲਾ ਤੇ ਗਰਮੀ ਬੜੀ ਸੀ ਜੇਠ ਦਾ ਮਹੀਨਾ ਸੀ ਹਦਵਾਣੇ ਸਨ ਜੀ ਉਦੋਂ ਹਦਵਾਣਾ ਜੇ ਕਹਿੰਦੇ ਆ ਕਿ ਨਹੀਂ ਆਪਾਂ ਤਰਬੂਜ ਹਾਂਜੀ ਉਹ ਹਦਵਾਣਾ ਸੀ ਤੇ ਥੱਲੇ ਵੇਲਾਂ ਬੋਰਡ ਦੇ ਥੱਲੇ ਵੇਲ ਤੇ ਵੇਖ ਕੇ ਕਹਿੰਦਾ ਰੱਬਾ ਸਾਡੀ ਸਲਾਹ ਮਜ਼ਾਕ ਹੀ ਕੀਤਾ ਸਾਡੀ ਸਲਾਹ ਲੈਂਦਾ ਵੇਲ ਇੰਨੀ ਕੁ ਪਤਲੀ ਤੇ ਫਲ ਇੰਨਾ ਵੱਡਾ ਆ ਉੱਤੇ ਬੋਰਡ ਦਾ ਰੁੱਖ ਏਡਾ ਵੱਡਾ ਤੇ ਫਲ ਇੰਨਾ ਕੁ ਕਹਿੰਦਾ ਇਹ ਕਿਹੜੀ ਤੇਰੀ ਖੇਡ ਫੁਰਨਾ ਬਣਾ ਕੇ ਸੌਂ ਗਿਆ ਸੁੱਤੇ ਦੇ ਨੱਕ ਤੇ ਉੱਤੋਂ ਵੱਜੀ ਨਿੱਕੀ ਜੀ ਗੋਲ ਉਹ ਬੋਰਡ ਦਾ ਫਲ ਵੱਜਾ ਨੱਕ ਦੀ ਕਰੁੰਬਲੀ ਤੇ ਨਾਲ ਹੀ ਪਾਣੀ ਆ ਗਿਆ ਉੱਠ ਕੇ ਕਹਿੰਦਾ ਮੈਨੂੰ ਮਾਫ ਕਰ ਦੀ ਜੇ ਦਵਾਣਾ ਲੱਗਾ ਹੁੰਦਾ ਮੈਂ ਮਰ ਜਾਣਾ ਸੀ ਇਹ ਨਿੱਕਾ ਜੀ ਹੈ ਨਾ ਮੈਂ ਇਸ ਕਰਕੇ ਬੇਨਤੀ ਕਰਾਂ ਇਹ ਕਈ ਵਾਰੀ ਕਹਿੰਦਾ ਫਲਾਣਾ ਬੰਦਾ ਬੜਾ ਭਿਖਾਰੀ ਰੱਬ ਨੇ ਸਭ ਬੰਦੇ ਨੂੰ ਥਾਵਾਂ ਥਾਵਾਂ ਤੇ ਫਿੱਟ ਰੱਖਿਆ ਜਿੱਥੇ ਜਿੱਥੇ ਉਹ ਰਹਿ ਸਕਦੇ ਆ ਜੇ ਬੰਦੇ ਕਹਿੰਦਾ ਕਹਿੰਦੇ ਕਹਿੰਦੇ ਮੇਰੇ ਹੱਥ ਤੇ ਸਭ ਕੁਝ ਹੋਵੇ ਤਾਂ ਬਾਬਾ ਜੀ ਕਹਿੰਦੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ ਤੈਨੂੰ ਤਾਂ ਹੀ ਥੱਲੇ ਰੱਖਿਆ ਤੂੰ ਬੰਦਾ ਬਣਿਆ ਰਹੋ ਜੇ ਤੇਰੇ ਹੱਥ 'ਚ ਹੋਏ ਤੂੰ ਰੋਟੀ ਖੋਲਾਂਗਾ ਲੋਕਾਂ ਤੋਂ ਮੈਂ ਇਸ ਕਰਕੇ ਬੇਨਤੀ ਕੀਤੀ ਜੋ ਕਰਦਾ ਬਿਲਕੁਲ ਠੀਕ ਕਰ ਰਿਹਾ ਦੂਈ ਗਣਤ ਲਾ ਇਹ ਗਿਣਤੀਆਂ ਮਿਣਤੀਆਂ ਛੱਡ ਤੂੰ ਅੰਜ ਨਾ ਕਰ ਅੰਜ ਕਰ ਲੈਂਦਾ ਵੀ ਹੁਣ ਸਾਡੇ ਕਹਿੰਦਾ ਜੇ ਮਹਾਰਾ ਆਹ ਨਾ ਨਾ ਕਹਿੰਦੇ ਸਾਰੀ ਦੁਨੀਆਂ ਸਿੱਖ ਹੋਣੀ ਸੀ ਚੇਤੇ ਰੱਖਿਓ ਉਹ ਜੀ ਸਾਰੀ ਦੁਨੀਆਂ ਨੂੰ ਬਾਬੇ ਸਿੱਖ ਮੰਨੀ ਨਹੀਂ ਹੁਕਮ ਹੈ ਕਰੇ ਸੋ ਚੰਗਾ ਮਾਨ ਜੋ ਕਰ ਰਿਹਾ ਹੈ ਉਹਨੂੰ ਸਤ ਬਚਨ ਕਰਕੇ ਮੰਨ ਇਹਨੂੰ ਬਾਬਾ ਜੀ ਨੇ ਕਿਹਾ ਫੁਰਮਾਨ ਤੇਰਾ ਸਿਰ ਹੈ ਉੱਪਰ ਫਿਰ ਨਾ ਕਰਤ ਵਿਚਾਰ ਕਬੀਰ ਸਾਹਿਬ ਤੂੰ ਹੀ ਦਰਿਆ ਤੂੰ ਹੀ ਕਰੀਆ ਤੁਝੈ ਤੇ ਨਿਸਤਾਰ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਬੇਨਤੀ ਹੈ ਕਰੇ ਸੋ ਚੰਗਾ ਮਾਨ ਜੋ ਕਰ ਰਿਹਾ ਚੰਗਾ ਚੰਗਾ ਕਹਿਣ ਲੱਗ ਪਓ ਤੇ ਮਹਾਰਾਜ ਕਹਿੰਦੇ ਦੂਈ ਗਣਤ ਲਾਹੇ ਅੰਦਰ ਦੀ ਗਿਣਤੀ ਮਿਣਤੀ ਛੱਡ ਤੂੰ ਇਹ ਕਿਉਂ ਹੋ ਗਿਆ ਅੱਗੇ ਮਹਾਰਾਜ ਕਹਿੰਦੇ ਫਿਰ ਇੱਕ ਕੰਮ ਕਰ ਜੇ ਗਿਣਤੀ ਮਿਣਤੀ ਛੱਡਣੀ ਹੈ ਨਾ ਆਹ ਬੇਨਤੀ ਕਰਨ ਲੱਗ ਪਓ ਕਿ ਆਪਣੀ ਐੜੇ ਨੂੰ ਕੰਨਾ ਨਹੀਂ ਹੈਗਾ ਜੀ ਆਪਣੀ ਨਹੀਂ ਹੈਗੀ ਨਾਣਾ ਹੈ ਆਪਣੀ ਨਦਰ ਨਿਹਾਲ ਵਾਹਿਗੁਰੂ ਤੂੰ ਆਪਣੀ ਨਦਰ ਭਰ ਕੇ ਵੇਖ ਆਪਣੀ ਬਖਸ਼ਿਸ਼ ਕਰ ਬਖਸ਼ ਭਰੀ ਨਦਰ ਨਾਲ ਦੇਖ ਆਪੇ ਲਹੋ ਲਾਏ ਆਪਣੀ ਨਦਰ ਨਾਲ ਦੇਖੋ ਤੁਸੀਂ ਤੇ ਕਿਰਪਾ ਕਰੋ ਆਪਣੀ ਨਦਰ ਨਾਲ ਸਾਨੂੰ ਆਪਣੇ ਲੜ ਲਾ ਲਓ ਇਹਦਾ ਮਤਲਬ ਹੁਣ ਸੁਣਿਓ ਕਰੇ ਸੋ ਚੰਗਾ ਮਾਨ ਹੁਕਮ ਹੋ ਗਿਆ ਆਪਣੀ ਨਦਰ ਨਿਖਾਲ ਖੌਮੇ ਵਿਸਰਜਨ ਹੋ ਗਈ ਮੈਂ ਮਰ ਗਈ ਮੈਂ ਲੱਗ ਹੀ ਨਹੀਂ ਸਕਦਾ ਆਪ ਲੀਏ ਲੜ ਲਾਏ ਦਰ ਦਰਵੇਸ਼ ਤਿੰਨ ਧਨ ਜਣੇਂਦੀ ਮਾਊ ਆਏ ਸਫਲ ਸੇ ਆਪ ਲਿਹੋ ਲੜ ਲਾਏ ਵਾਹਿਗੁਰੂ ਆਪਣੀ ਨਦਰ ਨਿਖਾਲ ਆਪੇ ਲਿਹੋ ਲਾਏ ਆਪਣੀ ਨਦਰ ਕਰੋ ਸਾਨੂੰ ਟੁੱਟਿਆਂ ਨੂੰ ਤੁਸੀਂ ਜੋੜ ਲਓ ਸਾਡੇ ਕੋਲ ਕੀ ਤੇ ਸੱਚੀ ਮੁੱਚੀ ਇਕਬਾਲ ਦਾ ਇੱਕ ਸ਼ੇਰ ਹੈ ਉਹ ਕਹਿੰਦਾ ਹੈ ਖਿਰਦ ਕੇ ਪਾਸ ਖਬਰ ਕੇ ਸਵਾਏ ਕੁਛ ਔਰ ਨਹੀਂ ਤੇਰਾ ਇਲਾਜ ਅਬ ਨਜ਼ਰ ਕੇ ਸਵਾਏ ਕੁਛ ਔਰ ਨਹੀਂ ਇਹਦਾ ਮਤਲਬ ਵਿਦਵਾਨਾ ਤੇਰੇ ਕੋਲ ਅੱਖਰ ਬੜੇ ਨੇ ਤੂੰ ਹੁਣ ਰੱਬ ਅੱਗੇ ਅਰਦਾਸ ਕਰ ਤੇਰੇ ਤੇ ਨਜ਼ਰ ਕਰੇ ਅੱਖਰਾਂ ਨੇ ਤੈਨੂੰ ਡੋਬ ਦਿੱਤਾ ਹੀ ਤੇਰਾ ਇਲਾਜ ਕੇਵਲ ਉਹਦੀ ਨਦਰ ਹੈ ਤੇ ਇੱਥੇ ਮੈਂ ਇੱਕ ਦਿਨ ਕਿਹਾ ਸੀ ਨਦਰ ਮੰਗੀਏ ਨਾ ਜੀ ਉਹਦੇ 'ਚ ਬੜੀ ਛੂਟ ਜੇ ਉਹਦੇ 'ਚ ਨਾ ਰੱਬ ਜਪ ਪੁੱਛਦਾ ਨਾ ਤਪ ਪੁੱਛਦਾ ਨਾ ਚੰਗਾ ਨਾ ਮੰਦਾ ਨਦਰ ਦਾ ਮਤਲਬ ਹੀ ਇਹ ਵੇ ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭਾਏ ਰਾਮ ਰਾਜੇ ਨਦਰ ਦਾ ਅਰਥ ਹੈ ਕਿ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਬਿਲਕੁਲ ਕਾਂਟਾ ਫੇਰ ਦੇ ਮੇਰਾ ਚੈਪਟਰ ਨਾ ਖੋਲੀ ਤੂੰ ਆਪਣੇ ਵੱਲ ਵੇਖ ਨਦਰ ਦਾ ਅਰਥ ਸਿਰਫ ਤੇਰੇ ਹੱਥ 'ਚ ਹੈ ਇਸੇ ਕਰਕੇ ਬਾਬਾ ਜੀ ਨੇ ਕਿਹਾ ਜਿਹਦੇ ਤੇ ਨਦਰ ਕਰਦਾ ਹੈ ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਣ ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਆ ਕਿ ਵਾਹਿਗੁਰੂ ਜੀ ਆਪਣੀ ਨਦਰ ਨਿਹਾਲ ਆਪੇ ਲਿਖੋ ਲਾਏ ਅਗਲਾ ਬਚਨ ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਹਾਂਜੀ ਇਹਦੇ ਅਰਥ ਇੱਕ ਤਾਂ ਇਹ ਨੇ ਜਨ ਦਾ ਅਰਥ ਦਾਸ ਨੂੰ ਜਨ ਦੇਹੋ ਮਤੀ ਉਪਦੇਸ਼ ਮੈਨੂੰ ਉਹ ਮਤ ਦਾ ਉਪਦੇਸ਼ ਦਿਓ ਵਿੱਚੋਂ ਭਰਮ ਜਾਏ ਜਿਹੜੇ ਮੈਂ ਤੇਰੇ ਹੁਕਮ ਤੇ ਤਰਕ ਕਰਨ ਵਾਲੇ ਭਰਮ ਦੇ ਫੁਰਨੇ ਬਣਾਈ ਬੈਠਾ ਮੈਨੂੰ ਉਹ ਉਪਦੇਸ਼ ਦੇ ਮੇਰੇ ਖਤਮ ਹੋ ਜਾਣ ਤੇ ਜੇ ਇਉਂ ਪੁੱਛੀਏ ਕਰ ਲਈਏ ਕਿ ਜਗਿਆਸੂ ਪੁੱਛ ਰਿਹਾ
हे परमात्मा दे सेवक जन दिओ मती उपदेश मैनू ओ उपदेश दे तू विचों भरम जाए मेरे अंदर दा भरम मुक जाए ए फुरने ना उठन ते अगो फिर उत्तर मिलदा वा चेते रखी जो तुर लिखिया लेख सोई सब कमाए बड़े सोहने अर्थ टुकणगे कि मैनू उपदेश दिओ विचों भरम निकल जाए भी आ चंगा आ माड़ा तू बख्शिश कर महाराज कहिंदे ने फिर एक गल याद रख जो तुर लिखिया लेख जो उन्हें लिख दिता है ना तुर दरगाह तो सोई सब कमाए सारे ओही कमांदे पए ने ते महाराज कह रहा अखीरले बचन ने सब किछ तिसदा वस सब कुछ सब कछ हर चीज ओदे वस विच जी साडे हाथ च हुण जे असीं कहे तां मैं देना हुंना वी आओ टेक के नाम जपिए ते मेरे मन च उदन आए जोर ना सुरती ज्ञान विचार जोर ना जुगती छुट्टै संसार जिस हथ जोर कर वेखै सोए नानक उत्तम साडे च थोड़ा जोर है उत्तम नीच ना कोई हजूर इथे बख्शिश कर रहा सब कुछ ओदे अधीन है सब कुछ ओदे वस है इसे इसे कंसैप्ट विचों फिर अरदास दा जन्म हुंदा है जेड़ा विरोध विच भी है उदो फिर बंदा कहिंदा रब जी ओ भी तेरा मैं भी तेरा तू की नहीं कर सकदा तू ओदे अंदर नू प्रेरणा दे दे सब कुछ बदल जाएगा सब कुछ तेरे वस तेरे हाथ भी सब कुछ है दूजी नाहे जाए जाए दर ते थां दूजी कोई थां नहीं जिहड़ा त्रे बराबर इस संसार नू करे ते वेखो गुरु साहिब ने ना जी ये कई शब्द तुसी ऐसे पढ़ोगे जिन्हां विच ना बाबा जी शब्द वरदे आ भी आ कुछ होया पर नाल उह कहिंदे आ नहीं तेरी खेड है एक शब्द ना जिन सिर सोहन पट्टियां मांगी पाए संधूर से सिर काती मुनियन गल विच आवे धूड़ बाबर नाल संबंधित जेड़ियां पट्टियां सिंगार दियां सन केसां दियां जिन्हों की मांग भी संदूर पे सन यदा मतलब एक हिंदुवाणिया वाल इशारा है संदूर हिंदू औरत पादिया स जिन सिर सोहन पट्टिया मांगी पाए संदूर बाबर दे शपाइया नू ना बीबिया दे केस वड्डे कैंचिया ना तट्टे से सिर काती मुनियन गल विच आवे तूड़ महिला अंदर खुंदिया महिला च रहिंदिया सन हुण बहन ना मिलना दूर हुण अपने महल की ड्यूटी विच कोई नहीं बहन देंदा हुण बहन ना मिलना दूर अगे बाबा जी ने की कहा आदेश बाबा आदेश आद पुरख तेरा अंत ना पाया तू कर कर देखें वेस एक कदी महला दियां मालक सन अज भिखारी ताई गुरु रामदास एक बचन जदों भाणे की गल करनगे वह किसी नूं देख के नहीं कहणगे रब की करोपी उत्थे महाराज एक शब्द वरदे आ के एक दाते एक भिखारी जी सब तेरे चोज कहिंदे आ उहनूं सब तेरे चोज विडाणा महाराज कहिंदे सब कछ तिसदा वस दूजी नाहे जाए दूजी कहिड़ी थां जिहनूं कहीए वी तूं कर कर अखीर ते महाराज कहिंदे नानक गुरु अर्जुन साहिब सुख आनंद भय जिथों गल शुरू हुई सी तां अज मैं बेनती कीती पहली तुक वी रजा है भाणा अखीरली वी इह नानक गुरु अर्जन साहब कहते हैं आत्मक सुख मिलेगा आत्मक आनंद मिलेगा यह सब कुछ मिलेगा नानक सुख आनंद भय प्रभ की मन रजाए ओदी रजा नू मन लै तेन सुख मिलेगा रजा वर्गा सुख किते नहीं प्रभ की मन इत टिप्पी लगी है जी मन नहीं मन क्योंकि मन ते मन च फर्क है ना जी जपजी साहब च यही बाबा जी ने कहा ऐसा नाम निरंजन होए जे को पहला मन फिर मन पहला टिप्पी तो बिना पहले दा अर्थ मन आ मन जिहड़ा साडा है ते अगला मन मन विच मन जा इत्थे जिहड़ा शब्द कहे प्रभ की मन रजाए ओदी रजा नू मन लै इसे करके गुरु साहब जी ने बाणी च कहा कि तेरा किया मीठा लागे हर नाम पदार्थ नानक मांगे इसे नू बाबा जी ने कहा जे सुख दे ता तुझे आराधी प्रभ की मन रजाए दुख पी तुझे त्याही जे भुख दे ता इत ही राजा दुख विच सोख मनाई तन मन काट काट सब अर्पी विच अग्नि आप जलाई पखा फेरी पानी ढोवा जो देवै सुखाई नानक गरीब तय पया द्वारे हर मेल लिखो
ਵਡਿਆਈ ਪ੍ਰਭ ਕੀ ਮਨ ਰਜ਼ਾਏ। ਬਸ ਆਸਾ ਦੀਵਾਰ ਦੀ ਪੌੜੀ ਨਾਲ ਸਮਾਪਤ ਕਰਨੇ ਆ ਕਥਾ। ਪ੍ਰਭ ਕੀ ਮਨ ਰਜ਼ਾਏ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਹੁਕਮ ਨਾ ਕਹਿਆ ਜਾਈ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ। ਨਾਨਕੇ ਕੀ ਬਾਹਰੀ, ਇਸ ਪੌੜੀ ਦੀ ਵਿਆਖਿਆ ਸਲੋਕ ਦੀ, ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜੇ ਬਸ ਉਹ ਕੁਝ ਹੋਣਾ ਜੋ ਉਹਦੀ ਰਜ਼ਾ ਹੈ। ਸੋ ਕਰੇ ਜੇ ਤਿਸੈ ਰਜ਼ਾਏ। ਇੰਨੀਆਂ ਕੋਈ ਬੇਨਤੀਆਂ।